जी सारे नो अ बलबीर स्टोर पोस्ट ऑफिस ऑंग मॉडल टाउन लुधियान तो बोल रहे हैं जी और जिम्मे की तहु तो सब तो पता है साढ़े को कलेक्शन नहीं आंदी है स्टोर से ਉਹ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਸ਼ੋਅ ਕਰਦੇ ਆ ਆਪਣੇ ਲਾਈਵ ਸੈਸ਼ਨਸ ਦੇ ਵਿੱਚ ਯਾਨੀ ਕਿ ਫੇਸਬੁੱਕ ਪੇਜ ਦੇ ਉੱਤੇ ਜਿਹਦੇ ਵਿੱਚ ਕੀ ਕਸਟਮਰਸ ਨੂੰ ਆਪਣੀ ਚੋਇਸ ਦੇ ਅਕੋਰਡਿੰਗ ਜਾਂ ਆਪਣੀ ਜੋ ਰਿਕੁਆਇਰਮੈਂਟ ਹੈ ਉਹਦੇ ਅਕੋਰਡਿੰਗ ਜੋ ਵੀ ਤੁਹਾਨੂੰ ਆਰਟੀਕਲਸ ਚਾਹੀਦੇ ਹੁੰਦੇ ਨੇ ਚਾਹੇ ਉਹ ਅਨਸਟਿਚਡ ਸੂਟਸ ਨੇ ਚਾਹੇ ਕਾਟਨ ਦੇ ਚਾਹੇ ਡ्रेसेस ਨੇ ਕੋਈ ਵੀ ਚੀਜ਼ਾਂ ਲਹਿੰਗਾ ਚੋਰੀ ਤੁਹਾਨੂੰ ਅਸੀਂ ਅਲੱਗ-ਅਲੱਗ ਕੈਟਾਗਰੀਜ਼ ਵਿੱਚ ਦਿਖਾਉਂਦੇ ਰਹਿੰਦੇ ਹਾਂ ਆਪਣੀ ਵੀਡੀਓਜ਼ ਦੇ ਵਿੱਚ ਤੇ ਕਸਟਮਰ ਆਪਣੀ ਚੋਇਸ ਦੇ ਅਕੋਰਡਿੰਗ ਆਪਣੀ ਜਿਹੜੀ ਚੀਜ਼ਾਂ ਉਹਨੂੰ ਪਸੰਦ ਆਉਂਦੀ ਰਹਿੰਦੀਆਂ ਨੇ ਉਹ ਆਪਣਾ ਆਰਡਰ ਕਰਕੇ ਸਾਡੇ ਸੋ ਅੱਜ ਤੁਹਾਨੂੰ ਜਿਹੜੀ ਅਸੀਂ ਵੀਡੀਓ ਦਿਖਾਉਣ ਜਾ ਰਹੇ ਜੀ ਬਹੁਤ ਹੀ ਅੱਛੀ ਸਪੈਸ਼ਲ ਵੀਡੀਓ ਹੈ ਕੱਲ ਅਸੀਂ ਦਿਖਾਈ ਸੀ ਕਾਟਨ ਸੂਟ ਦੀ ਵੀਡੀਓ ਤੇ ਕਾਫੀ ਅੱਛਾ ਰਿਸਪੌਂਸ ਰਿਹਾ ਸੀ ਪਹਿਲੀ ਗੱਲ ਤਾਂ ਸਭ ਨੂੰ ਇੱਕ ਵਾਰੀ ਮੈਂ ਥੈਂਕ ਯੂ ਕਹਿਣਾ ਚਾਹਾਂਗਾ ਸਾਡੇ ਸਾਰੇ ਕਸਟਮਰਸ ਨੂੰ ਜਿਹੜਾ ਨੇ ਕਾਫੀ ਸਪੋਰਟ ਕੀਤਾ ਕੱਲ੍ਹ ਆਪਰੋਂ ਤੇ ਜਿਹੜੀ ਅੱਜ ਦੀ ਵੀਡੀਓ ਹੈ ਜੀ ਉਹ ਨਾਲ ਕਸਟਮਰਸ ਦੇ ਵਾਸਤੇ ਹੀ ਹੈ ਬਿਕਾਉਜ਼ ਕੱਲ ਕਾਫੀ ਆਰਟੀਕਲ ਜਿਹੜੇ ਨੇ ਬਹੁਤ ਜਲਦੀ ਸੇਲ ਆਊਟ ਹੋ ਗਏ ਸੀਗੇ ਤੇ ਕਾਫੀ ਕਸਟਮਰਸ ਦਾ ਰਿਸਪੌਂਸ ਸੀਗਾ ਵੀ ਸਾਨੂੰ ਚਾਹੀਦੇ ਨੇ ਹੋਰ ਵੀ ਆਰਟੀਕਲਸ ਦਿਖਾਓ ਕਾ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਜੀ ਕਲੈਕਸ਼ਨ ਤੋਂ ਅਨੁਸਾਰੀ ਸਾਰੀ ਸਾਰੀ ਫਰੈਸ਼ ਦਿਖਾਵਾਂਗੇ ਸਾਰੇ ਆਰਟੀਕਲਸ ਨਿਊ ਨੇ ਔਰ ਥੋੜਾ ਜਿਵੇਂ ਸਭ ਨੂੰ ਪਤਾ ਕਿ ਵੈਦਰ ਆਪਣਾ ਵਨ ਸਮਰ ਵਾਲ ਜਾ ਰਿਹਾ ਹੈ ਨਾਰਥ ਸੇ ਵਿੱਚ ਨਾਰਥ ਇੰਡੀਆ ਦੇ ਵਿੱਚ ਤੇ ਕਾਫੀ ਕਸਟਮਰ ਰਿਕੁਆਇਰਮੈਂਟ ਹੁੰਦੀ ਹੈ ਕਿ ਹੁਣ ਆਪਾਂ ਸੂਟ ਲੈ ਲਈਏ ਕਿ 10-15 ਦਿਨ ਲੱਗ ਜਾਂਦੇ ਨੇ ਸਚਿੰਗ ਕਰਵਾਉਣ ਨੂੰ ਵੀ ਤੇ ਤੁਸੀਂ ਅਗਰ ਹੁਣ ਸੂਟ ਬਾਏ ਕਰਦੇ ਹੋ ਤਾਂ ਸਚਿੰਗ ਨੂੰ 10-15 ਦਿਨ ਲੱਗਦੇ ਨੇ ਕਿਸੇ ਵੀ ਟੇਲਰ ਕੋਲੋਂ ਤੇ ਫੈਬ ਦੇ ਐਂਡ ਤੱਕ ਤੁਹਾਨੂੰ ਜਿਹੜੀ ਚੀਜ਼ਾਂ ਉਹ ਰੈਡੀ ਮਿਲ ਜਾਣਗੀਆਂ ਸੋਇ ਕੁਰੀ ਬੇਸਿਕ ਜਿਹੜੀਆਂ ਇਨਫੋਰਮੇਸ਼ਨ ਮੈਂ ਦੱਸਣਾ ਚਾਹੁੰਗਾ ਪਹਿਲੀ ਗੱਲ ਤਾਂ ਅੱਜ ਦੀ ਵੀਡੀਓ ਹੈਗੀ ਜੀ ਪਿਓਰ ਕਾਟਨ ਦੇ ਸੂਟਸ ਹਨ ਦਿਖਾਵਾਂਗੇ ਮਸਲੀਨ ਦੇ ਕਾਟਨ ਦੇ ਸੂਟਸ ਨੇ ਡਿਜ਼ਾਈਨਰ ਦੁਪੱਟੇ ਆਣਗੇ ਡਿਜ਼ਾਈਨਰ ਐਮਬਰਾਇਡਰੀਜ਼ ਹੈਗੀਆਂ ਨੇ ਸੋ ਇਹਦੇ ਵਿੱਚ ਤੁਹਾਨੂੰ ਜਿਹੜੇ ਕਲਰ ਆਪਸ਼ਨਸ ਹੈ ਅਸੀਂ ਨਾਲ ਦੇ ਨਾਲ ਸ਼ੋ ਕਰਦੇ ਰਾਵਾਂਗੇ ਜਿਹੜੇ ਵੀ ਕਲਰਸ ਅਵੇਲੇਬਲ ਨੇ ਸਾਡੇ ਕੋਲ ਤੁਹਾਨੂੰ ਅਸੀਂ ਨਾਲ-ਨਾਲ ਸ਼ੋ ਕਰਾਂਗੇ ਕਈ ਵਾਰੀ ਕਸਟਮਰਸ ਨੇ ਦੋ ਜਾਂ ਤਿੰਨ ਕਲਰਸ ਲੈਣੇ ਹੁੰਦੇ ਨੇ ਸੇਮ ਆਰਟੀਕਲ ਦੇ ਵਿੱਚ ਸੋ ਤੁਹਾਡੇ ਵਾਸਤੇ ਉਹ ਵੀ ਅਵੇਲੇਬਲ ਹੋਣਗੇ ਸੈਕੰਡ ਹਫਾਲ ਸਾਡੇ ਕੋਲ ਜਿਹੜੀ ਡਿਲੀਵਰੀਜ਼ ਹੈ वर्ल्ड वाइड ਅਸੀਂ अवेलेबल ਕਰਦੇ ਹਾਂ ਤੁਸੀਂ ਕਿਸੇ ਵੀ ਕੰਟਰੀ ਚ ਬੈਠ ਕੇ ਆਪਣਾ ਆਰਡਰ ਪਲੇਸ ਕਰੋ ਤੁਹਾਡੇ ਡੋਰ ਸਟੈਪ ਤੇ ਤੁਹਾਨੂੰ ਡਿਲੀਵਰੀ ਮਿਲੇਗੀ ਤੀਸਰਾ ਜਿਹੜੇ ਕਸਟਮਰ ਸੇ ਕੋਲ ਆਪਸ਼ਨ ਨਹੀਂ ਹੁੰਦਾ ਟੇਲਰਿੰਗ ਦਾ ਜਾਂ ਕੋਈ ਅੱਛੀ ਬੁਟੀਕ ਨਹੀਂ ਹੁੰਦੀ ਆਪਣੇ ਕੋਲ ਤਾਂ ਤੁਹਾਨੂੰ ਅਸੀਂ ਟੇਲਰਿੰਗ ਵੀ ਪ੍ਰੋਵਾਈਡ ਕਰਦੇ ਹਾਂ ਯਾਨੀ ਕਿ ਸਟਿਚਿੰਗ ਵੀ ਪ੍ਰੋਵਾਈਡ ਕਰਦੇ ਆ ਗਿਆ ਉਹਦੇ ਵਾਸਤੇ ਵੀ ਤੁਸੀਂ ਸਾਨੂੰ ਕੰਟੈਕਟ ਕਰੋ ਤੁਹਾਨੂੰ ਅਸੀਂ ਸਾਰੀ ਚੀਜ਼ ਸਟਿਚ ਕਰਵਾ ਕੇ ਤੁਹਾਡੇ ਡੋਰ ਸਟੈਪ ਤੇ ਡਿਲੀਵਰ ਕਰਵਾ ਸਕਦੇ ਹਾਂ ਸੋ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕਸਟਮਰ ਨੂੰ ਅਸੀਂ ਵਨ ਸਟਾਪ ਸੋਲੂਸ਼ਨ ਦੇਈਏ ਜੇ ਤੁਹਾਨੂੰ ਉਹਨਾਂ ਦੀ ਟੈਨਸ਼ਨ ਹੈ ਬਿਲਕੁਲ ਖਤਮ ਹੋ ਜਾਏ ਸਿਰਫ ਉਹਨਾਂ ਨੂੰ ਪੇਮੈਂਟ ਕਰਨੀ ਹੈ ਆਪਣੀ ਚੋਇਸ ਦੱਸਣੀ ਸਾਨੂੰ ਕਿਹੜੇ ਆਰਟੀਕਲਸ ਪਸੰਦ ਨੇ ਔਰ ਆਪਣਾ ਐਡਰੈਸ ਤੇ ਮੈਜ਼ਰਮੈਂਟਸ ਦੇਣ ਨੇ ਬਾਕੀ ਸਾਰਾ ਤੁਹਾਨੂੰ ਉਸੇ ਸਾਰੀ ਟੈਨਸ਼ਨ ਲੈ ਕੇ ਹਰ ਇੱਕ ਚੀਜ਼ ਬਣਾ ਕੇ ਤੁਹਾਨੂੰ ਦੇਵਾਂਗੇ ਤੁਹਾਡੇ ਦੋਸਟ ਤੇ ਪਹੁੰਚਾਵਾਂਗੇ ਸੋ ਦੈਟ ਇਜ਼ ਵਟ ਵੀ ਆਫਰ ਤੇ ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਹੋਰ ਦੇਣਾ ਚਾਹੂੰਗਾ ਸਾਡਾ ਫੈਬਰੂਰੀ ਮੰਥ ਦਾ ਆਫਰ ਚੱਲ ਰਿਹਾ ਜਿਹਦੇ ਵਿੱਚ ਕੀ ਆਪਾ 10000 ਐਂਡ ਅਬੋਵ ਜਿਹੜੀ ਬਿਲਿੰਗ ਹੁੰਦੀ ਹੈ ਜਾਂ ਇਨਵੌਇਸ ਵੈਲਿਊ ਹੈ ਉਹਦੇ ਵਿੱਚ ਤੁਹਾਨੂੰ ਇੰਡੀਆ ਦੇ ਵਿੱਚ ਸ਼ਿਪਿੰ ਸੋ ਅਪਰੋਕਸੀਮੇਟਲੀ 4-500 600 ਰੁਪਏ ਦਾ ਆਪਾਂ 1000 ਰੁਪਏ ਦਾ ਤੁਹਾਨੂੰ ਸੇਵਿੰਗ ਦੇ ਰਹੇ ਹਾਂ ਇਸ ਪੀਸ ਇਸ ਚੀਜ਼ ਦੇ ਵਿੱਚ ਸੋ ਆਈ ਵੁੱਡ ਰეკਮੈਂਡ एवरीवन ਕਿ ਤੁਸੀਂ ਜ਼ਰੂਰ ਇਸ ਚੀਜ਼ ਦਾ ਬੈਨੀਫਿਟ ਲਓ ਸੋ ਇਕਵਰੀ ਫੇਰ ਦੱਸ ਰਹੀ ਹਾਂ ਦੀ 10000 ਐਂਡ ਅਬੋਵ ਦੇ ਵਿੱਚ ਇੰਡੀਆ ਦੇ ਵਿੱਚ ਸ਼ਿਪਿੰਗ ਫ੍ਰੀ ਰਹੇਗੀ ਜਿਹਦੀ ਵੈਲਿਊ ਆਰਡਰ ਦੀ ਹੋਏਗੀ 10000 ਐਂਡ ਅਬੋਵ ਇਕਵਰੀ ਫੇਰ ਤੁਸੀਂ ਸਭ ਨੂੰ ਪਾਇਬਰੀ ਸਿੱਸਟੀ ਕਾਲ ਸਾਡੇ ਇਕਵਰੀ ਵਟਸਐਪ ਨੰਬਰਸ ਤੁਸੀਂ ਨੋਟ ਕਰ ਲਓ 83 ਨੰਬਰ ਅਵੇਲੇਬਲ ਨੇ ਏ 3 ਨੰਬਰਸ ਤੇ ਥਰੂ ਅਸੀਂ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਦੇ ਹਾਂ ਜੀ ਕੋਈ ਵੀ ਤੁਹਾਡੀ ਕੁਇਰੀਜ਼ ਹੁੰਦੀਆਂ ਨੇ ਕੋਈ ਵੀ ਤੁਹਾਡੀ ਸਰਵਿਸ ਸਾਨੂੰ ਜੋ ਚਾਹੀਦੀ ਹੁੰਦੀ ਹੈ 3 ਨੰਬਰਸ WhatsApp ਤੇ ਅਵੇਲੇਬਲ ਹੈ ਤੁਹਾਡੇ ਲਈ ਹਮੇਸ਼ਾ ਤੁਸੀਂ ਕਾਲ ਕਰਕੇ ਜਾਂ ਮੈਸੇਜ ਕਰਕੇ ਆਪਣੀ ਕੁਇਰੀ ਪੁੱਟ ਕਰ ਸਕਦੇ ਹੋ ਜਾਂ ਆਰਡਰਸ ਪਲੇਸ ਕਰ ਸਕਦੇ ਹੋ ਵੀ ਵਿਲ ਰਿਪਲਾਈ ਯੂ ਐਸ ਸੂਨ ਐਸ ਪੋਸੀਬਲ ਤੇ ਜਿਹੜੀ ਅੱਜ ਦੀ ਵੀਡੀਓ ਵੀ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਪਲੀਜ਼ ਧਿਆਨ ਰੱਖਿਓ ਵੀ ਜੋ ਤੁਹਾਨੂੰ ਆਰਟੀਕਲ ਅੱਛਾ ਲੱਗਿਆ ਨਾਲ ਦੇ ਨਾਲ ਸਕਰੀਨਸ਼ਾਟ ਸੈਂਡ ਕਰ ਦਿਓ ਸੋ ਥੈਟ ਕੀ ਤੁਹਾਡੇ ਕੋਲ ਜਿਹੜੀ ਚੀਜ਼ਾਂ ਨੇ ਉਹ ਤੁਹਾਡੇ ਵਾਸਤੇ ਅਵੇਲੇਬਲ ਹੋਣ ਸਮ ਟਾਈਮਸ ਆਪਾਂ ਤੇ ਉਹ ਜਿਸ ਸੇਲ ਆਊਟ ਹੋ ਜਾਂਦੀ ਹੈ ਸੋ ਇਸ ਇਹਨਾਂ ਤਿੰਨ ਨੰਬਰ ਚ ਤੁਸੀਂ ਕਿਸੇ ਵੀ ਨੰਬਰ ਤੇ ਆਪਣਾ WhatsApp ਪੇਜ ਕੇ ਵਿਦ ਯੋਰ ਐਡਰੈਸ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਜੀ ਪ੍ਰਾਈਸ ਪੁਆਇੰਟ ਬੜੇ ਅੱਛੇ ਕਿ ਨੇ ਸਿਰਫ 2000 ਤੋਂ ਲੈ ਕੇ 3000 ਤੱਕ ਦੀ ਰੇਂਜ ਹੈ ਬਹੁਤ ਜ਼ਿਆਦਾ ਹੈਵੀ ਰੇਂਜ ਨਹੀਂ ਦਿਖਾ ਰਹੇ ਆਪਾਂ ਬਟ ਜਿਹੜੇ ਸੂਟਸ ਦੀ ਸਿਲੈਕਸ਼ਨ ਹੈਗੀ ਆ ਉਹ ਸੂਟਸ ਦੇ ਜੋ ਕਲਰ ਮੈਚਿੰਗ ਹੈ ਉਹ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਦੇ ਰਹਿਣਾ ਆਪਣਾ ਫੀਡਬੈਕ ਦੱਸਦੇ ਰਹਿਆ ਕਰੋ ਸਾਨੂੰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਨੂੰ ਪ੍ਰੈਜੈਂਟੇਸ਼ਨ ਕਿਦਾਂ ਦੀ ਲੱਗ ਰਹੀ ਹੈ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗ ਰਹੀ ਹੈ ਇਹ ਜ਼ਰੂਰ ਦੱਸਿਆ ਕਰੋ ਔਰ ਅਗਰ ਤੁਹਾਡੇ ਕੋਲ ਕੋਈ ਆਰਡਰ ਸਾਡਾ ਪਹੁੰਚਿਆ ਵੀ ਹੈ ਤਾਂ ਉਹ ਵੀ ਤੁਸੀਂ ਕਮੈਂਟਸ ਵਿੱਚ ਦੱਸਿਆ ਕਰੋ ਕਿ ਬਾਕੀ ਕਸਟਮਰਸ ਨੂੰ ਜਿਹੜੇ ਸਾਡਾ ਲਾਈਵ ਦੇਖ ਰਹੇ ਨੇ ਉਹਨਾਂ ਨੂੰ ਕਾਫੀ ਫਿਰ ਕੌਨਫੀਡੈਂਸ ਮਿਲ ਜਾਂਦਾ ਹੈ ਔਨਲਾਈਨ ਬਾਇੰਗ ਕਰਨ ਦੇ ਵਿੱਚ ਸੋ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਫਸਟ ਆਰਟੀਕਲ ਉਹਨਾਂ ਨੂੰ ਮੈਂ ਦਿਖਾ ਰਹੇ ਹਾਂ ਜੀ ਮੈਜੈਂਟਾ ਪਿੰਕ ਕਲਰ ਦਾ ਦਿਸ ਇਜ਼ ਅ ਵੈਰੀ ਨਾਈਸ ਕਲਰ ਪਹਿਲੀ ਗੱਲ ਤਾਂ ਦੂਸਰਾ ਤੁਹਾਨੂੰ ਇਹ ਦੱਸਦੀ ਹੈ ਕਿ ਫੈਬਰਿਕ ਪ्योर ਮਸਲਿਨ ਤੇ ਤੁਹਾਨੂੰ ਤਿੰਨ ਚਾਰ ਚੀਜ਼ਾਂ ਦੀ ਸਪੈਸ਼ਲ ਮਿਲ ਗਈ ਹੈ ਪਹਿਲੀ ਗੱਲ ਤਾਂ ਕਲਰ ਦੇਖੋ ਜੀ ਮਜੈਂਟਾ ਪਿੰਕ ਕਲਰ ਐ ਐਕਚੁਅਲੀ ਹੌਟ ਪਿੰਕ ਕਲਰ ਆਪਾਂ ਨਹੀਂ ਤੁਹਾਨੂੰ ਜ਼ਿਆਦਾਤਰ ਦਿਖਾਉਂਦੇ ਬਿਕੋਜ਼ ਹੌਟ ਪਿੰਕ ਕਲਰ ਬਹੁਤ ਸ਼ਾਫ ਰਹਿੰਦਾ ਹੈ ਤੇ ਕਾਫੀ ਕਸਟਮਰਸ ਲਾਈਕ ਵੀ ਕਰਦੇ ਨੇ ਪਰ ਕਾਫੀ ਨਹੀਂ ਵੀ ਲਾਈਕ ਕਰਦੇ ਸੋ ਮਜੈਂਟਾ ਇੱਕ ਇਦਾਂ ਦਾ ਕਲਰ ਹੈ ਕਿ ਸਾਰੇ ਕਸਟਮਰਸ ਲਾਈਕ ਕਰ ਲੈਂਦੇ ਨੇ ਕੋਈ ਵੀ ਜਿਹੜੂ ਮੈਨੂੰ ਵੇਅਰ ਵੀ ਕਰ ਸਕਦਾ ਹੈਗਾ ਬਾਕੀ ਮਸਲਿਨ कॉटन ਦੀ ਸ਼ਰਟ ਹੈ ਬੰਦੇਜ ਸਾਰੀ ਦੇ ਉੱਤੇ ਪ੍ਰਿੰਟਿੰਗ ਆਏਗੀ ਨਾਲ ਨਾਲ ਹੈਂਡਵਰਕ ਹੈਗਾ ਦੇਖ ਸਕਦੇ ਹੋ इस तरह कटवर्क का नीचे बॉर्डर है, है मसलीन कॉटन की शर्ट है मसलीन कॉटन का ही बॉटम आएगा सेम मजेंटा पिंक कलर का बॉटम का भी देख सकते हो कट वर्क दिता हुआ है नाल बॉर्डर है ਸੂਤੂ ਸੀ ਨਾਲ ਇਹਦੇ ਪੈਂਟਸ ਜਾਂ ਫਿਰ ਸਲਵਾਰ ਜਾਂ ਪਲਾਜ਼ੋ ਕੋਲ ਬਣਾਦੇ ਆ ਤਾਂ ਆਪਾਂ ਇਹ ਬਾਰਡਰ ਯੂਜ਼ ਕਰ ਸਕਦੇ ਆ ਗਿਆ ਇਹਦੇ ਨਾਲ ਜਿਹੜਾ ਦੁਪੱਟਾ ਹੈ ਜੀ ਉਹ ਕਾਫੀ ਸਪੈਸ਼ਲ ਹੈ that is in green color اور دوپٹے ਦਾ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਬਿਊਟੀਫੁੱਲ ਕੰਬੀਨੇਸ਼ਨ ਹੈ ਪਹਿਲੀ ਗੱਲ ਤਾਂ ਪਿਓਰ ਮਸਲੀਨ ਦਾ ਹੀ ਨਾਲ ਦੁਪੱਟਾ ਆਏਗਾ اور ਪ੍ਰਿੰਟਿੰਗ ਦਾ ਵੀ ਤੁਸੀਂ ਸਟਾਈਲ ਦੇਖੋ ਜੀ ਇਹਦੇ ਵਿੱਚ ਤੁਹਾਨੂੰ ਕਾਰਨਰਸ ਤੇ ਜਿਹੜੇ ਪੱਲੇ ਹੈਗੇ ਨੇ ਉਹ ਸਾਰੇ ਜਿਹੜੇ ਬਾਰਡਰ ਨੇ ਇਸ ਤਰ੍ਹਾਂ ਬੰਦੇਜ ਪ੍ਰਿੰਟਿੰਗ ਦੇ ਮਿਲਣਗੇ ਕੰਟਰਾਸਟ ਹੈਗੇ ਨੇ ਲੇਸਸ ਸੈਂਟਰ ਵਿੱਚ ਸਾਰਾ ਦੁਪੱਟਾ ਦੇਖੋ ਜੀ ਬਹੁਤ ਪਿਆਰਾ ਗ੍ਰੀਨ ਕਲਰ ਦੇ ਵਿੱਚ ਆਏਗਾ। ਸੋ ਵੈਰੀ ਬਿਊਟੀਫੁਲ ਕੰਬੀਨੇਸ਼ਨ ਆਫ ਦਾ ਸੂਟ ਮਜੈਂਟਾ ਪਿੰਕ ਦੇ ਨਾਲ ਕੰਬੀਨੇਸ਼ਨ ਹੈਗਾ ਜੀ ਗ੍ਰੀਨ ਕਲਰ ਦਾ। ਮਸਲਿਨ ਕਾਟਨ ਦਾ ਸੂਟ ਹੈ। ਮਸਲਿਨ ਕਾਟਨ ਦਾ ਬਾਟਮ ਆਏਗਾ ਔਰ ਨਾਲ ਦੁਪੱਟਾ ਵੀ ਸੇਮ ਫੈਬਰਿਕ ਦਾ ਹੈ। ਇਹਦੇ ਵਿੱਚ ਤੁਹਾਨੂੰ ਅਸੀਂ ਦੋ ਕਲਰਸ ਦਿਖਾਵਾਂਗੇ। ਫਰਸਟ ਕਲਰ ਡਮੇ ਤੇ ਡਿਸਪਲੇ ਕੀਤਾ ਹੋਇਆ, ਦੂਸਰਾ ਕਲਰ ਆਪਾਂ ਓਪਨ ਕਰਕੇ ਦਿਖਾਵਾਂਗੇ। ਸੋ ਆਈਟਮ ਨੰਬਰ ਸਾਡੀ ਅੱਜ ਦੀ ਫਰਸਟ ਹੈਗੀ ਹੈ ਜੀ ਰੇਂਜ ਦੀ ਆਏਗੀ 2970 2970 ਇਹਦਾ ਪ੍ਰਾਈਸ ਰਹੇਗਾ ਜ ਪਹਿਲਾ ਕਲਰ ਦਾ ਆ ਗਿਆ ਜੀ ਮਜੈਂਟਾ ਪਿੰਕ ਨਾਲ ਗ੍ਰੀਨ ਕਲਰ ਦਾ ਕੰਬੀਨੇਸ਼ਨ ਹੈ ਦੂਸਰਾ ਕਲਰ ਆਪਾਂ ਹੁਣ ਤੁਹਾਨੂੰ ਓਪਨ ਕਰਕੇ ਦਿਖਾ ਦੇ ਗਿਆ ਸੋ ਜਿਹੜੇ ਵੀ ਕਸਟਮਰਸ ਲਾਈਵ ਦੇਖ ਰਹੇ ਨੇ ਜ਼ਰੂਰ ਤੁਸੀਂ ਜੀ ਆਪਣਾ ਕਮੈਂਟ ਚਾਹੇ ਇੱਕ ਵਰਡ ਦੇ ਵਿੱਚ ਚਾਹੇ ਇੱਕ ਲਾਈਨ ਦੇ ਵਿੱਚ ਅਗਰ ਤੁਸੀਂ ਸ਼ਾਇਓ ਤਾਂ ਇੱਕ ਵਰਡ ਚ ਕਰ ਦਿਓ ਅਗਰ ਸ਼ਾਇਓ ਨਹੀਂ ਹੈਗੇ ਤਾਂ ਥੋੜਾ ਤੁਸੀਂ ਇੱਕ ਲਾਈਨ ਸਾਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਕਲੈਕਸ਼ਨ ਕਿਦਾਂ ਦੀ ਲੱਗ ਰਹੀ ਹੈ ਔਰ ਨੈਕਸਟ ਆਰਟੀਕਲ ਇਹਦੇ ਜਿਹੜਾ ਸੈਕੰਡ ਕਲਰ ਹੈਗਾ ਜੀ ਉਹ ਤੁਹਾਨੂੰ ਦਿਖਾ ਰਿਹਾ ਮੈਂ ਫਰਸਟ ਆਈਟਮ ਦੇ ਵਿੱਚ ਹੀ ਸੋ ਪਹਿਲਾ ਕਲਰ ਤੁਹਾਨੂੰ ਦਿਖਾਇਆ ਗਿਆ ਜੀ ਮਜੈਂਟਾ ਪਿੰਕ ਨਾਲ ਹੈਗਾ ਕੰਬੀਨੇਸ਼ਨ ਗ੍ਰੀਨ ਕਲਰ ਦਾ ਸੈਕੰਡ ਕਲਰ ਇਜ਼ ਮਸਟਰਡ ਮਸਟਰਡ ਦੇ ਉੱਤੇ ਵੀ ਬੜੀ ਬਿਊਟੀਫੁਲ ਸਾਰੇ ਬੰਦੇਸ਼ ਦੀ ਪ੍ਰਿੰਟਿੰਗ ਹੈ ਕੇਰਾ ਵਗੈਰਾ ਬਹੁਤ ਸੋਹਣਾ ਬਣਿਆ ਹੋਇਆ ਦੋਨੋਂ ਕਲਰ ਕੰਬੀਨੇਸ਼ਨਸ ਕਾਫੀ ਅੱਛੇ ਹੈਗੇ ਨੇ ਤੁਹਾਨੂੰ ਤੁਹਾਡੀ ਆਪਣੀ ਚੋਇਸ ਹੈ ਚਾਹੇ ਤੁਸੀਂ 1 ਕਿਲੋ ਚਾਹੇ 2 ਲੋ ਤੁਹਾਡੀ ਚੋਇਸ ਹੈਗੀ ਹੈ ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ نیچے ਕੇਰਾ ਆਏਗਾ ਜੀ ਕਟਵਕ ਦੇ ਵਿੱਚ ਕੇਰਾ ਹੈਗਾ ਡਬਲ ਟ੍ਰਿਪਲ ਬਾਰਡਰਸ ਹੈਗੇ ਨੇ ਸਾਰੀ ਸ਼ਰਟ ਦੇ ਉੱਤੇ ਵੀਵਿੰਗ ਆਏਗੀ ਨੈਕਲਾਈਨ ਬੜੀ ਸਮਾਰਟ ਬਣੀ ਹੋਈ ਹੈ ਇਸ ਨਾਲ ਨੈਕਲਾਈਨ ਆਏਗਾ ਨੈਕਲਾਈਨ ਦੇ ਉੱਤੇ ਪੂਰੀ ਬਿਊਟੀਫੁੱਲ ਐਮਬਰਾਇਡਰੀ ਹੈ ਅਲੱਗ-ਅਲੱਗ ਰੇਸ਼ਮ ਦੀ ਐਮਬਰਾਇਡਰੀ ਹੈ ਇੱਥੇ ਮੋਵ ਆ ਗਿਆ ਇੱਥੇ orange ਹੈ ਡਿਫਰੈਂਟ-ਡਿਫਰੈਂਟ ਕਲਰਸ ਦੀ ਐਮਬਰਾਇਡਰੀ ਆਏਗੀ ਔਰ 슬ੀਵਸ ਦੇ ਉਸਤੋਂ ਤੁਸੀਂ ਦੇਖ ਸਕਦੇ ਹੋ 슬ੀਵਸ ਉਸਤੇ ਕੱਟਵਕ ਦਾ ਬਾਰਡਰ ਐਕਸਟਰਾ ਦਿੱਤਾ ਗਿਆ ਹੈ ਸ਼ਰਟ ਦਾ ਫਰੰਟ ਔਰ ਬੈਕ ਸੇਮ ਆਏਗਾ ਮਸਲੀਨ ਕਾਟਨ ਦੀ ਸ਼ਰਟ ਹੈਗੀ ਹੈ ਨਾਲ ਬਾਟਮ ਵੀ ਮਸਲੀਨ ਆਏਗਾ ਔਰ ਬਾਟਮ ਦੇ ਉੱਤੇ ਵੀ ਤੁਹਾਨੂੰ ਇਸ ਤਰ੍ਹਾਂ ਕੱਟਵਕ ਦਾ ਬਾਰਡਰ ਮਿਲਦਾ ਹੈਗਾ ਇਹਦੇ ਨਾਲ ਤੁਹਾਨੂੰ ਹੁਣ ਜਿਹੜਾ ਦੁਪੱਟਾ ਦਿਖਾਣ ਜਾ ਰਹੇ ਹ ਦੁਪੱਟਾ ਆਏਗਾ ਜੀ ਦਾ ਕੰਟਰਾਸਟ ਗ੍ਰੇ ਕਲਰ ਦਾ ਸੋ ਸਿਮਿਲਰ ਕਾਈਂਡ ਆਫ ਪ੍ਰਿੰਟਿੰਗ ਆਪਾਂ ਨੂੰ ਦੇਖਣ ਨੂੰ ਮਿਲੇਗੀ ਜੋ ਆਪਾਂ ਪਿੰਕ ਕਲਰ ਚ ਦੇਖਿਆ ਸੀ ਬਟ ਕਲਰ ਕੰਬੀਨੇਸ਼ਨ ਆ ਗਿਆ ਡਿਫਰੈਂਟ ਪ੍ਰਿੰਟਿੰਗ ਦੇਖ ਸਕਦੇ ਹੋ ਬੜੀ ਸਮਾਰਟ ਪ੍ਰਿੰਟਿੰਗ ਹੈਗੀ ਹੈ ਜੀ ਪਿਓਰ ਮਸਲੀਨ ਦਾ ਹੀ ਨਾਲ ਦੁਪੱਟਾ ਆਏਗਾ ਚਾਰੋਂ ਸਾਈਡਸ ਤੇ ਮਸਟਰ ਕਰਦੀ ਬਾਰਡਰ ਹੈਗੀ ਹੈ ਇਸ ਤਰ੍ਹਾਂ ਲੁੱਕ ਆਏਗੀ ਜੀ ਫਰਸਟ ਆਰਟੀਕਲ ਦੇ ਸੈਕੰਡ ਕਲਰ ਦੀ ਆਈਟਮ ਨੰਬਰ ਸਾਡੀ ਅੱਜ ਦੀ ਫਰਸਟ ਹੈਗੀ ਜੀ ਰੇਂਜ ਦੀ ਆਏਗੀ 2970 2970 ਇਹਦਾ ਪ੍ਰਾਈਸ ਰਹੇਗਾ ਜੀ ਆਈਟਮ ਨੰਬਰ ਹੈਗੀ ਹੈ ਫਰਸਟ एन जो अभी पहला कलर ऑप्शन दिखाया गया जी मजेंटा पिंक ग्रीन कलर का कॉम्बीनेशन जो सामने मैनिकिन डेड है सैकंड कलर कॉम्बीनेशन आ गया जी यहाँ मस्टर्ड विद ग्रे बोथ ऑफ विच आर वेरी नाइस कलर आई होप सो कि चंगा लगे हो सो कोशिश आप करनी है कि सोपर आर्कल्स भी दिखा दिए थोड़े जो सैमी फॉर्मल भी दिखा दी और थोड़े जे आप ब्राइट कलर भी दिखाने तो रिक्वेस्ट करा कि वीडियो एंड तक बने रहो जी अलग अलग कलैक्शन देखो अच्छी नैक्सट आर्टिकल मैं दिखा रहे हैं जी, रहा जी समोकी ग्रे कलर का पीस आएगा बड़ा प्यारा ये ब्रांड आर्टिकल है जी ये प्रिंटिंग है मधुबनी स्टाइल की प्रिंटिंग हैगी है घेरे उ बहुत प्यारा डोरी का वर्क मिलेगा मेरे ख्याल सारा पसंद भी आएगा जी आर्टिकल वाला एक बार दूरों देख लो जी कॉन्सैप्टर तुम प्रोपर ए कलोजप भी दिखाने इस तरह जी समोकी ग्रे कलर का आर्टिकल है घेरे उत्ते प्रोपर डोरी का वर्क आएगा वर्क एक बार देख सकते हो बहुत नीट एंड क्लीन बहुत ही सुंदर काम किया सारे घेरे के उ यह जरा घेरा है जी सारा कट वर्क ऑलरेड किया गया सारी शर्टिंग दूरों के अंब्रॉयडरी है बड़ा हो देखने बहुत सोहनी प्रिंटिंग है ग्रे कलर से वैसे भी जरा कलर मैचिंग है प्रिंट की काफी खिलके आ रही है इस तरह नैकलाइन बनिया हुआ है प्रिंट के सो जो कस्टमर मिनेमलिस लुक नाप्रोच करते हैं बहुत सोह आर्टल है ਗ੍ਰੇ ਕਲਰ ਹੈਗਾ ਸ਼ਰਟ ਦਾ ਫਰੰਟ ਔਰ ਬੈਕ ਸੇਮ ਆਏਗਾ। ਲੋ ਜੀ ਫਰੰਟ ਬੈਕ ਇਹਦੇ ਵਿੱਚ ਸੇਮ ਮਿਲੇਗਾ ਤੁਹਾਨੂੰ। ਇਹਦੇ ਨਾਲ ਤੁਹਾਨੂੰ ਜਿਹੜਾ ਮਿਲੇਗਾ ਜੀ ਫੈਬਰਿਕ ਮਿਲੇਗਾ ਬਾਟਮ ਦਾ ਇਸ ਨਾਲ ਕਾਟਨ ਦਾ ਸੇਮ ਫੈਬਰਿਕ ਮਿਲੇਗਾ ਔਰ ਨਾਲ ਐਕਸਟਰਾ ਬਾਰਡਰ ਮਿਲਦਾ ਜੀ ਇਸ ਤਰ੍ਹਾਂ ਡੋਰੀ ਵਰਕ ਦਾ ਜੋ ਤੁਸੀਂ ਪੈਂਟਸ ਤੇ ਜਾਂ ਪਲਾਜ਼ੋ ਤੇ ਯੂਜ਼ ਕਰ ਸਕਦੇ ਹੋ। ਸੋ ਇਸ ਨਾਲ ਤੁਹਾਨੂੰ ਬਾਟਮ ਵੀ ਮਿਲਦਾ ਪਾਕਿਸਤਾਨੀ ਸਟਾਈਲ ਵਿੱਚ ਤੁਸੀਂ ਇਹਨੂੰ ਸਟਿਚ ਕਰਵਾ ਸਕਦੇ ਹੋ। ਬਾਟਮ ਉਤੇ ਵੀ ਐਮਬਰਾਇਡਰੀ ਹੈਗੀ ਹੈ ਜੀ। ਸ਼ਰਟ ਦਾ ਫਰੰਟ ਔਰ ਬੈਕ ਆ ਗਿਆ ਸੇਮ। ਐ ਜੇ ਤੁਸੀਂ ਤੁਸੀਂ ਬਾਹੂ ਵਸਤੇ ਵੀ ਤੁਹਾਨੂੰ ਐਕਸਟਰਾ ਬਾਰਡਰ ਮਿਲੇਗਾ ਸੋ 슬ੀਵਸ ਵਸਤੇ ਵੀ ਐਕਸਟਰਾ ਬਾਰਡਰ ਹੈਗਾ ਇਹ ਬਾਟਮ ਵਸਤੇ ਵੀ ਅਲੱਗ ਆ ਗਿਆ ਬਾਰਡਰ ਨਾਲ ਹੁੰਦਾ ਉਹਨਾਂ ਡਿਜ਼ਾਈਨ ਦੇ ਨਾਲ ਦੁਪੱਟਾ ਵੀ ਦਿਖਾ ਦਿੰਦੇ ਆ ਦੁਪੱਟਾ ਵੀ ਬੜਾ ਪਿਆਰਾ ਹੈਗਾ ਇਹ ਜਿਹੜੇ ਕਨਸੈਪਟਸ ਹੈਗੇ ਨੇ ਜੀ ਸਟਿਚਿੰਗ ਤੋਂ ਬਾਅਦ ਥੋੜਾ ਜਿਆਦਾ ਤੁਹਾਨੂੰ ਕੀ ਕਹਿੰਦੇ ਨੇ ਕਿ ਜਾਨ ਆਂਦੀ ਹੈ ਪੀਸ ਦੇ ਵਿੱਚ ਤੇ ਮੇਰੇ ਖਿਆਲ ਨਾਲ ਸਾਰੇ ਕਸਟਮਰ ਤੁਸੀਂ ਰეკਮੈਂਡ ਵੀ ਕਰਦੇ ਆ ਕਿ ਕੋਈ ਵੀ ਆਰਟੀਕਲ ਤੁਸੀਂ ਕਾਟਨ ਦਾ ਜਾਂ ਮਸਲੀਨ ਦਾ ਅਗਰ ਸਟਿਚ ਕਰਵਾਣੇ ਹੋ ਤਾਂ ਟਾਫਟਾ ਲਾਈਨਿੰਗ ਇਸ ਰეკਮੈਂਡਡ ਟੂ ਯੂ ਆਲ टाफ्टा लाइनिंग जरुर लगवाया करो टाफ्टे के काफ़ी बेनीफिट्स है ना तो दुप्टा एक बार चेक कर लो जी चनौन का दुपट्टा है चारों साइड उत्ते बहुत ब्यूटीफुल डोरी का वर्क आएगा कट वर्क दिता गया बड़ा प्यारा सेंटर च आएगी बड़ी प्यारी बूटी पल्ले बड़े सोहने बने हुए हैं यानी कि डिजाइनर आर्टिकल आएगा जी पेस्टल टोन के उ लुक बहुत सोहनी है दो कलर अवेलेबल ने फस्ट अपना जोड़ा कलर देखिए जी स्मोकी गे है सैकेंड कलर आएगा जी पिस्ता ग्रीन तो ग्रीन के उ देख लो एक बार सारा बॉर्डर वगैरह बहुत ब्यूटीफुल बनिया हो प्रिंटिंग भी बड़ी प्यारी खिल के आ रही है और बड़ी इंटरीकेट जी प्रिंटिंग है जी बहुत ज्यादा ब्राइट या शार्प कलर्स उसकी कलर नहीं यूज किए हुए प्रिंट वि बड़े सोहने सूदिंग ज कलर है सो तो एक बार फिर तो यदि हाईलाइट्स दस देना जी प्योर मसलीन कोटन की शर्ट है बॉटम आएगी प्योर कॉटन की जोड़ा बॉर्डर तुम देख रहे हो गए घेरे उ बॉटम तू नीचे बॉटम से भी मिल रहा है ना दुप्टा है चनोन बेस का कमल का प्योर का दुपट्टा है चारों साइड से बॉर्डर डोरी वर्ग का टू कलर ऑप्शन आर अवेलेबल फर्स्ट ऑफ दैम इज जरा स्मोकी ग्रे और दूसरा कलर आएगा एहदेश लाइट पिस्ता ग्रे सो आइटम नंबर साड़ी आई जी सैकेंड हैगी है जी रेंजी आएगी ट्वेंटी सैवन नाइनटी टू सैवन नाइन जीरो आर्टल का प्राइस हैगा आइटम नंबर सैकंड हैगी है नैक्सट है चलो जी सुखविंदर so, मैम सत श्रीकाल जी थैंक यू सो मच साढ़े कॉमेंट लिए ਨੈਕਸਟ ਆਰਟੀਕਲ ਤੁਹਾਨੂੰ ਮੈਂ ਦਿਖਾਉਣ ਜਾਣਾ ਜੀ ਬਲੈਕ ਕਲਰ ਦੇ ਵਿੱਚ ਸਾਰੇ ਜਿਹੜੇ ਕਸਟਮਰ ਦਾ ਫੇਵਰਟ ਹੁੰਦਾ ਹੈ ਕਲਰ ਇਹ ਵਾਲਾ ਮੇਰੇ ਖਿਆਲ ਸਭ ਨੂੰ ਪਸੰਦ ਆਏਗਾ ਸੂਟ ਹੈ ਇਹ ਵੀ ਜਿਹੜਾ ਸੂਟ ਹੈਗਾ ਜੀ ਪਿਓਰ ਕਾਟਨ ਦੇ ਉੱਤੇ ਡਿਜ਼ਾਈਨਰ ਸੂਟ ਬਣਿਆ ਆ ਥੋੜਾ ਇਹਨੂੰ ਅਗਰ ਅਪ ਪ੍ਰੋਪਰਲੀ ਦੇਖਾਂਗੇ ਤਾਂ ਬੁਟੀਕ ਸਟਾਈਲ ਆਰਟੀਕਲ ਹੈ ਪ੍ਰੋਪਰ ਹੈ ਅੱਜਕੱਲ ਜਿਵੇਂ ਆਪਾਂ ਕਾਫੀ ਨਾ ਸਟਿਚਿੰਗ ਐਕਸਟਰਾ ਪੇ ਕਰਕੇ ਦਨ ਸਟਿਚਿੰਗ ਤੁਸੀਂ ਕਰਾਣੇ ਹੋ ਬਟ ਤੁਹਾਨੂੰ ਐਸੀ ਆਲਰੇਡੀ ਜਿਹੜਾ ਸਾਰਾ ਪੀਸ ਹੈ ਪ੍ਰੋਪਰ ਸਾਰਾ ਇਸ ਤਰ੍ਹਾਂ ਦਾ ਰੈਡੀ ਤੁਹਾਨੂੰ ਦੇ ਰਿਹਾ ਜਿਵੇਂ ਲੁੱਕ ਸੋ ਬਲੈਕ ਕਲਰ ਦਾ ਆਰਟੀਕਲ ਹੈ ਜੀ ਬਹੁਤ ਬਿਊਟੀਫੁੱਲ ਬਾਟਿਕ ਪ੍ਰਿੰਟਿੰਗ ਦਾ ਆਰਟੀਕਲ ਆਏਗਾ ਇਹਦੇ ਵਿੱਚ ਤੁਹਾਨੂੰ ਜਿਹੜਾ ਬਾਰਡਰ ਮਿਲਦਾ ਹੈ ਇਹਦੇ ਵਿੱਚ ਬਲੈਕ ਲੇਸਿਸ ਦਾ ਬਾਰਡਰ ਆਏਗਾ ਇਸ ਤਰ੍ਹਾਂ ਕਟਵੋਕ ਵਾਲੀ ਲੇਸਿਸ ਨੇ ਔਰਗੈਂਜ਼ਾ ਦੇ ਉੱਤੇ ਪ੍ਰੋਪਰ ਸਾਰਾ نیچے ਕੇਰੇ ਉਤੇ ਵਰਕ ਮਿਲੇਗਾ ਬਲੈਕ ਕਲਰ ਦਾ ਰੇਸ਼ਮ ਵਰਕ ਤਾਂ ਆਏਗਾ ਸਾਰਾ ਉਸ ਤੋਂ ਬਾਅਦ ਵਨ ਸਾਈਡ ਇਸ ਤਰ੍ਹਾਂ ਤੁਹਾਨੂੰ ਪੈਨਲ ਜਿਹੜਾ ਮਿਲ ਰਿਹਾ ਹੈ ਵਨ ਸਾਈਡ ਦੇ ਉੱਤੇ ਇਸ ਤਰ੍ਹਾਂ ਲੇਸਿਸ ਜਾਰੀ ਹੈਗੀ ਹੈ ਬਲੈਕ ਕਲਰ ਦੀ ਨੈਕਲਾਈਨ ਤੇ ਚੈੱਕ ਕਰ ਲਓ ਜੀ ਨੈਕਲਾਈਨ ਦੇ ਉੱਤੇ ਬਲੈਕ ਕਲਰ ਦਾ ਵਰਕ ਆਏਗਾ ਬਿਊਟੀਫੁੱਲ ਪ੍ਰ ਬਾਰਡਰ ਬਣਾ ਹੋਇਆ ਮਿਲੇਗਾ ਸੋ ਤੁਸੀਂ 슬ੀਵਜ਼ ਐਂਡ ਤੇ ਨੂੰ ਪਾ ਯੂਜ਼ ਕਰ ਸਕਦੇ ਗਿਆ ਸੂਇਸਰ ਨੂੰ ਕਾਇਗੀ ਦੀ ਸਾਰੇ ਸ਼ਰਟ ਦੇ ਫਰੰਟ ਦੀ ਨੈਕਲਾਈਨ ਵੀ ਬਹੁਤ ਬਿਊਟੀਫੁੱਲ ਹੈ ਕਿਹੜਾ ਵੀ ਸਮਾਰਟ ਹੈਗਾ ਨਾਲ 슬ੀਵਜ਼ ਤੇ ਵੀ ਤੁਹਾਨੂੰ ਬਾਰਡਰ ਮਿਲੇਗਾ ਇਹਦੇ ਵਿੱਚ ਤੁਸੀਂ ਅਗਰ ਦੇਖੋਗੇ ਜੀ ਜਿਹੜਾ ਫਰੰਟ ਔਰ ਬੈਕ ਹੈ ਸ਼ਰਟ ਦਾ ਸੇਮ ਆਏਗਾ ਪਿਓਰ ਕਾਟਨ ਦਾ ਸੂਟ ਹੈ ਨਾਲ ਬਾਟਮ ਨੂੰ ਤਾਂ ਵੀ ਤੁਹਾਨੂੰ ਬਾਰਡਰ ਬਣਾ ਹੋਇਆ ਮਿਲੇਗਾ ਪਿਓਰ ਕਾਟਨ ਦਾ ਹੀ ਬਾਟਮ ਆਏਗਾ ਬਾਟਮ ਤੇ ਵੀ ਇਸ ਤਰ੍ਹਾਂ ਪ੍ਰਿੰਟਡ ਬਾਰਡਰ ਮਿਲੇਗਾ ਸਲਵਾਰ ਤੇ ਪੈਂਟ ਤੇ ਆਪਾਂ ਕਿੱਥੇ ਵੀ ਨੂੰ ਪਾ ਅਪਲਾਈ ਕਰ ਸਕਦੇ ਆ ਐਟ ਦਾ ਟਾਈਮ ਆਫ ਸਟਿਚਿੰ हूँ ए दुबट्टा है जी वो भी दिखा दें डिजाइनर दुबटा है बिकॉज शर्ट भी डिजाइनर है सो दुप्टा भी डिजाइनर ही आएगा लो जी कॉन्ट्रास्ट प्रिंटिंग दुपट्टा आएगा डस्टी मस्टर्ड जेकर दुप्टा है जी इस तरह लोग आएगी दुब्टे की अगेन प्योर मसलीन कॉटन का दुप्टा आएगा प्योर कॉटन की शर्ट है प्योर कॉटन की बॉटम है ब्यूटीफुल लुकिंग दुपट्टा दुपट्टे देख लो प्रिंट्स की जी डिटेल हैगी बड़ी प्यारी है सो इस तरह लोग आएगी जी सारे पीस द ਇਦੇ ਵਿੱਚ ਤੁਹਾਨੂੰ ਅਸੀਂ 2 ਕਲਰ ਕੰਬੀਨੇਸ਼ਨਸ ਆਫਰ ਕਰ ਰਹੇ ਹਾਂ ਜੀ ਫਰਸਟ ਤੁਸੀਂ ਦੇਖ ਲਿਆ ਜੀ ਬਲੈਕ ਹੈਗਾ ਦੂਸਰਾ ਕਲਰ ਇਹਦੇ ਵਿੱਚ ਆਏਗਾ ਜੀ ਰਸਟ ਦੋ ਕਲਰ ਕੰਬੀਨੇਸ਼ਨਸ ਅਵੇਲੇਬਲ ਨੇ ਦੋਨੋਂ ਹੀ ਬਹੁਤ ਸੁਪਰ ਹਿੱਟ ਕਲਰ ਕੰਬੀਨੇਸ਼ਨਸ ਨੇ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਤੁਸੀਂ ਉਹਦਾ ਵੀ ਕਲਰ ਚੈੱਕ ਕਰ ਲਓ ਸੋ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਜੀ ਇਸ ਤਰ੍ਹਾਂ ਦਾ ਕਲਰ ਦਾ ਗ੍ਰੇ ਕਲਰ ਦਾ ਵਿੱਚ ਦੁਪੱਟਾ ਹੈਗਾ ਇਹਦੇ ਵਿੱਚ ਵੀ ਸਾਰੇ ਵਿੱਚ ਜਿਹੜਾ ਵਰਕ ਹੈ ਲੇਸਿਸ ਹੈ ਬੜੇ ਬਿਊਟੀਫੁਲ ਹੈਗੇ ਨੇ ਦੋਨੋਂ ਕਲਰ ਕੰਬੀਨੇਸ਼ਨਸ ਕਾਫੀ ਅੱਛੇ ਹੈਗੇ ਨੇ ਜੀ ਰਸਟ ਕਲਰ ਬੀਇੰਗ ਵੈਰੀ ਟ੍ਰੈਂ ਬਟ ਜਿਹੜਾ ਬਲੈਕ ਕਲਰ ਹੈ ਵੀ ਐਵਰਗ੍ਰੀਨ ਹੈਗਾ ਕਦੇ ਵੀ ਆਪਾਂ ਕਸਟਮਰ ਜਿਹੜਾ ਹੈ ਹਮੇਸ਼ਾ ਹੀ ਬਲੈਕ ਕਲਰ ਮੰਗਦੇ ਨੇ ਸਾਡੇ ਕੋਲ ਸੋ ਆਈਟਮ ਨੰਬਰ ਸਾਡੀ ਅੱਜ ਦੀ ਇਹ ਵਾਲੀ 3rd ਆਏਗੀ ਜੀ ਰੇਂਜ ਦੀ ਹੈਗੀ 2800 ਦੀ 2800 ਦਾ ਪ੍ਰਾਈਸ ਰਹੇਗਾ ਆਈਟਮ ਨੰਬਰ ਹੈਗੀ ਹੈ 3rd ਪਿਓਰ ਕਾਟਨ ਦੀ ਸ਼ਰਟ ਹੈਗੀ ਹੈ ਪਿਓਰ ਕਾਟਨ ਦਾ ਬਾਟਮ ਆਏਗਾ ਨਾਲ ਦੁਪੱਟਾ ਆਏਗਾ ਜੀ ਮਸਲੀਨ ਕਾਟਨ ਦਾ ਟੂ ਕਲਰ ਕੰਬੀਨੇਸ਼ਨਸ ਆਰ ਅਵੇਲੇਬਲ ਬਲੈਕ ਐਂਡ ਰਸਟ ਨੈਕਸਟ ਆਰਟੀਕਲ ਕੱਲ ਕਸਟਮਰ ਸਾਡੇ ਕੋਲ ਕੁਝ ਕੋਟਾ ਕਾਟਨ ਦੇ ਵਿੱਚ ਮੰਗ ਰਹੇ ਸੀਗੇ ਕੋਟਾ ਕਾਟਨ ਦੇ ਵਿੱਚ ਤੁਹਾਨੂੰ ਅਸੀਂ ਕਾਫੀ ਡਿਮਾਂਡ ਆ ਰਹੀ ਸੀ ਸੋ ਉਹਦੇ ਵਿੱਚ ਤੁਹਾਨੂੰ ਅਸੀਂ ਬੜੇ ਬਿਊਟੀਫੁਲ ਡਿਜ਼ਾਈਨ ਦਿਖਾਉਣ ਲੱਗੇ ਆ ਫਰਸਟ ਆਰਟੀਕਲ ਜਿਹੜਾ ਕੀ ਹੈਗਾ ਜੀ ਇਸ ਤਰ੍ਹਾਂ ਕਾਪਰ ਪਿੰਕ ਕਲਰ ਦਾ ਆਏਗਾ ਨਾ ਹੀ ਪੀਚ ਹੈ ਨਾ ਹੀ ਪਿੰਕ ਹੈ ਕਾਪਰ ਪਿੰਕ ਜਿਹਾ ਕਲਰ ਹੈ ਬਹੁਤ ਬਿਊਟੀਫੁਲ ਸ਼ੇਡ ਹੈ ਕਾਪਰ ਪਿੰਕ ਦਾ ਬਣਾਉਣ ਦਾ ਵੀ ਇਹ ਵੀ ਮਤਲਬ ਤੁਹਾਨੂੰ ਦੱਸ ਦਿੰਦੇ ਆ ਬਿਕੋਜ਼ ਪਿੰਕ ਐਂਡ ਪੀਚ ਇਦਾਂ ਦੇ ਕਲਰਸ ਨੇ ਜਿਹੜੇ ਕਾਫੀ ਕਾਮਨ ਨੇ ਐਂਡ ਮੋਸਟ ਆਫ ਦਾ ਕਸਟਮਰਸ ਹੈ सो दैट इज़ वाई आप थोड़ा पिंक को भी हूँ टोन आप डस्ट ही ले आए हैं थोड़ा कॉपर पिंक है सो दैट कि अगर तुम्हें बाय करो तो थोड़ी कोल नवी चीज़ ऐड होड्रोप औरटा कॉटन के ना एक हो चीज़ है कि फॉर्मल लुक मिल जाती है फॉर्मल थोड़ी एम्ब्रॉयडरी है नैकलाइन सोहना बनिया होंगे तो थोड़ी ए वाली चीज़ फॉर्मली भी वेयर कर सकते है शुरू कर दें जी जी घेरे तो घेरे के बहुत प्यारे सेम कलर के लेसिस आन गए जी कोपर पिंक कलर के नीचे कट वकते लेसिस है सारी शर्ट के उत्ते ब्यूटीफुल एम्ब्रॉयडरी आएगी ਨਾਲ ਤੁਸੀਂ ਨੈਕਲਾਈਨ ਇੱਕ ਵਾਰੀ ਚੈੱਕ ਕਰ ਲਓ ਡਿਜ਼ਾਈਨ ਦਾ ਨਾ ਇਸ ਤਰ੍ਹਾਂ ਨੈਕਲਾਈਨ ਬਣਿਆ ਹੋਇਆ ਹੈ ਸ਼ਰਟ ਦਾ ਫਰੰਟ ਔਰ ਬੈਕ ਸੇਮ ਰਹੇਗਾ ਫਰੰਟ ਬੈਕ ਸ਼ਰਟ ਦਾ ਬਿਲਕੁਲ ਸੇਮ ਹੈ ਜੀ ਬੈਕ ਤੇ ਵੀ ਕਢਾਈ ਆਏਗੀ ਫਰੰਟ ਤੇ ਵੀ ਕਢਾਈ ਹੈ ਨਾਲ ਤੁਹਾਨੂੰ ਬਾਟਮ ਮਿਲ ਰਿਹਾ ਜੀ ਪਿਓਰ ਕਾਟਨ ਦਾ ਸੇਮ ਕਲਰ ਦਾ ਪਿਓਰ ਕਾਟਨ ਦਾ ਬਾਟਮ ਆਏਗਾ ਨਾਲ ਤੁਹਾਨੂੰ ਬਿਊਟੀਫੁਲ ਜਿਹੜਾ ਦੁਪੱਟਾ ਹੈ ਜੀ ਉਹ ਵੀ ਦਿਖਾਉਣ ਜਾ ਰਹੇ ਹਾਂ ਦੁਪੱਟਾ ਵੀ ਤੁਸੀਂ ਦੇਖ ਲਓ ਕੋਟਾ ਕਾਟਨ ਦੀ ਸ਼ਰਟ ਹੈ ਜੀ ਸ਼ਰਟ ਦਾ ਫਰੰਟ ਐਂਡ ਬੈਕ ਸੇਮ ਹੈ ਨਾਲ ਆਏਗਾ ਬਾਟਮ ਪਿਓਰ ਕਾਟਨ ਦਾ ਲਓ ਜੀ ਆਰੀ ਵਰਕ ਦਾ ਬਿਊਟੀਫੁੱਲ ਦੁਪੱਟਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਮੇਰੇ ਖਿਆਲ ਨਾਲ ਦੁਪੱਟੇ ਦੀ ਲੁੱਕ ਹੀ ਬੜੀ ਸੋਹਣੀ ਹੈ ਜੀ ਦੂਰੋਂ ਆਪਾਂ ਦੇਖ ਰਹੇ ਹਾਂ ਜਾਂ ਕੈਮਰੇ ਚੋਂ ਦੇਖ ਰਹੇ ਤਾਂ ਆਪਾਂ ਨੂੰ ਥੋੜਾ ਲੱਗ ਰਿਹਾ ਹੋਵੇਗਾ ਉਨੀ ਹੈ ਪਰ ਜਦ ਤੌੜੇ ਕੋਲ ਚੀਜ਼ ਪਹੁੰਚੇਗੀ ਜਦ ਤੁਸੀਂ ਆਰਡਰ ਕਰਦੇ ਹੋ ਤਾਂ ਤੁਹਾਨੂੰ ਇੱਕ ਹੀ ਮਿਲੇਗਾ ਪ੍ਰੋਡਕਟ ਇਹ ਵਾਲਾ ਔਰ ਚਾਰੋਂ ਸਾਈਡਸ ਤੇ ਸਕੈਲਪਿੰਗ ਹੈ ਸੈਂਟਰ ਸਾਰਾ ਆਰੀ ਦਾ ਵਰਕ ਆਏਗਾ ਔਰ ਗੈਂਜ਼ਾ ਦਾ ਬਿਲਕੁਲ ਸੌਫਟ ਜਿਹਾ ਦੁਪੱਟਾ ਹੈਗਾ ਜੀ ਇਹ ਵਾਲਾ ਈਜ਼ੀ ਟੂ ਕੈਰੀ ਦੁਪੱਟਾ ਹੈ ਡਿਜ਼ਾਈਨਰ ਕਨਸੈਪਟ ਹੈਗਾ ਤੁਸੀਂ ਇਹਨੂੰ ਸਟਿਚਿੰਗ ਜ ਇਸ ਹਾਲੋ ਕਾਇਗੀ ਦੀ ਸਾਰੇ ਪੀਸ ਦੀ ਇਹਦੇ ਵਿੱਚ ਵੀ ਤੁਹਾਨੂੰ ਸੀ ਟੂ ਕਲਰਸ ਆਫਰ ਕਰ ਰਹੇ ਹਾਂ ਫਰਸਟ ਕਲਰ ਆਪਾਂ ਦੇਖ ਲਿਆ ਜੀ ਇਹ ਵਾਲਾ ਕਾਪਰ ਪਿੰਕ ਹੈ ਸੈਕਿੰਡ ਕਲਰ ਆਇਆਗਾ ਜੀ ਇਹ ਵਾਲਾ ਪਿਸਤਾ ਗ੍ਰੀਨ neck line ਤੇ ਤੁਸੀਂ ਦੇਖ ਲਓ ਜ਼ਰਦوزی ਵਰਕ ਸਾਰਾ ਹੈਗਾ neck line ਦੇ ਉੱਤੇ ਪਿਸਤਾ ਦਾ ਵੀ ਸੇਮ ਵਰਕ ਆਏਗਾ ਪਿੰਕ ਦਾ ਵੀ ਸੇਮ ਵਰਕ ਹੈਗਾ ਦੋਨੋਂ ਕਲਰਸ ਅਵੇਲੇਬਲ ਹੈ ਤੁਹਾਡੇ ਲਈ ਇਸ ਟਾਈਮ ਤੇ ਸੋ ਆਈਟਮ ਨੰਬਰ ਸਾਡੀ ਅੱਜ ਦੀ ਵਾਲੀ ਆਏਗੀ ਜੀ 4 ਔਰ ਇਹਦੀ ਰੇਂਜ ਆਏਗੀ 3020 3020 ਦਾ ਪ੍ਰਾਈਸ ਰਹੇਗਾ ਜੀ ਆਈਟਮ ਨੰਬਰ ਹੈਗੀ ਹੈ 4 ਕੋਟਨ कॉटन दी शर्ट ਹੈ प्योर कॉटन ਦਾ बॉटम ਆਏਗਾ ਨਾਲ ऑर्गेंजा ਦਾ ਦੁਪੱਟਾ ਆਏਗਾ ਆਰੀ ਵਰਕ ਦੇ ਵਿੱਚ ਨੈਕਸਟ ਆਰਟੀਕਲ ਤੁਹਾਨੂੰ ਮੈਂ ਦਿਖਾ ਰਿਹਾ ਜੀ ਮਸਟਰਡ ਕਲਰ ਦਾ ਨਾਲ ਦੇ ਨਾਲ ਮੈਂ ਰਿਕਵੈਸਟ ਕਰਾਂਗਾ ਜੀ ਸਾਰੇ ਕਸਟਮਰ ਜਿਹੜੇ ਸਾਡੀ ਵੀਡੀਓ ਦੇਖ ਰਹੇ ਨੇ ਕਿ ਕਮੈਂਟ ਕਰਕੇ ਤੁਸੀਂ ਦੱਸਰੋ ਸਾਨੂੰ ਕਿ ਤੁਹਾਡੇ ਸਾਡੀ ਜਿਹੜੀ ਵੀਡੀਓ ਕਿੱਦਾਂ ਦੀ ਲੱਗ ਰਹੀ ਹੈ ਤੁਹਾਨੂੰ ਕਲੈਕਸ਼ਨ ਕਿੱਦਾਂ ਦੀ ਲੱਗ ਰਹੀ ਹੈ ਤੁਹਾਡਾ ਫੀਡਬੈਕ ਕਾਫੀ ਕ੍ਰੂਸ਼ਲ ਹੁੰਦਾ ਹੈ ਸੋ ਨੈਕਸਟ ਆਰਟੀਕਲ ਤੁਹਾਨੂੰ ਮੈਂ ਦਿਖਾ ਰਿਹਾ ਜੀ ਮਸਟਰਡ ਕਲਰ ਦਾ ਬਿਊਟੀਫੁਲ ਆਰਟੀਕਲ ਹੈ ਪੋਲਕਾ ਡਾਟ ਸਟਾਈਲ ਦੀ ਇਹਦੀ ਪ੍ਰਿੰਟਿੰਗ ਆਏਗੀ ਇਹ ਮਸਟਰਡ ਕਲਰ ਦਾ ਆਰਟੀਕਲ ਹੈ ਜੀ ਅਗੇਨ ਜਿਹੜੇ ਕਸਟਮਰਸ ਨੂੰ ਕੁਝ ਸਿੰਪਲ ਸੋਬਰ ਬਟ ਸਮਾਰਟ ਆਰਟੀਕਲ ਵੇਅਰ ਕਰਨਾ ਹੈ ਪਿਓਰ ਕਾਟਨ ਦਾ ਹਨ ਹਰ ਸਟੇ ਚੀਜ਼ ਬਹੁਤ ਸੁਪਰ ਹਿੱਟ ਰਹੇਗੀ ਸੋ ਮਸਟਰਡ ਕਲਰ ਦੀ ਸ਼ਰਟ ਆਏਗੀ ਜੀ ਕਿਹੜਾ ਤੁਹਾਨੂੰ ਮਿਲੇਗਾ ਇਸ ਤਰ੍ਹਾਂ ਕੰਟਰਾਸਟ ਰੈੱਡ ਕਲਰ ਦੇ ਵਿੱਚ ਕੇਰੇ ਉੱਤੇ ਪੈਣਾ ਰੈੱਡ ਕਲਰ ਦੀ ਇੱਥੇ ਇੱਥੇ ਬ੍ਰਾਡ ਪੱਟੀ ਆਏਗੀ ਫਿਰ ਮਲਟੀਪਲ ਲਾਈਨਸ ਹੈਗੀਆਂ ਨੇ ਫਿਰ ਪੋ ਇਸਾ ਲੁੱਕ ਆਏਗੀ ਜੀ 셔ਟ ਦੇ ਫਰੰਟ ਦੀ ਇਹਦੇ ਨਾਲ ਤੁਸੀਂ ਬੈਕ ਵੀ ਚੈੱਕ ਕਰ ਲਓ ਬੈਕ ਵੀ ਸੇਮ ਆਏਗਾ 셔ਟ ਦਾ ਬਾਟਮ ਦਾ ਕਲਰ ਵੀ ਮਸਟਰਡ ਹੈਗਾ ਜੀ ਇਹਦੇ ਵਿੱਚ ਪਿਓਰ ਕਾਟਨ ਦੇ ਹੀ ਨਾਲ ਬਾਟਮ ਆਏਗੀ ਨਾਲ ਤੁਹਾਨੂੰ ਦੁਪੱਟਾ ਦਿਖਾ ਦਿੰਨੇ ਹਾਂ ਜੀ ਦੁਪੱਟਾ ਇਹਦਾ ਬਹੁਤ ਬਿਊਟੀਫੁੱਲ ਆਏਗਾ ਡਿਜ਼ਾਈਨਰ ਦੁਪੱਟਾ ਹੈਗਾ ਪਿਓਰ ਕਾਟਨ ਦਾ ਹੀ ਫੁੱਲ ਵੇਟਸ ਆਏਗੀ ਦੁਪੱਟੇ ਦੇ ਜੀ ਫੁੱਲ ਆਏਗੀ ਲੈਂਥ ਦੁਪੱਟੇ ਦੀ ਔਰ ਪ੍ਰਿੰਟਿੰਗ ਦਾ ਇੱਕ ਵਾਰ ਸਟਾਈਲ ਚੈੱਕ ਕਰ ਲਓ ਪ੍ਰਿੰਟਿੰਗ ਦਾ ਸਟਾਈਲ ਬਹੁਤ ਪਿਆਰਾ ਦੁਪੱਟੇ ਉੱਤੇ ਸੋ ਬਿਊਟੀਫੁੱਲ ਬਾਰਡਰ ਆਏਗਾ ਦੁਪੱਟੇ ਦੇ ए टू कलर ऑप्शन ऑफर कर रहे हैं। एक जी मस्टर्ड आएगा रेड कलर का दूसरा कलर ऑप्शन है जी माउस के ब्लैक कलर का सो so, माउस कलर दर्ट है माउस कलर का बॉटम आएगा ब्लैक कलर का बॉटम है इस तरह लोग आएगी बॉर्डर ब्लैक की सो so, दोनों कलर अवेलेबल ने जी थोड़े मस्टर्ड भी बहुत सोहना सूट है अगेन जेटमर कुछ ज्यादा हैवी नहीं वेयर करते लाइट वेट चीज़ वेयर करना चाहते हो तो ये चीज बहुत प्यारी है आइटम नंबर साढ़ी फिफ्थ आएगी रेंज रेंजी है ट्वेंटी नाइन फिफ्टी टू नाइन फाइव जीरो इसका प्राइस है जी आइटम नंबर है फाइव रिमोट प्योर कॉटन की शर्ट जी प्योर कॉटन का बॉटम आएगा नाल भी कॉटन है नैक्ट आर्टिकल जो कस्टमर कुछ प्योर कॉटन लाइक करते हैं लाइट कलर पेस्टल कलर वास्ते चीज दिखा रहे हैं स्पेसीफिकली ਪਿਓਰ ਕਾਟਨ ਦਾ ਆਰਟੀਕਲ ਹੈ ਜੀ ਬਹੁਤ ਬਿਊਟੀਫੁਲ ਐਂਕਰ ਵਰਕ ਦੀ ਐਮਬਰਾਇਡਰੀ ਹੈ ਸੋ ਐਂਕਰ ਵਰਕ ਇਸ ਬੇਸਿਕਲੀ ਰੇਸ਼ਮ ਦੀ ਹੀ ਕੜਾਈ ਹੁੰਦੀ ਹੈ ਬਟ ਇਹ ਹੈਂਡ ਸਟਿਚਡ ਹੁੰਦਾ ਹੈਗਾ ਸੋ ਕਾਫੀ ਬਿਊਟੀਫੁਲ ਲੁੱਕ ਆਂਦੀ ਹੈ ਸਪੀਸ ਦੀ ਲਾਈਟ ਲੇਮਨ ਕਲ ਤੁਹਾਨੂੰ ਮੈਂ ਦਿਖਾ ਰਹਾ ਜੀ ਫਰਸਟ ਕਲਰ ਜਿਹੜਾ ਅਵੇਲੇਬਲ ਹੈ ਸਾਡੇ ਕੋਲ ਕੇਰਾ ਤੁਸੀਂ ਦੇਖ ਸਕਦੇ ਹੋ ਬਿਊਟੀਫੁਫਲ ਕੇਰਾ ਜਿਹੜੇ ਆਏ ਦੇ ਸੂਟਸ ਹਨ ਉਹ ਦਿਖਾ ਰਹਾ ਜੀ ਮੈਂ ਰਿਕਵੈਸਟ ਕਰਾਂਗਾ ਕਸਟਮਰਸ ਨੂੰ ਕਿ ਨਾਲ ਦੇ ਨਾਲ ਤੁਸੀਂ ਸਕਰੀਨ ਸ਼ਾਟਸ ਲੈ ਕੇ ਸਾਨੂੰ ਪੇਸ ਦੇ ਰਹੋ ਅਗਰ ਤੁਸੀਂ ਆਰਡਰ ਬੁੱਕ ਕਰਨਾ ਚਾਹੁੰਦੇ ਹੋ बिकॉज समटाइमज आप थोड़ा जहाँ लेट या लेट ऑर्डर करते हैं तो वो अवेलेबिलिटी खत्म हो जाती है पीस दो इस तरह देख सकते हो पैनल स्टाइल शर्ट आएगी दोनों पैनल से बहुत प्यारी एंकर दम्ब्रॉयडरी है घेरा भी बहुत सोना है सारी शर्ट उ कॉन्ट्रास्ट प्रिंटिंग आएगी वाइट कलर की इस तरह लोग आएगी जी सारे शर्ट के फरंट की एर देखोगे तो स्लीवज एक्सट्रा दिता गया बॉर्डर स्लीवस बॉर्डर एक्सट्रा आएगा एम्ब्रॉयडरी वाला कटवर्क वाला बॉर्डर हैगा ਸ਼ਰਟ ਦਾ ਫਰੰਟ ਔਰ ਬੈਕ ਸੇਮ ਆਏਗਾ ਬੈਕ ਤੇ ਵੀ ਕਢਾਈ ਹੈ ਜੀ ਫਰੰਟ ਤੇ ਵੀ ਕਢਾਈ ਹੈ ਇਹ ਚੀਜ਼ਾਂ ਬਹੁਤ ਘੱਟ ਆਉਂਦੀਆਂ ਸਾਡੇ ਕੋਲ ਜਿਹਦੇ ਵਿੱਚ ਫਰੰਟ ਤੇ ਵੀ ਕਢਾਈ ਔਰ ਬੈਕ ਤੇ ਵੀ ਦੇਖੋ ਕਢਾਈ ਆ ਰਹੀ ਹੈ ਨਾਲ ਬਾਟਮ ਆਏਗਾ ਜੀ ਪਿਓਰ ਕਾਟਨ ਦਾ ਪਿਓਰ ਕਾਟਨ ਦੀ ਸ਼ਰਟ ਹੈ ਪਿਓਰ ਕਾਟਨ ਦਾ ਹੀ ਨਾਲ ਬਾਟਮ ਆਏਗਾ ਨਾਲ ਨੂੰ ਤੁਹਾਨੂੰ ਦੁਪੱਟਾ ਦਿਖਾਉਣ ਜਾ ਰਹੇ ਹਾਂ ਦੁਪੱਟਾ ਵੀ ਬਹੁਤ ਸਮਾਰਟ ਆਏਗਾ ਇਹਦਾ ਇਸ ਤਰ੍ਹਾਂ ਸਾਰੀ ਸ਼ਰਟ ਦੀ ਲੁੱਕ ਆਏਗੀ ਬਹੁਤ ਪਿਆਰਾ ਪੇਸਟਲ ਜਿਹਾ ਟੋਨ ਹੈਗਾ ਜੀ ਪਿਓਰ ਕਾਟਨ ਦਾ ਸੂਟ ਹੈਗਾ ਔਰ ਨਾਲ ਦੁਪੱਟਾ ਵੀ ਤੁਸੀਂ ਚੈੱਕ ਕਰ ਲਓ ਸਕੈਲਪਿੰਗ ਵਰਕ ਵਾਲਾ ਦੁਪੱਟਾ ਆਏਗਾ ਸਾਰੇ ਦੁਪੱਟੇ ਦੇ ਆਸ-પાસ ਐਂਕਰ ਦੀ ਐਮਬਲੋਇਡਰੀ ਸੈਂਟਰ ਵਿੱਚ ਵੀ ਸਾਰੀ ਕਢਾਈ ਆਏਗੀ ਔਰ ਨਾਲ-ਨਾਲ ਪ੍ਰਿੰਟਿੰਗ ਵੀ ਆ ਰਹੀ ਹੈ ਕੰਟਰਾਸਟ ਇਸ طرح ਲੁੱਕ ਆਏਗੀ ਜੀ ਸਾਰੇ ਪੀਸ ਦੀ ਅਗੇਨ ਟੂ ਕਲਰ ਕੰਬੀਨੇਸ਼ਨਸ ਆਰ ਅਵੇਲੇਬਲ ਜੀ ਫਰਸਟ ਜਿਹੜਾ ਤੁਸੀਂ ਦੇਖ ਲਿਆ ਲੇਮਨ ਕਲਰ ਹੈ ਔਰ ਜਿਹੜਾ ਸੈਕਿੰਡ ਕਲਰ ਆਏਗਾ ਇਹਦੇ ਵਿੱਚ ਆਏਗਾ ਲਾਈਟ ਸਕਾਈ ਬਲੂ ਕਲਰ ਹੈਗਾ ਸੋ ਟੂ ਕਲਰ ਕੰਬੀਨੇਸ਼ਨਸ ਆਰ ਅਵੇਲੇਬਲ ਜੀ ਦੋਨਾਂ ਉੱਤੇ ਤੁਸੀਂ ਦੇਖ ਸਕਦੇ ਹੋ ਗ੍ਰੇਸ ਕਾਫੀ ਅੱਛੀ ਹੈ ਦੋਨੋਂ ਪੀਸਿਸ ਦੀ एक्त भी रेशम का काम एंकर काम बहुत खेल के आ रहा है और यह भी बड़ा सोहना सूट है लैमन वाला और लैमन कलर ज जब आप किसी कस्टमर को कहने जी तो एवरीबडी थिंगस की थोड़ा जाम बिटर जहा कलर है या मतलब जुम्मे सॉफ्ट कलर नहीं होएगा बट दिस इज़ अ वेरी सुदिंग शेड लैमन च भी काफ़ी टोन आते हैं बट ए वाला जरा टोन है काफ़ी सूदिंग है सो प्योर कॉटन की शर्ट हैगी जी फ्रंट और बैक सेम आएगा शर्ट का यह जी बॉटम तुम्हें मिलेगी प्लेन वह आएगी प्योर कॉटन की और दप्टा भी सेम फैब्रिक आइटम नंबर साड़ी आज की अवली सिक्स हैगी है जी रेंज द आएगी ट्वेंटी टू टेन बई सौ दस से प्राइस रहेगा जी आइटम नंबर सिक्स टू कलर ऑप्शन आर अवेलेबल लैमन एंड पिस्ता नैक्सट चलो जी नैक्सट आर्टिकल थानू दिखाने जा रहे जी आप बहुत सोहना डिजाइनर आर्टल है हाफ एंड हाफ कॉन्सैप्टी से लो जी ਇਹ ਵਾਲਾ ਆਰਟੀਕਲ ਮੇਰੇ ਖਲ ਸਾਰੇ ਕਸਟਮਰਸ ਲਾਈਕ ਕਰਨਗੇ बिकॉज ਟੂ ਦਾ ਆਈਜ਼ ਆਫ ਅਸ ਮਤਲਬ ਅਸੀਂ ਰੋਜ਼ ਜਿਵੇਂ ਸੂਟਸ ਖੋਲਦੇ ਆਂ ਤੇ ਦੇਖਦੇ ਰਹਿੰਦੇ ਆਂ ਤੇ ਸਾਡੇ ਵਾਸਤੇ ਵੀ ਬਿਲਕੁਲ ਨਵਾਂ ਜਿਹਾ ਕਨਸੈਪਟ ਹੈ ਦੇਖਣ ਵਾਸਤੇ ਸੋ ਹਾਫ ਐਂਡ ਹਾਫ ਸਟਾਈਲ ਦਾ ਕਨਸੈਪਟ ਆਏਗਾ ਜਿਹਦੇ ਵਿੱਚ ਸਾਨੂੰ ਸ਼ਰਟ ਤੇ ਪ੍ਰਿੰਟਿੰਗ ਵੀ ਮਿਲ ਰਹੀ ਹੈ embroidery ਵੀ ਹੈਗੀ ਹੈ ਬਹੁਤ ਸਲੀਕੀ ਜੀ ਔਰ ਨਾਲ ਨਾਲ ਸੈਂਟਰ ਜਿਸ ਤਰ੍ਹਾਂ ਵੀਵਿੰਗ ਵੀ ਆਏਗੀ ਸੋ ਹਾਫ ਸਾਈਡ ਤੇ ਕਲਰ ਰਹੇਗਾ ਜੀ ਮਾਊਸ ਗ੍ਰੇ ਔਰ ਹਾਫ ਸਾਈਡ ਤੇ ਕਲਰ ਰਹੇਗਾ ਇਲੈਕਟ੍ਰਿਕ ਬਲੂ ਇਹਦੇ ਵਿੱਚ ਜੇਕਰ ਤੁਸੀਂ ਦੇਖੋਗੇ ਜਿਹੜਾ ਇਹਦਾ ਸਾਰਾ ਪ੍ਰਿੰਟਿੰਗ ਨਾਲ ਨਾਲ ਜਿਹੜਾ ਜਿਹੜਾ ਨੈਕਲਾਈਨ ਹੈਗਾ ਜੋ ਵੀ ਚੈੱਕ ਕਰ ਲੋ ਨੈਕਲਾਈਨ ਦੇ ਉੱਤੇ ਬੜਾ ਪਿਆਰਾ ਮੋਟਿਫ ਹੈਗਾ ਬਿਊਟੀਫੁਲ ਬਰਡ ਮੋਟਿਫ ਆਏਗਾ ਸਾਰਾ ਹੈਂਡ ਸਾਰਾ ਐਮਬਰਾਇਡਰੀ ਆਏਗੀ ਗਲੇ ਦੇ ਉੱਤੇ ਨਾਲ ਨਾਲ ਥੋੜਾ ਹਾਈਲਾਈਟ ਕੀਤਾ ਹੋਇਆ ਗਲੇ ਨੂੰ ਇਸ ਤਰ੍ਹਾਂ ਲੁੱਕ ਆਏਗੀ ਜਿਹਦੇ ਨੈਕਲਾਈਨ ਦੀ ਇਹਦੇ ਨਾਲ ਜਿਹੜਾ ਸ਼ਰਟ ਦਾ ਫਰੰਟ ਔਰ ਬੈਕ ਹੈ ਜੀ ਬਿਲਕੁਲ ਸੇਮ ਆਏਗਾ ਫਰੰਟ ਬੈਕ ਸੇਮ ਹੈ ਨਾਲ ਬਾਟਮ ਮਿਲੇਗਾ ਜੇ ਤੁਹਾਨੂੰ ਇਸ ਤਰ੍ਹਾਂ ਦਾ ਇਲੈਕਟ੍ਰਿਕ ਬਲੂ ਕਲਰ ਦਾ ਪਿਓਰ ਦਾ ਬਾਟਮ ਆਏਗਾ ਸੋ ਮਸਲਿਨ ਕਾਟਨ ਦੀ ਸ਼ਰਟ ਹੈ ਮਸਲਿਨ ਕਾਟਨ ਦਾ ਹੀ ਨਾਲ ਬਾਟਮ ਆ ਗਿਆ ਉਹ ਤੁਹਾਨੂੰ ਇਹਦੇ ਨਾਲ ਬਿਊਟੀਫੁੱਲ ਦੁਪੱਟਾ ਦਿਖਾਉਣ ਜਾ ਰਿਹਾ ਹਾਂ ਔਰ ਦੁਪੱਟੇ ਉੱਤੇ ਵੀ ਬੜੀ ਪਿਆਰੀ ਏਮਬਰਾਇਡਰੀ ਆਏਗੀ ਅਗੇ ਨੇ ਜਿਹੜੇ ਕਸਟਮਰਸ ਕੁਝ ਸਰ ਤੋਂ ਡਿਫਰੈਂਟ ਡਿਮਾਂਡ ਕਰਦੇ ਨੇ ਉਹਨਾਂ ਉਸੇ ਬਹੁਤ ਸਪੈਸ਼ਲ ਚੀਜ਼ ਦਿਖਾ ਰਹੇ ਹਾਂ ਲਓ ਜੀ ਦੁਪੱਟਾ ਚੈੱਕ ਕਰੋ ਜੀ ਬਿਊਟੀਫੁੱਲ ਏਮਬਰਾਇਡਰੀ ਔਨ ਦੁਪੱਟਾ ਇਹ ਸਾਰਾ ਜਿਹੜਾ ਦੇਖ ਲਓ ਜੀ ਦੁਪੱਟੇ ਦਾ ਕਾਰਨਰ ਸਾਰੇ ਇਸ ਤਰ੍ਹਾਂ ਦੇ ਬਣੇ ਹੋਏ ਨੇ ਜਿਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਟੈਂਪਲ ਮੋਟਿਫ ਹੈਗਾ ਫਿਰ ਟਰੀ ਦਾ ਮੋਟਿਫ ਹੈ ਸਾਰੀ ਹੈਂਡ ਏਮਬਰਾਇਡਰੀ ਕੀਤੀ ਗਈ ਹੈ ਜ਼ਰੀ ਦੇ ਵਿੱਚ ਨਾਲ-ਨਾਲ ਦੁਪੱ टू अलर ऑफर करा दुबट्टा जो आएगा जी सॉफ्ट ऑरगैनजा का है ना जी शर्ट आएगी मसलीन कॉटन की और जो बॉटम आएगा मसलीन का ही एलर दे रहे हैं एक तुम देख लिया माउस दलर आ गया इलैक्ट्रिक ब्लू और दूसरा कलर आएगा जी माउसर मसटर्ड या टोन कलर आएगा मस्टर्ड भी नहीं कह सकते इन्हों ब्रास कलर कहेंगे बिकॉज इट इज़ अ मिक्सचर ऑफ पैरट एंड मस्टर्ड कलर सो so, दोनों कलर देख लो जी वीविंग और जो एम्ब्रॉयडरी है काफ़ी अच्छी की है बाकी ब्लू भी देखो जी एक ब्रांड न्यू शेड है काफ़ी कस्टमर्स को नहीं हूँ ब्लू कलर अदरवाइज दिस कलर इज ऑलसो वेरी नाइस तो अगर आप दो लेना चाहिए किसी वस्ते गिफ्ट भी करना था दोनों ही चीज़ा बड़ी सोहनिया ने आइटम नंबर साइड आएगी सैवनथ आएगी जी रेंजी हैगी है थर्ट फोर्टी डिजाइनर दुपट्टा मिलेगा जो जीत एम्ब्रॉयडरी वाला चारों कॉर्नर से सेम एम्ब्रॉयडरी आएगी नेकलाइन बहुत स्मार्ट है प्योर मसलीन की शर्ट है मसलीन का बॉटम आएगा ਨਾਲ ਦੁਬੱਟਾ ਹੈਗਾ ਜੀ ਸੌਫਟ অর্ਗੈਂਜ਼ਾ ਦੇ ਵਿੱਚ ਆਈਟਮ ਨੰਬਰ 7 ਹੈ ਰੇਂਜ ਇਹਦੀ ਆਏਗੀ 3640 ਨੈਕਸਟ ਚਲੋ ਜੀ ਨੈਕਸਟ ਆਰਟੀਕਲ ਤੁਹਾਨੂੰ ਮੈਂ ਦਿਖਾਉਣ ਲੱਗਾ ਜੀ ਵਾਈਟ ਕਲਰ ਦੇ ਵਿੱਚ ਅਗੇਨ ਬ੍ਰਾਂਡਡ ਆਰਟੀਕਲ ਹੈਗਾ ਜੀ ਫ্রম ਦ ਬ੍ਰਾਂਡ ਆਫ ਨਾਰੀਤੀ ਕਾਫੀ ਅੱਛੀ ਇਹਨਾਂ ਦੀ ਕੁਆਲਿਟੀ ਹੁੰਦੀ ਹੈ ਜੀ ਫੈਬਰਿਕ ਦੀ ਫਰਸਟ ਆਫ ਆਲ ਡਿਫਰੈਂਟ ਫੈਬਰਿਕ ਦਿਖਾ ਰਹੇ ਹਾਂ ਦਿਸ ਇਜ਼ ਪਿਓਰ ਲਿਨਨ ਸੋ ਲਿਨਨ ਦਾ ਇਹ ਕਿਹ ਬੈਨੀਫਿਟ ਹੈ ਕਿ ਤੁਸੀਂ ਇਹਨੂੰ 12 ਮੰਥਸ ਵੇਅਰ ਕਰ ਸਕਦੇ ਹੋ ਚਾਹੇ ਉਹ ਸਰਦੀਆਂ ਹੁੰਦਾਂ ਚਾਹੇ ਉਹ ਗਰਮੀਆਂ ਹੋਣ तो इस तरह देख सारी शर्ट की प्रिंटिंग आएगी बहुत ब्यूटीफुल बहुत क्यूट जी प्रिंटिंग है पहली गल घेरा देख लो यदा घेरे इस तरह सारा, सारा कट वर्क किया मिलेगा यह सारा देखो जी अपलीक हो नीचे स्कैल्पिंग वर्क है लुक बड़ी स्मार्ट है सारे पीस के बच्च उस डायगनल स्टाइल की सारी प्रिंटिंग आएगी टू टोन प्रिंटिंग है जितने एक टोन मिलेगी अच्छा मल्टी की और दूसरी टोन मिल रही है ग्रे की neckline vich to se dekh sakte ho neckline vi bahut beautifully done hai ga laces bade pyare kat pak de dete hoye ne center patti badi sohni hai gi hai is tarah look aayegi sare suit de front di is dal tonu jehda back hai ji shirt da oh vi same milega front ne back same hai ga naal bottom aayega ji pure cotton da white color da hi bottom aayega so pure linen di shirt hai gi ji pure cotton da bottom aayega naal dupatta vi linen fabric de vich hai ga ਔਰ ਦੁਪੱਟੇ ਦੇ ਵੀ ਤੁਸੀਂ ਪ੍ਰਿੰਟਿੰਗ ਦੇਖ ਸਕਦੇ ਹੋ ਬਹੁਤ ਬਿਊਟੀਫੁਲ ਪ੍ਰਿੰਟਿੰਗ ਹੈਗੀ ਹੈ ਚਾਰੋਂ ਸਾਈਡਸ ਤੇ ਬਾਰਡਰ ਹੈਗੇ ਨੇ ਬਹੁਤ ਸੋਹਣਾ ਬੁਟੀਕ ਸਟਾਈਲ ਦਾ ਆਰਟੀਕਲ ਹੈਗਾ ਜੀ ਔਰ ਬਿਕੋਜ਼ ਇਹ ਵਾਲੇ ਆਰਟੀਕਲ ਦੀ ਸਾਡੇ ਕੋਲ ਪਾਰਟिकुलर ਕਾਫੀ ਡਿਮਾਂਡ ਹੈ ਸੋ ਇਹਦੇ ਨਾਲ ਤੁਹਾਨੂੰ ਜਿਹੜੇ ਤਿੰਨੋਂ ਕਲਰਸ ਅਵੇਲੇਬਲ ਆ ਸੀ ਤਿੰਨੋਂ ਕਲਰ ਸ਼ੋ ਕਰ ਰਹੇ ਹਾਂ ਇਨ ਫੈਕਟ 올 ਆਫ ਥੀਸ ਕਲਰਸ ਆ ਵਰਰੀ সুইਟ ਵਰਰੀ ਸੂਦੀਂਗ ਕਲਰਸ ਤੇ ਮੇਰੇ ਕਲ ਸਾਰੇ ਕਲਰ ਸਾਨੂੰ ਸਭ ਨੂੰ ਪਸੰਦ ਆਣਗੇ ਸੋ ਫਰਸਟ ਕਲਰ ਹੈਗਾ ਜੀ ਇਹਦੇ ਵਿੱਚ ਵਾਈਟ ਸੈਕੰਡ ਕਲਰ ਆ ਗਿਆ ਜੀ ਬਲਸ਼ ਪਿੰਕ लो जी हम थर्ड कलर दौ लो जी, जी।, जी। थर्ड कलर आएगा जी लाइट येलो लो जी भी विशेष देख सकते हो कटवर्क वगैरह बड़ा सोहना किया गया पिंक भी बहुत सोहना कलर है ईवन जो वाइट कलर तुम अभी ओपन करके दिखाया भी बड़ा प्यारा है प्रिंटिंग सब की सेम है, है जी सिर्फ कलर ऑप्शन अवेलेबल ने तीन सो प्योर लेनर दर्ट हैगी है जी प्योर लेनर का दुप्टा तो आएगा बॉटम आएगी जी प्योर कॉटन की आइटम नंबर साइड हैगी रेंज की आएगी ट्वेंटी सिक्स थर्टी छब्बीस सौ तीन का प्राइज रहेगा जी आइटम नंबर है एट नैक्सट चलो जी रणधीर कौर जी सत श्रीकाल मैम थैंक यू सो मचे कॉमेंट लिए बाकी भी सारे जो कस्टमर देख रहे हैं जी जरूर कमेंट करके चाहे वन वर्ड है चाहे वन लाइन है या फिर रेटिंग करके भी सू कमेंट कर सकते हो साइड प्रेजेंटेन कि लग रही है सूट से कलेक्शन कि लग रही है तो फीडबैक काफ़ी क्रुशल हों टीम वास्ते ਸੋ ਨੈਕਸਟ ਆਰਟੀਕਲ ਤੁਹਾਨੂੰ ਮੈਂ ਦਿਖਾ ਰਿਹਾ ਜੀ ਡੈਨਿਮ ਬਲੂ ਕਲਰ ਦਾ ਬਿਊਟੀਫੁਲ ਆਰਟੀਕਲ ਹੈ ਅਗੇਨ ਮਸਲਿਨ कॉटन ਦੇ ਵਿੱਚ ਪੀਸ ਆਇਆ ਹੈ ਇਹ ਵਾਲਾ ਪੈਨਲ ਸਟਾਈਲ ਦੀ ਬਹੁਤ ਸੋਹਣੀ ਹੈ ਸੂਟ ਆਏਗਾ ਇੱਕ ਦੂਸੇ ਦੂਰੋ ਲੁੱਕ ਦੇਖ ਲਓ ਇਹਦੇ ਵਿੱਚ ਸਾਨੂੰ ਡਬਲ ਬਾਰਡਰਸ ਮਿਲ ਰਹੇ ਨੇ ਜੀ ਜਿਹੜੇ ਘੇਰੇ ਬਣੇ ਹੋਏ ਨੇ ਡਬਲ ਲਏਗੇ ਨੇ ਸੋ ਜਿਹੜਾ ਫਰਸਟ ਕਲਰ ਆਏਗਾ ਜੀ ਇਹਦੇ ਵਿੱਚ ਤੁਹਾਨੂੰ ਡੈਨਿਮ ਬਲੂ ਦਿਖਾ ਰਿਹਾ ਘੇਰੇ ਵਿੱਚ ਸਾਰਾ ਇਸ ਤਰ੍ਹਾਂ ਰੇਸ਼ਮ ਦੀ ਐਮਬਰਾਇਡਰੀ ਹੈ ਕੋਈ ਵੀ ਇਹ ਦੇਖੋ ਜੀ ਪ੍ਰੋਪਰਲੀ ਦੇਖੋਗੇ ਤਾਂ ਇਹ ਲੇਸਿਸ ਨਹੀਂ ਹੈਗੇ ਪ੍ਰੋਪਰ ਜਿਹੜਾ ਰੇਸ਼ਮ ਦਾ ਕੰਮ ਸੋ ਬਲੂ ਕਲਰ ਦਾ ਹੀ ਵਰਕ ਆਏਗਾ ਨੀਚੇ ਪਰ ਹੈ ਤਾਂ オーਗੈਂਜ਼ਾ ਦਾ ਇੱਕ ਕੇਰਾ ਬਣਿਆ ਹੋਇਆ ਫਿਰ ਪ੍ਰਿੰਟਿੰਗ ਆਏਗੀ ਉਸ ਬਾਅਦ ਫਿਰ ਦੂਸਰਾ ਕੇਰਾ ਆਏਗਾ ਜਿਸ ਤਰ੍ਹਾਂ ਲੇਸ ਜਿਹਨੂੰ ਪੂਰਾ ਹਾਈਲਾਈਟ ਕੀਤਾ ਹੋਇਆ ਪੈਨਲਸ ਵੀ ਤੁਸੀਂ ਦੇਖ ਸਕਦੇ ਹੋ ਪੈਨਲਸ ਬੜੇ ਸਮਾਰਟ ਬਣੇ ਹੋਏ ਨੇ ਸਾਰੀ ਸ਼ਰਟ ਤੇ ਬੰਦੇਜ ਸਟਾਈਲ ਦੀ ਵੀਵਿੰਗ ਹੈਗੀ ਹੈ ਨੈਕ ਲਾਈਨ ਦੇ ਉੱਤੇ ਸਾਰੀ ਇਸ ਤਰ੍ਹਾਂ ਪ੍ਰੋਪਰ ਵੀਵਿੰਗ ਆਏਗੀ ਸਾਰੀ ਸ਼ਰਟ ਤੇ ਪ੍ਰਿੰਟਿੰਗ ਆਏਗੀ ਇਹ ਲੋਕ ਆਏਗੀ ਜੀ ਸਾਰੇ ਸ਼ਰਟ ਦੇ ਫਰੰਟ ਦੀ ਇਹਦੇ ਨਾਲ ਤੁਹਾਨੂੰ ਜਿਹੜੇ 슬ੀਵਸ ਉਸ ਤੇ ਜਿਹੜੇ ਬਾਰਡਰ ਨੇ ਜੀ ਉਹ ਐਕਸਟਰਾ ਮਿਲਦੇ ਨੇ ਸੋ 슬ੀਵਸ ਉਸ ਤੇ ਤੁਸੀਂ ਇਸ ਤਰ੍ਹਾਂ ਅਟੈਚ ਕਰ ਸਕਦੇ ਹੋ ਅੱਗੇ ਸੋਦਰ ਕੀ ਪਾਕਿਸਤਾਨੀ ਲੁੱਕ ਆ ਜਾਏ ਆਰਟੀਕਲ ਦੇ ਵਿੱਚ ਪਿਓਰ ਮਸਲੀਨ ਦੀ ਸ਼ਰਟ ਹੈਗੀ ਹੈ ਜੀ ਨਾਲ ਜਿਹੜਾ ਬਾਟਮ ਆਏਗਾ ਉਹ ਵੀ ਮਸਲੀਨ कॉटन ਦਾ ਬਾਟਮ ਦੇ ਵਿੱਚ ਤੁਸੀਂ ਦੇਖੋਗੇ ਤਾਂ ਕੰਟਰਾਸਟ ਤੁਹਾਨੂੰ ਇਸ ਤਰ੍ਹਾਂ ਮਿਲੇਗਾ نیچے ਥ्रेड ਵਰਕ ਕੀਤਾ ਹੋਇਆ ਇਹਨੂੰ ਤੁਸੀਂ ਪਲਾਜ਼ੋ ਤੇ ਚਾਹੇ ਪੈਂਟਸ ਕਿਤੇ ਵੀ ਆਪਾਂ ਅਪਲਾਈ ਕਰ ਸਕਦੇ ਹਾਂ ਐਟ ਦਾ ਟਾਈਮ ਆਫ ਸਟਿਚਿੰਗ ਸੋ ਇਸ ਤਰ੍ਹਾਂ ਡਾਰਕ 베ਜ ਜੇ ਕਰਦਾ ਹੈ ਦਾ ਬਾਟਮ ਆਏਗਾ ਜੀ ਡੈਨਿਮ ਬਲੂ ਕਲਰ ਦੀ ਸ਼ਰਟ ਹੈਗੀ ਹੈ ਨਾਲ ਉਹ ਤੁਸੀਂ ਦੁਪੱਟਾ ਵੀ ਇਹਦਾ ਚੈੱਕ ਕਰ ਲਓ ਦੁਪੱਟੇ ਕਰਕੇ ਮਤਲਬ ਜਾਰ-ਜਰ ਕਸਟਮਰ ਸਾਡੇ ਕੋਲ जल्दी जल्दी डिसीजन लेके लेते ले हैं पीस है वाला और दुपट्टा बहुत प्यारा है मसलीन का ही दुपट्टा है मल्टी प्रिंटिंग का दुपट्टा है तुम एक बार कलर जरूर ध्यान देना जी जी तुम्हें मल्टी प्रिंट्स भी अं दिखा रहे हैं तो कलर बहुत सूदिंग है ने? कोई ब्राइट या शार्प कलर नहीं है दिस आर वेरी सूदिंग कलर किसी भी एक एज एज ग्रुप में सूट कर जाते हैं और प्रिंटिंग भी इस तरह की है कि फुल बूटी तो या फ्लावर तो हटके है फ्लोरल प्रिंटिंग तो हटके चीज तुम्हें दिखा रहे हैं एवली सो इस तरह लुक आएगी जी सारे पीस द डेनिम ब्लू कलर है जी मसलीन कॉटन की शर्ट हैगी है मसलीन का बॉटम आएगा स्लीव स्लीवे और बॉर्डर बॉटम वास्ते एक्सट्रा मिलेगा दुपट्टा आएगा बहुत प्यारा सेम फैब्रिक भी टू कलर ऑफ है साल अवेलेबल जी फर्स्ट उसी देख लिया डेनिम ब्लू और दूसरा ये आएगा जी इस तरह डार्क प्लम जहा कलर आएगा ये अगर देखोगे तो प्रोपर एम्ब्रॉयडरी सारी मैच की गई है कलरस दोनों ही बड़े प्यारे है दोनों में कोई कलर भी तो लैसते हो जी अगर दोनों कलर्स लेना चाहो तो दोनों कलर्स भी लैसते हो थोड़ा जा फर्क भी है हल्का हल्का इंब्रॉयडरी का और प्रिंट का सो संडे मंडे करके आप वेयर भी कर सकते हैं आइटम नंबर साइड की अवली नाइनथ आएगी जी रेंज की हैगी ट्वेंटी सैवन एट्टी टू सैवन एट जीरो प्राइस रहेगा जी आईटी नंबर हैगीइन टू कलर ऑप्शन आर अवेलेबल नैक्सट चलो जी पूजा मैम सत श्रीकाल जी थैंक यू सो मचे कॉमेंट लिए डॉल मैम सत अविंदर कौर जी सत श्रीकाल थैंक यू सो मच साढ़े कॉमेंट्स ले जी डिम्पल जी सताल नैक्सट आर्टिकल मैं दिखा रहा जी प्योर कॉटन अगेन जेड कस्टमर कुछ सिंपल और एलीगेंट लुक लभ रहे हैं तो उन्होंने बहुत सोहना सूट है वाला सूट के लिए सैल्फ वीविंग भी मिलेगी बोरिंग स्टाइल एम्ब्रॉयडरी भी मिलेगी जिम्मे देख चिकन बोरिंग का कॉन्सैप्ट सारा वाला सो ब्यूटीफुल एम्ब्रॉयडरी है घेरा बहुत सोहना बनया हुआ है नीचे बहुत एलीगेंट जहाँ कॉन्सैप्ट सो आई वुड रिकमेंड कि तुसी अगर प्रिंटिंग वाले आर्टिकल्स दे रहे हो तो वाला भी अपनी कलैक्शन में जरूर इनक्लूड करो बहुत सोहना सूट है भी ब्लश पिंक कलर है जी घेरा बहुत समार्ट आएगा इस तरह नाले नीचे कॉन्ट्रास्ट इस तरह बॉर्डर बने है हुए हैं सारी शर्ट के दे उसे तो देख सकते हो दे। सैल्फ वीविंग हैगी है, है। नाल नाल सारी इस तरह एम्ब्रॉयडरी आ रही है नैकलाइन बहुत सोहना हाईलाइट किया गया जी इस तरह यद नैकलाइन आएगा शर्ट का फरंट और बैक इस तरह सेम वीविंग आएगा प्योर कॉटन की शर्ट है प्योर कॉटन का बॉटम आएगा सेम ब्लश पिंक कलर का दा। नाल हम तुम दुपट्टा दिखा देना जी दुपट्टा भी बड़ा प्यारा आएगा फॉर दिस सूट यू विल बी गैटिंग अ प्योर शिफोन दुपट्टा प्योर शिफोन का दुपट्टा आएगा दुपट्टे के चारों साइड से सेम तुम इस तरह स्कैल्पिंग वर्क वाला बॉर्डर मिलेगा सारा रेशम की एम्ब्रॉयडरी है चिकन बोरिंग का कॉन्सैप्ट है दुपट्टे उत्ते भी सो so, इस तरह लुक आएगी जी पूरे पीस की ये भी तुम असी दो कलर ऑफर ਦੂਸਰੇ ਵਿੱਚ ਕਲਰ ਆਇਆਗਾ ਜੀ ਇਸ ਦਾ ਲਾਈਟ 골ਡ ਜਿਹਾ ਕਲਰ ਹੈ ਸਕਿਨ ਕਲਰ ਵੀ ਆਪਾਂ ਇਹਨੂੰ ਕਹਿ ਸਕਦੇ ਆ ਲਾਈਟ 골ਡ ਵੀ ਕਹਿ ਸਕਦੇ ਆ ਆਦਰਵਾਇਸ ਕਲਰ ਦੋਨੋਂ ਹੀ ਬੜੇ ਪਿਆਰੇ ਨੇ ਸੋ ਆਈਟਮ ਨੰਬਰ ਸਾਡੀ ਅੱਜ ਦੀ 10 ਹੈਗੀ ਹੈ ਜੀ ਰੇਂਜ ਦੀ ਆਏਗੀ 3720 3720 ਇਹਦਾ ਪ੍ਰਾਈਸ ਹੈਗਾ ਜੀ ਆਈਟਮ ਨੰਬਰ ਸਾਡੀ ਅੱਜ ਦੀ 10 ਹੈਗੀ ਹੈ ਬਲਸ਼ ਪਿੰਕ ਕਰਦਾ ਸੂਟ ਦਿਖਾ ਰਿਹਾ ਜੀ ਪਿਓਰ ਕਾਟਨ ਦੀ ਸ਼ਰਟ ਹੈ ਪਿਓਰ ਕਾਟਨ ਦਾ ਬਾਟਮ ਆਏਗਾ नाल दुप्टा है शिफोन के टू कलर अवेलेबल ने नैक्सट चलो जी नैक्सट आर्टिकल मैं दिखा रहा जी वाइन कलर का बहुत ब्यूटीफुल आर्टिकल है भी मसलीन कॉटन का ही सूट आएगा नैकलाइन बहुत समार्ट बनी हुई है थोड़ा मतलब अगर कुछ चीज़ आप डिफरेंट लभ रहे कोटन वेयर करने के लिए चीज़ बहुत सोनी हैगी है वाइन कलर ਦਾ ਸੂਟ ਆਏਗਾ ਜਿਹਦੇ ਵਿੱਚ ਕੀ ਤੁਹਾਨੂੰ ਕੰਟੈਂਪੋਰੀ ਸਟਾਈਲ ਦੇ ਪ੍ਰਿੰਟਸ ਮਿਲਦੇ ਨੇ neck line ਦੇ ਉੱਤੇ ਬਹੁਤ ਬਿਊਟੀਫੁੱਲ neck line ਦੇ ਉੱਤੇ embroidery ਵੀ ਆਏਗੀ ਕੋਈ ਦੂਰੋਂ ਤੁਸੀਂ ਕਨਸੈਪਟ ਦੇਖ ਲਓ ਫਿਰ ਮੈਂ ਦਨੋਂ ਦੇ ਦਾ ক্লোਜ਼ ਅਪ ਵੀ ਦਿਖਾਉਣ ਜਾ ਰਿਹਾ ਪਹਿਲੀ ਗੱਲ ਤਾਂ ਜੀ ਪਿਓਰ ਆਏਗਾ ਮਸਲਿਨ कॉटन ਬਿਊਟੀਫੁੱਲ ਸੈਲਫ ਸਰੀ ਇਸ ਆਏਗੀ ਪ੍ਰਿੰਟਿੰਗ ਦੇਖ ਸਕਦੇ ਹੋ ਦੂਰੋਂ ਇਸਾ ਲੁੱਕ ਆ ਰਹੀ ਜਿਵੇਂ ਸਾਰਾ thread work ਕੀਤਾ ਹੁੰਦਾ ਬਟ ਦਿਸ ਇਸ ਆਲ ਸਾਰੀ ਜਿਹੜੀ ਹੈ ਪ੍ਰਿੰਟਿੰਗ ਆਏਗੀ सैल्फ स्टाइल की प्रिंटिंग हैगी है जी योक वाला जो पार्ट है इस तरह कॉन्ट्रास्ट प्रिंटिंग आएगी नैकलाइन चैक कर लो बहुत ब्यूटीफुल सारी इस तरह एबसटैक्ट स्टाइल की प्रिंटिंग हैगी है नाल हाईलाइट आ रहा है बड़ा प्यारा स्टोनवर्क द्रॉयडरी है सीकुएंस है बहुत सोहना इस तरह डिफरेंट डिफरेंट स्टोन यूज किए हुए हैं सारे पीसू बना इस तरह लुक आएगी जी सारे शर्ट के फरंट की इसी बैक भी देख लो बैक भी सारा सेम आएगा बॉटम मिलेगा जी इस तरह मसलीन कॉटन का मसलिन कॉटन दी शर्ट ਆ ਮਸਲਿਨ कॉटन ਦਾ ਹੀ ਵਾਈਨ ਕਰਦਾ ਬਾਟਮ ਆਏਗਾ ਨਾਲ ਤੁਹਾਨੂੰ ਦੁਪੱਟਾ ਵੀ ਦਿਖਾ ਦਿੰਨੇ ਆ ਜੀ ਦੁਪੱਟਾ ਵੀ ਬੜਾ ਪਿਆਰਾ ਬਣਿਆ ਹੋਇਆ ਹੈ ਇਹਦਾ S1 ਨਾਲ ਦੁਪੱਟਾ ਆਏਗਾ ਜੀ ਇਹਦੇ ਵਿੱਚ ਲਓ ਜੀ ਦੁਪੱਟਾ ਵੀ ਸੇਮ ਫੈਬਰਿਕ ਦਾ ਹੈ ਦੁਪੱਟੇ ਦੇ ਸੈਂਟਰ ਦੇ ਵਿੱਚ ਬੜਾ ਸੋਹਣਾ ਪ੍ਰਿੰਟ ਆਏਗਾ ਇਸ ਦਾ ਕੰਟਰਾਸਟ ਅਗੇਨ ਐਬਸਟ੍ਰੈਕਟ ਸਟਾਈਲ ਦੀ ਸਾਰੀ ਪ੍ਰਿੰਟਿੰਗ ਆਏਗੀ ਪੱਲੇ ਵੀ ਬੜੇ ਸੋਹਣੇ ਬਣੇ ਹੋਏ ਨੇ ਐਸਾ ਲੁੱਕ ਆਏਗੀ ਜੀ ਸਾਰੇ ਪੀਸ ਦੀ वाइन कलर ਦਾ ਆਰਟੀਕਲ ਹੈਗਾ ਜੀ ਪ्युअर मसलिन ਦੀ शर्ट ਹੈ मसलिन ਦਾ बॉटम ਆਏਗਾ ਨਾਲ ਦੁਪੱਟਾ ਵੀ ਸੇਮ ਫੈਬਰਿਕ ਦੇ ਵਿੱਚ ਹੈ ਇਹਦੇ ਵਿੱਚ ਵੀ ਤੁਹਾਨੂੰ ਅਸੀਂ 2 ਕਲਰਸ ਦੇ ਰਿਹਾ ਫॉर द कस्टमर्स हु ਲਾਈਕ ਡਾਰਕ ਕਲਰਸ ਜਾਂ ਬ੍ਰਾਈਟ ਕਲਰਸ ਉਹਨਾਂ ਉਸਤੇ ਐਵਲਰ ਸ਼ੇਡ ਹੈਗਾ ਜ ਜਨਾ ਉਸਤੇ ਥੋੜਾ ਆਪਾਂ ਨੂੰ ਲਾਈਟ ਕਲਰ ਚਾਹੀਦਾ ਤੇ ਆਪਾਂ ਲਾਈਟ 골ਡ ਵੀ ਤੁਹਾਨੂੰ ਆਫਰ ਕਰ ਰਹੇ ਹਾਂ ਸੋ ਦੇਖ ਸਕਦੇ ਹੋ ਲਾਈਟ 골ਡ ਉੱਤੇ ਵੀ ਕਾਫੀ ਉਠਾਅ ਹੈਗਾ ਬਿਕਾਉਜ਼ ਇਟ ਇਜ਼ ਅ ਨਿਊਟਰਲ ਕਲਰ ਤਾਂ ਲਾਈਟ 골ਡ ਵੀ ਬੜਾ ਸੂਟ ਕਰ ਰਿਹਾ ਬਟ ਵਾਈਨ ਇਜ਼ ਆਲਸੋ ਅ ਗੁੱਡ ਚੋਇਸ ਬਾਕੀ ਤੁਹਾਡੀ ਆਪਣੀ ਪ੍ਰੇਫਰੈਂਸ ਅਸੇ ਤੁਸੀਂ ਕੋਈ ਵੀ ਕਲਰ ਲੈ ਸਕ ਆਈਟਮ ਨੰਬਰ ਸਾਡੀ ਹੋਵੇਗਾ ਜੀ 11 ਰੇਂਜ ਦੀ ਆਏਗੀ 2810 2810 ਇਹਦਾ ਪ੍ਰਾਈਸ ਰਹੇਗਾ ਜੀ ਆਈਟਮ ਨੰਬਰ ਸਾਡੀ ਆਜ ਦੀ 11 ਹੈਗੀ ਆ ਮਸਲੈਂ ਦੀ ਸ਼ੋਰਟ ਹੈਗੀ ਹੈ ਮਸਲੈਂ ਦਾ ਦੁਪੱਟਾ ਆਏਗਾ ਨਾਲ ਬਾਟਮ ਵੀ ਸੇਮ ਫੈਬਰਿਕ ਦਾ ਹੈਗਾ ਟੂ ਕਲਰ অপਸ਼ਨਸ ਆਰ ਅਵੇਲੇਬਲ ਨੈਕਸਟ ਅਸੀਂ ਕੱਲ ਕਾਟਨ ਨੇ ਵੀਡੀਓ ਦਿਖਾਈ ਸੀ ਤੇ ਕਸਟਮਰਸ ਨੇ ਥੋੜਾ ਸਾਨੂੰ ਫੀਡਬੈਕ ਦਿੱਤਾ ਸੀਗਾ ਤੇ ਉਹਦੇ ਅਕੋਰਡਿੰਗ ਉਹਨੇ ਕਿਹਾ ਸੀ ਕਿ ਸਾਨੂੰ ਸੋਬਰ ਆਰਟਿਕਲਸ ਵੀ ਚਾਹੀਦੇ ਨੇ ਫॉर ਜਿਹੜੇ ਐਲਡਰਲੀ ਕਸਟਮਰਸ ਆਗੇ ਨੇ ਜਾਂ ਕਿਸੇ ਅਗਰ ਆਪਾਂ ਲੈ ਕੇ ਦੇਣਾ ਹੁੰਦਾ ਆਪਣੀ ਮਦਰਸ ਨੂੰ ਜਾਂ ਮਦਰ ਨੂੰ ਲਾਉਂ ਤਾਂ ਇਹ ਵਾਲੀ ਜਿਹੜੀ ਚੀਜ਼ ਆ ਉਹ ਨਾਲ ਉਸਤੇ ਕਾਫੀ ਸੂਟੇਬਲ ਹੈ ਗਿਆ ਇਹਦੇ ਸਟ੍ਰੈਨ ਚਾਰਜਿੰਗ ਦਾ ਸਪੈਸ਼ਲ ਨੇ ਜੀ ਪਹਿਲੀ ਗੱਲ ਤਾਂ ਪ੍ਰਿੰਟਿੰਗ ਜਿਵੇਂ ਆਪਾਂ ਨੂੰ ਥੋੜੇ ਸਿਆਣੇ ਵਸਤ ਚਹੀਦੀ ਹੁੰਦੀ ਹੈ ਥੋੜੀ ਮਾਈਕਰੋ ਪ੍ਰਿੰਟਿੰਗ ਜਿਹੜੀ ਛੋਟੀ ਪ੍ਰਿੰਟਿੰਗ ਚਹੀਦੀ ਹੈ ਤੇ ਪਹਿਲੀ ਗੱਲ ਉਹ ਚੀਜ਼ ਆ ਗਈ ਇਹਦੇ ਵਿੱਚ ਕਿ ਪ੍ਰਿੰਟਿੰਗ ਬਹੁਤ ਸੋਹਣੀ ਡੈਲੀਗੇਟ ਜੀ ਪ੍ਰਿੰਟਿੰਗ ਹੈ ਦੂਸਰਾ ਪਿਓਰ ਕਾਟਨ ਦਾ ਸੂਟ ਹੈ ਗਿਆ ਤੁਸੀਂ ਇਹਨੂੰ ਵਿਦਾਊਟ ਲਾਈਨਿੰਗ ਵਿਸਟਿਚ ਕਰਾ ਸਕਦੇ ਹੋ ਆਦਰਵਾਇਜ਼ ਵੀ ਪ੍ਰਿਫਰ ਜਾਂ ਵੀ ਗਿਵ ਯੂ ਰეკਮੈਂਡੇਸ਼ਨ ਕਿ ਜ਼ਰੂਰ ਲਾਈਨਿੰਗ ਲਗਵਾਓ ਆਫਟਰ ਦੀ ਬੜੇ ਵਾਲੀ ਚੀਜ਼ ਤੁਸੀਂ ਵਿਦਾਊਟ ਇਹਦੇ ਵਿੱਚ ਤੁਸੀਂ ਅਗਰ ਕੇਰਾ ਦੇਖੋਗੇ ਤਾਂ ਕੇਰੇ ਦੇ ਬਿਲਕੁਲ ਲਾਈਟ ਵੇਟ ਦਾ ਹੈਂਡਵਰਕ ਹੈ। ਸੋ ਬਿਲਕੁਲ ਲਾਈਟ ਵੇਟ ਦਾ ਕੇਰੇ ਉਤੇ ਰੇਸ਼ਮ ਦਾ ਹੈਂਡਵਰਕ ਆਏਗਾ ਜੋ ਕਿ ਬੈਕ ਤੋਂ ਸਕ੍ਰੈਚਵਰੀ ਕਰਦਾ ਹੈਗਾ। ਬਾਕੀ ਸਾਰੀ ਸ਼ਰਟ ਦੇ ਉਤੇ ਬਹੁਤ ਪਿਆਰੀ ਮਾਈਕਰੋ ਪ੍ਰਿੰਟਿੰਗ ਆਏਗੀ। ਡਸਟੀ ਜਿਹਾ ਕਲਰ ਹੈਗਾ ਜੀ, ਬਲੂ ਡਸਟੀ ਜਿਹਾ ਕਲਰ ਆਏਗਾ। ਇਸ ਨਾਲ ਸ਼ਰਟ ਦਾ ਫਰੰਟ ਹੈਗਾ। ਇਹਦੇ ਨਾਲ ਤੁਸੀਂ ਬੈਕ ਵੀ ਦੇਖ ਲਓ ਸ਼ਰਟ ਦਾ ਫਰੰਟ ਐਂਡ ਬੈਕ ਸੇਮ ਆਏਗਾ। ਨਾਲ ਬਾਟਮ ਵੀ ਪਿਓਰ ਕਾਟਨ ਦੀ ਆਏਗੀ ਜੀ। ਇਸ ਨਾਲ ਬਾਟਮ ਆਏਗੀ ਸੇਮ ਡਸਟੀ ਬਲੂ ਕਲਰ ਦੀ। ਫੈਬਰਿਕ ਕੁਆਲਿਟੀ ਬਹੁਤ ਟੌਪ ਨੋਚ ਹੈਗੀ ਹੈ ਜੀ ਨਾਲ ਤੁਸੀਂ ਇਹਨੂੰ ਦੁਪੱਟਾ ਵੀ ਚੈੱਕ ਕਰ ਲਓ ਦੁਪੱਟਾ ਵੀ ਬੜਾ ਪਿਆਰਾ ਆਏਗਾ ਇਹਦਾ ਸੋ ਅਗਰ ਐਲਡਰਲੀ ਵਸਤੇ ਅਗਰ ਲੈਣਾ ਹੋਵੇ ਸਿਆਣਾ ਵਸਤੇ ਚੀਜ਼ ਲੈਣੀ ਹੋਵੇ ਜਾਂ ਦੁਪੱਟਾ ਵੀ ਥੋੜਾ ਜਿਹਾ ਪਿਓਰ ਦਾ ਹੀ ਲਾਈਕ ਕਰਦੇ ਨੇ ਸੋ ਦੁਪੱਟਾ ਵੀ ਤੁਹਾਨੂੰ ਦੇ ਰਹੇ ਹਾਂ ਜੀ ਪਿਓਰ ਚਨਾਉਂ ਸ਼ਫੌਨ ਦਾ ਦੁਪੱਟੇ ਦੇ ਚਾਰ ਸਾਈਡ ਸੇ ਬਾਰਡਰ ਬੜਾ ਪਿਆਰਾ ਆਏਗਾ ਸੈਂਟਰ 'ਚ ਪ੍ਰਿੰਟਿੰਗ ਵੀ ਤੁਸੀਂ ਦੇਖ ਲਓ ਸੌਰੀ ਮਾਈਕਰੋ ਪ੍ਰਿੰਟਿੰਗ ਦਿੱਤੀ ਗਈ ਹੈ ਸੈਂਟਰ ਦੇ ਉੱਤੇ ਵੀ ਇਸ ਤਰ੍ਹਾਂ ਲੁੱਕ ਆਏਗੀ ਜੀ ਸਾਰੇ ਆਰਟੀਕਲ ਦੀ सो so, ए टू कलर ऑप्शन अवेलेबल ने जी फर्स्ट उसी देख लिया आएगा डस्टी ब्लू दूसरा कलर आएगा जी डस्टी यानी मतलब दोनों कलर इदा के नजर नहीं हट दी देख सकते दोनों ही कलर्स काफी प्यारे है अपने मदर वास्ते और दूसरे अपने मदर इन लोअ वास्ते भी ले सद एदा भी चीज बना सकते है ਸੋ ਪਿਓਰ ਕਾਟਨ ਦਾ ਸੂਟ ਹੈਗਾ ਜੀ ਪਿਓਰ ਕਾਟਨ ਦੇ ਬਾਟਮ ਆਏਗੀ ਮਾਈਕਰੋ ਪ੍ਰਿੰਟਿੰਗ ਹੈਗੀ ਹੈ ਬੜੀ ਬਿਊਟੀਫੁਲ ਨਾਲ ਦੁਪੱਟਾ ਆਏਗਾ ਪਿਓਰ ਚਨੌਂ ਚਿਫੋਂ ਦਾ ਆਈਟਮ ਨੰਬਰ ਸਾਡੀ ਅੱਜ ਦੀ ਐਵੇਲੇਬਿਲਟੀ 12th ਹੈਗੀ ਹੈ ਜੀ ਰੇਂਜ ਦੀ ਆਏਗੀ 2970 2970 ਇਹਦਾ ਪ੍ਰਾਈਸ ਹੈਗਾ ਜੀ ਆਈਟਮ ਨੰਬਰ ਹੈਗੀ ਹੈ 12th ਤੇ ਬਹੁਤ ਹੀ ਬਿਊਟੀਫੁਲ ਕਲੈਕਸ਼ਨ ਹੈ ਫਾਰ ਸੋਬਰ ਵੇਅਰ ਨੈਕਸਟ ਚਲੋ ਜੀ ਨੈਕਸਟ ਰੰਗ ਕਲਰ ਹੈਗਾ ਜੀ ਉਹ ਆਏਗਾ ਵਾਈਟ ਕਰਦੇ ਹੋਤੇ ਕਾਮਨ ਪ੍ਰਿੰਟਿੰਗ ਹੈਗੀ ਬੇਸਿਕਲੀ ਸੋ ਜਿਹੜਾ ਇਹਦੇ ਵਿੱਚ ਵਾਈਟ ਕਲਰ ਹੈਗਾ ਜੀ ਉਹ ਕਾਮਨ ਰਹੇਗਾ ਉੱਪਰ ਉਹਨਾਂ ਜਿਹੜਾ ਪ੍ਰਿੰਟ ਦਾ ਕਲਰ ਹੈ ਉਹ ਚੇਂਜ ਹੋਏਗਾ ਹਰੇਕ ਕਲਰ ਦੇ ਵਿੱਚ ਐਂਡ ਦਿਸ ਇਜ਼ ਆਲਸੋ ਅ ਵੈਰੀ ਹੌਟ ਸੇਲਿੰਗ ਆਰਟੀਕਲ ਫਰੋਮ ਅ ਸਟੋਰ ਕਾਫੀ ਕਸਮਰਸ ਲਾਈਕ ਕਰਦੇ ਨੇ ਇਹਨੂੰ ਤੇ ਇਹਦੇ ਵਿੱਚ ਸਾਡੇ ਕੋਲ ਤਿੰਨ ਕਲਰ ਆਪਸ਼ਨਸ ਅੱਜ ਹੀ ਨਵੇਂ ਬਣ ਕੇ ਆਏ ਨੇ ਤੇ ਉਹ ਵੀ ਤੁਹਾਨੂੰ ਅਸੀਂ ਤਿੰਨੋ ਹੀ ਦਿਖਾਵਾਂਗੇ ਫਰਸਟ ਬੀਇੰਗ ਵਾਈਟ ਵਿਦ ਫਿਰੋਜੀ ਕਲਰ ਕੰਬੀਨੇਸ਼ਨ ਵੈਰੀ ਬਿਊਟੀਫੁਲ ਆਰਟੀਕਲ ਵੈਰੀ ਨਾਈਸ ਪ੍ਰਿੰਟਿੰ ਇੱਕ ਵਾਰ ਜੀ ਚੰਗੀ ਤਰ੍ਹਾਂ ਪ੍ਰਿੰਟਿੰਗ ਦਾ ਕਨਸੈਪਟ ਚੈੱਕ ਕਰ ਲੋ ਸੋ ਫਲੋਰਲ ਪ੍ਰਿੰਟਿੰਗ ਵੀ ਆ ਗਈ ਜੀ ਜੀਓਮੈਟ੍ਰਿਕ ਵੀ ਆ ਗਈ ਐਬਸਟ੍ਰੈਕਟ ਵੀ ਹੈਗੀ ਹੈ ਸਾਰੀ ਸ਼ਰਟ ਤੇ ਹਲਕਾ ਹਲਕਾ ਸੀਕੁਐਂਸ ਦਾ ਵਰਕ ਹੈ ਨੈਕਲਾਈਨ ਬਹੁਤ ਸੋਹਣਾ ਬਣਿਆ ਹੋਇਆ ਇਹਦੇ ਵਿੱਚ ਰੇਸ਼ਮ ਦਾ ਸਾਰਾ ਨੈਕਲੈਨ ਆਏਗਾ ਜੋ ਕਿ ਕੋਈ ਸ਼ਾਈਨੀ ਨਹੀਂਗਾ ਬੜਾ ਸੂਥਿੰਗ ਜਿਹਾ ਸਾਰਾ ਇਹਦਾ ਨੈਕਲਾਈਨ ਤੇ ਵਰਕ ਕੀਤਾ ਹੋਇਆ ਹੈ ਮਸਲਿਨ ਕੋਟਨ ਦੀ ਸ਼ਰਟ ਹੈ ਜੀ ਮਸਲਿਨ ਕੋਟਨ ਦੀ ਨਾਲ ਹੀ ਇਹਦੇ ਵਿੱਚ ਬਾਟਮ ਆਏਗੀ ਸ਼ਰਟ ਦਾ ਫਰੰਟ ਬੈਕ ਸੇਮ ਹੈ ਬਾਟਮ ਇਹ ਤਾਂ ਦੇਖ ਸਕਦੇ ਤੁਸੀਂ ਫਿਰੋਜ਼ੀ ਕਲਰ ਦੇ ਵਿੱਚ ਆਏਗਾ ਕੰਟਰਾਸਟ ਹੈ ਨਾਲ ਨੂੰ ਤੁਹਾਨੂੰ ਇਹਦੇ ਵਿੱਚ ਬਿਊਟੀਫੁੱਲ ਦੁਪੱਟਾ ਦਿਖਾਉਣ ਜਾ ਰਹੇ ਹਾਂ ਪਿਓਰ ਕਾਟਨ ਦਾ ਦੁਪੱਟਾ ਆਏਗਾ ਯਾਨੀ ਕਿ ਜਿਹੜਾ ਫੈਬਰਿਕ ਹੈ ਦੁਪੱਟੇ ਦਾ ਬਿਲਕੁਲ ਅੱਛਾ ਬਰੀਦੀਬਲ ਕਾਟਨ ਦਾ ਫੈਬਰਿਕ ਆਏਗਾ ਔਰ ਦੁਪੱਟੇ ਉੱਤੇ ਤੁਸੀਂ ਦੇਖ ਸਕਦੇ ਹੋ ਬਿਊਟੀਫੁੱਲ ਐਮਬਰਾਇਡਰੀ ਵੀ ਦਿੱਤੀ ਗਈ ਹੈ ਜੀ ਸਾਰੀ ਥ्रेड ਵਰਕ ਦੀ ਐਮਬਰਾਇਡਰੀ ਹੈ ਇਸ ਤਰ੍ਹਾਂ ਰੋਜ਼ ਦਾ ਮੋਟਿਫ ਬਣਿਆ ਹੋਇਆ ਹੈ ਚਾਰੇ ਸਾਈਡ ਸੇ ਕਟਵਕ ਹੈਗਾ ਅਗੇਨ ਥਿਸ ਇਜ਼ ਵਨ ਆਰਟੀਕਲ ਜਿਹੜਾ ਕੋਈ ਵੀ ਐਜ ਰੂਪ ਵੇਅਰ ਕਰ ਸਕਦਾ ਹੈਗਾ ਇਸ ਤਰ੍ਹਾਂ ਲੁ ਇਹ ਪ੍ਰੋਪਰ ਸਾਰੇ ਦੁਪੱਟੇ ਉੱਤੇ embroidery ਹੈ ਜੀ ਕੋਈ ਵੀ ਪ੍ਰਿੰਟਿੰਗ ਨਹੀਂ ਹੈਗੀ ਦੁਪੱਟੇ ਉੱਤੇ ਪ੍ਰੋਪਰ embroidery ਹੈਗੀ ਹੈ ਸ਼ਰਟ ਬਹੁਤ ਸੋਹਣੀ ਆਏਗੀ ਮਸਲਿਨ ਕਾਟਨ ਦੀ ਬਾਟਮ ਹੈਗੀ ਕੰਟਰਾਸਟ ਫਿਰੋਜ਼ੀ ਕਲਰ ਦੀ ਔਰ ਨਾਲ ਦੁਪੱਟਾ ਆਏਗਾ ਪਿਓਰ ਕਾਟਨ ਦਾ ਫਿਰੋਜ਼ੀ ਕਲਰ ਦਾ ਇਹਦੇ ਵਿੱਚ ਵੀ ਤੁਹਾਨੂੰ ਅਸੀਂ 3 ਕਲਰ অপਸ਼ਨਸ ਦੇ ਰਹੇ ਹਾਂ ਜੀ ਨਾਟ 1 ਨਾਟ 2 3 ਕਲਰ অপਸ਼ਨਸ ਦੇ ਰਹੇ ਹਾਂ ਤੁਹਾਨੂੰ ਜਿਹਦੇ ਵਿੱਚ ਕਿ ਫਰਸਟ ਆ ਗਿਆ ਵਾਈਟ ਇੰਟੂ ਫਿਰੋਜ਼ੀ ਜੋ ਕਿ ਸਾਡਾ ਆਪਣਾ ਪਰਸਨਲ ਫਰੇਵਰਟ ਹੈ ਦੂਸਰਾ ਕਲਰ ਚਾਹੀਦਾ ਹੈ ਜੀ ਵਾਈਟ ਇੰਟੂ ਮਸਟਰਡ हल्का हल्के मैं दुपट्टे भी दिखा देना इन्होंने ओपन करके सो दैट थोड़ा थोड़ा सा कलर्स का आइडिया आ जाएगा <coughs> लो जी ये आ गया जी वाइट नाल मस्टर्ड हम तीसरा कलर तुम तो दिखा जा रहे है जी आएगा वाइट नाल पिंक लो जी वाइट नाल कोरल कलर का वाला पीस आएगा दुपट्टा हल्का चेक कर लो दुपटे की लुक पता लग जाएगी इस तरह न दुप्टा आएगा आई थिंक ਸਾਰੇ ਕਲਰਸ ਬੜੇ ਅੱਛੇ ਹਨ ਜੀ ਪਰ ਕੋਈ ਵੀ ਕਲਰ ਨੂੰ ਇਹ ਨਹੀਂ ਕਹਿ ਸਕਦੇ ਵੀ ਕੋਈ ਉੱਨੀ ਹੈ ਤੇ ਕੋਈ ਇੱਕੀ ਹੈ ਸਾਰੇ ਕਲਰਸ ਆਪਣੀ ਜਗ੍ਹਾ ਤੇ ਬੜੇ ਪਿਆਰੇ ਨੇ ਫਿਰੋਜ਼ੀ ਵੀ ਅੱਛਾ ਹੈ ਪਿੰਕ ਵੀ ਅੱਛਾ ਹੈ ਔਰ ਮਸਟਰਡ ਵੀ ਬਹੁਤ ਪਿਆਰਾ ਕਲਰ ਹੈ ਇੱਕ ਮਿੰਟ ਚੱਕੀ ਹੁਣ ਰੱਖ ਲੋ ਜੀ ਤਿੰਨੋ ਕਲਰਸ ਅਵੇਲੇਬਲ ਨੇ ਜੀ ਹੁਣ ਤੁਹਾਡੇ ਵਾਸਤੇ ਦੱਸੋ ਜੀ ਕੀ ਪ੍ਰਾਈਸ ਆਇਆ ਇਹਦਾ ਸੋ ਵਾਈਟ ਨੰਬਰ ਸਾਡੀ ਅੱਜ ਦੀ 13th ਹੈਗੀ ਹੈ ਜੀ ਮਸਲੀਨ ਕਾਟਨ ਦੀ ਸ਼ਰਟ ਹੈ ਮਸਲੀਨ ਕਾਟਨ ਦਾ ਕੰਟਰਾਸਟ ਬਾਟਮ ਆਏਗਾ ਮਲ ਕਾਟਨ ਦਾ ਨਾਲ ਪਿਓਰ ਕਾਟਨ ਦਾ ਦੁਪੱਟਾ ਆਇਆਗਾ ਇਹਦੇ ਵਿੱਚ ਬਿਊਟੀਫੁਲ ਐਮਬਰਾਇਡਰੀ ਦੁਪੱਟੇ ਦੇ ਉੱਤੇ ਆਈਟਮ ਨੰਬਰ 13 ਹੈਗੀ ਹੈ ਜੀ ਰੇਂਜ ਦੀ ਆਏਗੀ 2780 2780 ਇਹਦਾ ਪ੍ਰਾਈਸ ਰਹੇਗਾ ਜੀ ਆਈਟਮ ਨੰਬਰ ਹੈਗੀ ਹੈ 13 ਵਾਈਟ ਕਲਰ ਕਾਮਨ ਹੈਗਾ ਉੱਪਰ ਜਿਹੜਾ ਪ੍ਰਿੰਟ ਹੈਗਾ ਉਹ ਆਏਗਾ ਕੰਟਰਾਸਟ ਦੇ ਵਿੱਚ ਨੈਕਸਟ ਚਲੋ ਜੀ ਅਮਰਜੀਤ ਨਾਮ ਸਸ਼ੀ ਗਾਲੀ ਥੈਂਕ ਯੂ ਸੋ ਮਚ ਤੁਹਾਡੇ ਕਮੈਂਟ ਲਈ ਗਰੇਵਾਲੀ ਸਸ਼ੀ ਗਾਲੀ ਬਾਕੀ ਵੀ ਸਾਰੇ ਕਸਟਮਰਸ ਨੂੰ ਜੀ ਮੈਂ ਰਿਕੁਐਸਟ ਕਰਾਂਗਾ ਕਿ ਜ਼ਰੂਰ ਤੁਸੀਂ ਇੱਕ ਇੱਕ ਕਮੈਂਟ ਕਰਕੇ ਦੱਸਿਆ ਕਰੋ ਸਾਨੂੰ ਕਿ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ ਕਲੈਕਸ਼ਨ ਆਲਸੋਰ ਤੁਹਾਨੂੰ ਥੋੜਾ ਕੰਟੈਂਟ ਸਾਡਾ ਅੱਛਾ ਲੱਗਿਆ ਤਾਂ ਤੁਸੀਂ ਆਪਣੇ ਫੈਮਿਲੀ ਔਰ ਫਰੈਂਡਸ ਨੂੰ ਵੀ ਰეკਮੈਂਡ ਕਰ ਸਕਦੇ ਹੋ ਉਹਨਾਂ ਨੂੰ ਟੈਗ ਕਰੋ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਅੱਛਾ ਜਿਹਾ ਨੈਕਸਟ ਆਰਟੀਕਲ ਦਿਖਾ ਰਹੇ ਹਾਂ ਜੀ ਇਹਦੇ ਬਾਰੇ ਆਪਾਂ ਬਹੁਤ ਜ਼ਿਆਦਾ ਗੱਲ ਕਰਨ ਦੀ ਲੋੜ ਹੀ ਨਹੀਂ ਹੈਗੀ ਬਹੁਤ ਸਮਾਰਟ ਜਿਹਾ ਆਰਟੀਕਲ ਹੈਗਾ ਪਿਓਰ ਲਿਨਨ ਦੇ ਵਿੱਚ ਕਨਸੈਪਟ ਹੈਗਾ ਸੋ ਤੁਸੀਂ 12 ਮੰਥਸ ਵੇਅਰ ਕਰ ਸਕਦੇ ਹੋ ਆਲਸੋ ਦਿਸ ਇਜ਼ ਵਨ ਕਨਸੈਪਟ ਜਿਹੜਾ ਕੋਈ ਵੀ ਏਜ ਗਰੁੱਪ ਵੇਅਰ ਕਰੇਗਾ ਤਾਂ ਸਭ ਨੂੰ ਹੀ ਜੱਜ ਜਾਏਗਾ ਪ੍ਰਿੰਟਿੰਗ ਦਾ ਸਟਾਈਲ ਵੀ ਬਿਲਕੁਲ ਯੂਨੀਕ ਹੈਗਾ ਬਿਲਕੁਲ ਡਿਫਰੈਂਟ ਜਿਹਾ ਪ੍ਰਿੰਟਸ ਹੈਗੇ ਨੇ ਜਿਹੜੇ ਜਿੰਨੀ ਵੀ ਚੀਜ਼ਾਂ ਇੱਥੇ ਐਮਬਰਾਇਡਰੀ ਯੂਜ਼ ਕੀਤੀ ਗਈ ਹੈ ਸਾਰੀ ਬਹੁਤ ਯੂਨੀਕ ਹੈ ਕਲਾਸੀ ਜਿਹੇ ਹੈਗੇ ਨੇ ਕੇਰੇ ਤੋਂ ਸ਼ੁਰੂ ਕਰਦੇ ਹਾਂ ਜੀ ਕੇਰੇ ਤੋਂ ਤੁਹਾਨੂੰ ਇਸ ਤਰ੍ਹਾਂ ਕੱਟ ਵਰਕ ਮਿਲੇਗਾ ਸਾਰਾ ਰੇਸ਼ਮ ਦੀ ਐਮਬਰਾਇਡਰੀ ਹੈ ਲਾਈਟ ਗ੍ਰੇ ਸਟੀਲ ਗ੍ਰੇ ਕਲਰ ਦਾ ਸੂਟ ਹੈ ਉਹਦੇ ਉੱਤੇ ਡਾਰਕ ਗ੍ਰੇ ਕਲਰ ਦੀ ਐਮਬਰਾਇਡਰੀ ਆਏਗੀ ਸੌਰੀ ਪ੍ਰਿੰਟਿੰਗ ਆਏਗੀ ਸਾਰੀ ਦੇਖ ਸਕਦੇ ਹੋ ਉੱਥੇ ਤੁਹਾਨੂੰ ਟੈਂਪਲ ਮੋਟਿਫ ਮਿਲ ਰਿਹਾ ਹੈ ਕੰਟੈਂਪਰੇਰੀ ਸਟਾਈਲ ਦੇ ਮੋਟਿਫਸ ਹੈਗੇ ਨੇ ਸਾਰੇ ਲੋ ਪ੍ਰਿੰਟਿੰਗ ਦਾ ਸਟਾਈਲ ਬਿਲਕੁਲ ਯੂਨੀਕ ਹੈ ਫਲਾਵਰਸ اور ਇਸ ਤਰ੍ਹਾਂ ਐਨੀਮਲ ਮੋਟਿਫ ਤੋਂ ਬਿਲਕੁਲ ਹਟ ਕੇ ਚੀਜ਼ ਹੈਗੀ ਹੈ ਇਸ ਨਾਲ ਨਾਲ ਇਹਦਾ ਨੈਕਲੈਨ ਆਏਗਾ ਨੈਕਲੈਨ ਉਤੇ ਵੀ ਸਾਰੇ ਲੇਸਿਸ ਉਤੇ ਲਗੇ ਨੇ ਇਹ ਲੁੱਕ ਆਏਗੀ ਜੀ ਸਾਰੇ ਸ਼ਰਟ ਦੇ ਫਰੰਟ ਦੀ ਪਿਓਰ ਲਿਨਨ ਦੀ ਸ਼ਰਟ ਹੈਗੀ ਹੈ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬੈਕ ਤੇ ਵੀ ਪ੍ਰਿੰਟਿੰਗ ਆਏਗੀ ਬਾਟਮ ਆਏਗਾ ਸਟੀਲ ਗ੍ਰੇ ਕਲਰ ਦਾ ਪਿਓਰ ਕਾਟਨ ਦਾ ਨਾਲ ਤੁਹਾਨੂੰ ਹੁਣ ਦੁਪੱਟਾ ਵੀ ਦਿਖਾ ਦਿੰਨੇ ਆ ਜੀ ਦੁਪੱਟਾ ਵੀ ਬੜਾ ਸੋਹਣਾ ਡਿਜ਼ਾਈਨਰ ਦੁਪੱਟਾ ਆਏਗਾ ਇਹਦੇ ਵਿੱਚ ਲੋਜੀ ਦੁਪੱਟਾ ਇਹਦੇ ਵਿੱਚ ਆਏਗਾ ਜੀ ਡਾਰਕ ਗ੍ਰੇ ਕਲਰ ਦਾ ਸੋ ਲਾਈਟ ਗ੍ਰੇ ਤੋਂ ਡਾਰਕ ਗ੍ਰੇ ਕਲਰ ਦਾ ਕਨਸੈਪਟ ਹੈ ਫੁੱਲ ਲੈਂਥ ਵਾਲਾ ਔਰ ਫੁੱਲ ਵਿਡਥ ਵਾਲਾ ਦੁਪੱਟਾ ਆਏਗਾ ਔਰ ਬਿਊਟੀਫੁਲ ਮੋਟਿਫ ਆਣਗੇ ਜੀ ਦੁਪੱਟੇ ਉੱਤੇ ਦੇਖੋ ਤੁਸੀਂ ਪੱਲੇ ਕਿੰਨਾ ਸਮਾਰਟ ਬਣਿਆ ਹੋਇਆ ਸਾਰੇ ਸੂਟ ਦਾ ਸੋ ਬਿਊਟੀਫੁਲ ਜੇ ਪੱਲੇ ਆਣਗੇ ਇਸ ਤਰ੍ਹਾਂ ਪ੍ਰਿੰਟਿੰਗ ਦੇ ਸਾਰੇ ਕਾਰਨਰ ਸਾਰੇ ਬਣੇ ਹੋਏ ਨੇ ਇਸ ਤਰ੍ਹਾਂ ਕਟੂਰ ਕੋਲਾ ਬਾਰਡਰ ਆਏਗਾ ਸਭ ਪਾਸੇ ਇਹ ਲੁੱਕ ਆਏਗੀ ਜੀ ਸਾਰੇ ਪੀਸ ਦੀ ਸੋ ਸਟੀਲ ਗ੍ਰੇ ਤੋਂ ਡਾਰਕ ਗ੍ਰੇ ਕਲਰ ਦਾ ਕਨਸੈਪਟ ਹੈਗਾ ਜੀ ਲਾਈਟ ਗ੍ਰੇ ਔਰ ਡਾਕਰੀ ਕਰਦਾ கான்ਸੈਪਟ ਹੈ ਇਹਦੇ ਵਿੱਚ ਤੁਹਾਨੂੰ ਅਸੀਂ ਦੋ ਦੇ ਰਹੇ ਹਾਂ ਜੀ ਡਿਜ਼ਾਈਨ ਸੋ ਇਹਦੇ ਵਿੱਚ ਕਲਰਸ ਨਹੀਂ ਅਵੇਲੇਬਲ ਇਹਦੇ ਅਸੀਂ ਦੋ ਡਿਜ਼ਾਈਨ ਅਵੇਲੇਬਲ ਹੈ ਦੋਨੋਂ ਹੀ ਡਿਜ਼ਾਈਨਸ ਬੜੇ ਪਿਆਰੇ ਨੇ ਇੱਥੇ ਆਪਾਂ ਦੇਖਿਆ ਸੀਗਾ ਟੈਂਪਲ ਮੋਟਿਫ ਹੈ ਇਹਦੇ ਉੱਤੇ ਜਿਵੇਂ ਕੋਈ ਰਿਜ਼ੋਰਟ ਸਟਾਈਲ ਦਾ ਮੋਟਿਫ ਹੈਗੇ ਨੇ ਜਿਵੇਂ ਆਪਾਂ ਕੋਈ ਰਿਜ਼ੋਰਟ ਵਗੈਰਾ ਜਾਣਾ ਉਸ ਤਰ੍ਹਾਂ ਦਾ ਮੋਟਿਫ ਆਏਗਾ ਤੁਸੀਂ ਦੇਖ ਸਕਦੇ ਹੋ ਦੋਨੋਂ ਹੀ ਪੀਸਸ ਬੜੇ ਸੋਹਣੇ ਨੇ ਜੀ ਕਲਰ ਕੰਬੀਨੇਸ਼ਨ ਸੇਮ ਆਣਗੇ ਡਿਜ਼ਾਈਨ ਦਾ ਫਰਕ ਆਏਗਾ ਆਈਟਮ ਨੰਬਰ ਸਾਡੀ ਅੱਜ ਦੀ ਇਹ ਵਾਲੀ ਹੈ ਜੀ 14 ਔਰ ਰੇਂਜ ਇਹਦੀ ਆਏਗੀ 2 2740 ਇਹਦਾ ਪ੍ਰਾਈਸ ਰਹੇਗਾ ਜੀ ਆਈਟਮ ਨੰਬਰ ਹੈਗੀ ਹੈ 14 ਪਿਓਰ ਲినਨ ਦੀ ਸ਼ਰਟ ਹੈ ਪਿਓਰ ਲినਨ ਦਾ ਦੁਪੱਟਾ ਆਏਗਾ ਨਾਲ ਬਾਟਮ ਹੈਗੀ ਹੈ ਜੀ ਪਿਓਰ ਕਾਟਨ ਦੀ ਨੈਕਸਟ ਚਲੋ ਜੀ ਸੋ ਨੈਕਸਟ ਆਰਟੀਕਲ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਬੜਾ ਪਿਆਰਾ ਹੌਟ ਪਿੰਕ ਕਲਰ ਦਾ ਸੋ ਕੱਲ ਵੀ ਅਸੀਂ ਇੱਕ ਦੋ ਆਰਟੀਕਲਸ ਦਿਖਾਈ ਸੀ ਮਜੈਂਟਾ ਪਿੰਕ ਹੀ ਹੌਟ ਪਿੰਕ ਰਹੇ ਤਾਂ ਕਾਫੀ ਅੱਛਾ ਰਿਸਪੌਂਸ ਰਿਹਾ ਉਹਦੇ ਅਕੋਰਡਿੰਗ ਤੁਹਾਨੂੰ ਹੌਟ ਪਿੰਕਰ ਚ ਇੱਕ ਹੋਰ ਆਪਸ਼ਨ ਦੇ ਰਹੇ ਹਾਂ ਇਹ ਵੀ ਮਸਲਿਨ कॉटन ਦਾ सूट ਹੈਗਾ ਜੀ ਬੜਾ ਪਿਆਰਾ ਬਣਿਆ ਹੋਇਆ ਇਸ ਦਾ ਸਾਰੀ ਸ਼ਰਟ ਦਾ ਫਰੰਟ ਆਏਗਾ ਪ੍ਰਿੰਟਿੰਗ ਬੜੀ ਪਿਆਰੀ ਏਗੀ ਹੈ ਡਬਲ ਬਾਰਡਰ ਦਿੱਤੇ ਗਏ ਨੇ نیچے ਕੇਰੇ ਤੇ ਇੱਕ ਵਾਰ ਤੁਸੀਂ ਦੂਰੋਂ ਕਨਸੈਪਟ ਦੇਖ ਲਓ ਫਿਰ ਮੈਂ ਤੁਹਾਨੂੰ ਇਹਦਾ ਕਲੋਜ਼ ਅਪ ਵੀ ਸ਼ੋਅ ਕਰ ਦਿੰਨਾ ਸੋ ਇਸਾ نیچے ਕੇਰਾ ਆਏਗਾ ਜੀ ਕੇਰੇ ਉੱਤੇ ਤੁਹਾਨੂੰ ਡਬਲ ਮੋਡਰ ਮਿਲ ਰਿਹਾ ਲਾਸਟ ਜਿਹੜਾ ਕੇਰਾ ਹੈਗਾ অর্ਗੈਂਜ਼ਾ ਦਾ ਇਸ ਤਰ੍ਹਾਂ ਆਏਗਾ ਟਿਸ਼ੂ অর্ਗੈਂਜ਼ਾ ਦਾ ਦੇਖ ਸਕਦੇ ਹੋ ਡਬਲ ਸ਼ਾਈਨ ਹੈਗੀ ਇਹਦੇ ਵਿੱਚ ਨਾਲ ਨਾਲ ਰੇਸ਼ਮ ਦੀ ਐਮਬਰਾਇਡਰੀ ਹੈ ਪਿੰਕ ਕਲਰ ਦੀ फिर प्रिंटिंग वाला बॉर्डर आएगा फिर अगेन टिशूच बॉर्डर आ गया ऑरगैनजा का जिद उत्ते तो कांथा वर्क किया सारा उस शर्ट तुम प्रिंटिंग देख लो जी बड़ी प्यारी डिफरेंट एबसैक् स्टाइल की प्रिंटिंग आएगी नैकलाइन के उ मिलेगा है हैंडवर्क लाइट वेट जो हैडवर्क है नैकलाइन के उ इस तरह लोग आएगी जी शर्ट दूरी स्लीवस तो एक्सट्रा बॉर्डरस मिलते हैं सोलीवस देवे बॉर्डर स्टिच करवा सकते हो शर्ट का जोड़ा फरंट और बैक है जी वह सेम आएगा फ्रंट बैक सेम है क्या मसलिन कॉटन दी शर्ट है मसलिन कॉटन दा बॉटम आएगा बॉटम ते भी ਤੁਸੀਂ ਦੇਖ ਸਕਦੇ ਹੋ ਬਾਰਡਰ ਦਿੱਤਾ ਗਿਆ ਕਾਂਥਾ ਵਰਗਾ ਜੋ ਤੁਸੀਂ ਐਟ ਅ ਟਾਈਮ ਆਫ ਸਟਿਚਿੰਗ ਅਪਲਾਈ ਕਰ ਸਕਦੇ ਹੋ ਚਾਹੇ ਪੈਂਟਸ ਬਣਾਓ ਚਾਹੇ ਪਲਾਜ਼ੋ ਬਣਾਓ ਲੁੱਕ ਬਹੁਤ ਸੋਹਣੀ ਆਏਗੀ ਇਸ ਪੀਸ ਵਿੱਚ ਸਲਵਾਰ ਵੀ ਆਪਾਂ ਸਟਿਚ ਕਰਵਾ ਸਕਦੇ ਹਾਂ ਉਹਨਾਂ ਇਹਦੇ ਨਾਲ ਤੁਹਾਨੂੰ ਜਿਹੜਾ ਦੁਪੱਟਾ ਦੇ ਰਹੇ ہیں ਜੀ ਦੁਪੱਟਾ ਆਏਗਾ ਬੜਾ ਪਿਆਰਾ ਮਧੂਬਨੀ ਸਟਾਈਲ ਪ੍ਰਿੰਟਿੰਗ ਦਾ ਕੰਟਰਾਸਟ ਦੁਪੱਟਾ ਹੈਗਾ ਮਹਿੰਦੀ ਗ੍ਰੀਨ ਜਾਂ 올ਿਵ ਗ੍ਰੀਨ ਦਾ ਦੁਪੱਟਾ ਵੀ ਇਹਨੂੰ ਕਹਿ ਸਕਦੇ ਹਾਂ और मसलीन फैब्रिक का ही दुबट्टा है सो वेरी नाइस एंड वेरी ईजी टू कैरी दुब्टा दो बट्टे की एक बार प्रिंटिंग चैक कर रहे हो जी ब्यूटीफुल प्रिंटिंग है पिंक नाल नाल केब्बीनेशन आ गया जी ऑलिव ग्रीन कलर का दुबटे बहुत प्यारी प्रिंटिंग आएगी कोई भी एज रूप वेयर भी कर सकता जी इस पीस नो इस तरह लोग आएगी जी पूरे सूट द मसलीन कॉटन की शर्ट हैगी जी मसलीन कॉटन की नाल बॉटम आएगी बॉटम के उत्ते दिता हुआ बॉडर और आएगा दुबट्टा सेम फैबरिक का टू कलर कॉम्बिनेशन आर अवेलेबल फर्स्ट आप देख लिया है मजेंटा गया ऑलिव ग्रीन कलर का दूसरा आएगा जी मेहंदी ग्रीन सो ए भी हले सारे नवे नवे पीसिस है देख लें हले अस भी देखा नहीं है तो नवी कलैक्शन दिखा रहे हैं सो so, सामने रिवील करा लो जी सो सैकेंड कलर कॉम्बीनेशन आएगा जी है वाला गाजरी पिंक अनियन पिंक कलर आएगा मेहंदी के नाल जो तुम इतना देख सकते है आई थिंक बोथ ऑफ दीज कल आर वेरी नाइस जी ਇਹ ਵੀ ਕਦਰ ਬੜਾ ਪਿਆਰਾ ਹੈਗਾ ਮਹਿੰਦੀ ਗ੍ਰੀਨ ਇਹਦੀ ਵੀ ਜਿਹੜੀ ਆਪਣੀ ਕਦਰ ਮੈਚਿੰਗ ਬਿਲਕੁਲ ਯੂਨੀਕ ਹੈ ਬਾਕੀ ਤੁਹਾਡੀ ਚੋਇਸ ਹੈ ਬੈਸ ਤੁਹਾਨੂੰ ਲੱਗਣਾ ਜੀ ਦਾ ਕਿਹੜਾ ਬੈਸ ਲੱਗ ਰਿਹਾ ਹੈਗਾ ਸੋ ਆਈਟ ਨੰਬਰ ਸਾਡੀ ਆਈਡੀ 15th ਹੈਗੀ ਹੈ ਜੀ ਰੇਂਜ ਦੀ ਆਏਗੀ 2710 2710 ਦਾ ਪ੍ਰਾਈਸ ਰਹੇਗਾ ਜੀ ਆਈਟ ਨੰਬਰ ਹੈਗੀ ਹੈ 15th ਮਸਲਿਨ ਦੀ ਸ਼ਰਟ ਹੈ ਮਸਲਿਨ ਦਾ ਬਾਟਮ ਆਏਗਾ ਨਾਲ ਦੁਪੱਟਾ ਮਿਲੇਗਾ ਤੁਹਾਨੂੰ ਸੇਮ ਫੈਬਰਿਕ ਦਾ ਨੈਕਸਟ ਚਲੋ ਜੀ ਨੈਕਸਟ ਆਰਟੀਕਲ ਤੁਹਾਨੂੰ ਮੈਂ ਦਿਖਾ ਰਿਹਾ ਜੀ ਮੂਵ ਕਲਰ ਦਾ गुरशरण जी सत श्री अकाल थैंक यू सो मच ਤੁਹਾਡੇ ਕਮੈਂਟ ਲਈ नेक्स्ट ਆਰਟੀਕਲ ਤੁਹਾਨੂੰ ਮੈਂ ਦਿਖਾ ਰਿਹਾ ਜੀ ਮੂਵ ਕਲਰ ਦਾ ਇਹ ਜਿਹੜਾ ਫੈਬਰਿਕ ਹੈ ਜੀ ਮਸਲੀਨ ਤਾਂ ਹੈਗਾ ਹੀ ਹੈਗਾ ਬਟ ਨਾਲ ਨਾਲ ਤੁਹਾਨੂੰ ਇਹਦੇ ਵਿੱਚ ਡਬਲ ਸ਼ਾਈਨ ਮਿਲੇਗੀ ਡਬਲ ਥੋੜਾ ਇਫੈਕਟ ਮਿਲਦਾ ਹੈ बिकॉज़ ਹਲਕਾ ਜਿਹਾ ਤੁਸੀਂ ਦੇਖੋਗੇ ਇਹਦੇ ਵਿੱਚ 골ਡਨ ਵੀਵਿੰਗ ਹੈ ਸਾਰੀ ਸ਼ਰਟ ਦੇ ਉੱਤੇ ਇਹ ਤੁਸੀਂ ਦੇਖੋ ਸਾਰੇ ਜਿਹੜੇ 골ਡਨ ਗ੍ਰੇਨਸ ਦਿਖਦੇ ਹੋਏ ਨੇ ਇਹ ਸਾਰੀ ਵੀਵਿੰਗ ਹੈਗੀ ਜੀ ਸ਼ਰਟ ਤੇ ਬਹੁਤ ਪਿਆਰੀ ਵੀਵਿੰਗ ਹੈ ਬਹੁਤ ਸਟਲ ਜੀ ਸ਼ਾਈਨ ਹੈ ਸੋ ਦੇਖ ਸੰਦੂਸੀ ਘੇਰੇ ਤੇ ਤੁਹਾਨੂੰ ਪਹਿਲੀ ਗੱਲ ਤਾਂ ਮਲਟੀਪਲ ਕਲਰਸ ਮਿਲਦੇ ਨੇ ਉਦੇ ਉੱਤੇ ਡੋਰੀ ਦਾ ਵਰਕ ਕੀਤਾ ਹੋਇਆ ਸਾਰਾ ਆਹ ਦੀ ਡੋਰੀ ਦਾ ਵਰਕ ਆਏਗਾ ਸਟੋਨਸ ਦਾ ਹਾਈਲਾਈਟ ਹੈ ਪੈਨਲ ਸਟਾਈਲ ਦੀ ਪ੍ਰਿੰਟਿੰਗ ਹੈ ਜੀ ਸੋ ਸਾਈਡ ਪੈਨਲਸ ਇਸ ਦਾ ਮਲਟੀਪਲ ਕਲਰਸ ਦੀ ਪ੍ਰਿੰਟਿੰਗ ਹੈ ਸੈਂਟਰ ਤੁਸੀਂ ਦੇਖ ਸਕਦੇ ਹੋ ਬਿਊਟੀਫੁੱਲ ਆਏਗਾ ਪ੍ਰਿੰਟ ਨਾਲ ਨਾਲ ਡੋਰੀ ਵਰਕ ਨਾਲ ਨਾਲ ਤੁਸੀਂ ਨੈਕਲਾਈਨ ਵੀ ਦੇਖ ਲਓ ਜੀ ਨੈਕਲਾਈਨ ਵੀ ਸੋਹਣਾ ਬਣਿਆ ਹੋਇਆ ਇਸ ਵਾਂ ਲੋ ਕਾਇਗੀ ਜੀ ਸਾਰੇ ਸ਼ਰਟ ਦੇ ਫਰੰਟ ਦੀ ਇਹਦੇ ਨਾਲ ਤੁਹਾਨੂੰ ਜਿਹੜਾ ਬੈਕ ਮਿਲਦਾ ਜੀ ਉਹ ਵੀ ਸੇਮ ਹੈ ਸੇਮ ਫੈਬਰਿਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੈਕ ਹੈਗਾ ਨਾਲ ਬਾਟਮ ਮਿਲੇਗਾ ਜੀ ਇਸ ਤਰ੍ਹਾਂ ਡਾਰਕ ਮੂਵ ਕਰਦਾ ਪਿਓਰ ਮਸਲਿਨ ਦਾ ਹੀ ਨਾਲ ਬਾਟਮ ਆਏਗਾ ਹੁਣ ਤੁਹਾਨੂੰ ਇਹਦੇ ਨਾਲ ਬਿਊਟੀਫੁੱਲ ਜਿਹੜਾ ਦੁਪੱਟਾ ਹੈ ਇਹਦੇ ਨਾਲ ਉਹ ਵੀ ਦਿਖਾ ਦਿੰਨੇ ਆ ਦੁਪੱਟਾ ਵੀ ਬੜਾ ਪਿਆਰਾ ਹੈਗਾ ਇਹ ਵੀ ਜਿਹੜਾ ਕਨਸੈਪਟ ਹੈਗਾ ਜੀ ਕਾਫੀ ਅੱਛਾ ਕਨਸੈਪਟ ਹੈਗਾ ਦੁਪੱਟਾ ਵੀ ਬੜਾ ਪਿਆਰਾ ਬਣਾਇਆ ਹੋਇਆ ਹੈ ਇਹਦੇ ਵਿੱਚ ਮਸਲਿਨ ਕਾਟਨ ਦਾ ਹੀ ਨਾਲ ਦੁਪੱਟਾ ਆਏਗਾ ਦੁਪੱਟੇ ਦੇ ਚਾਰੇ ਸਾਈਡ ਸੇ ਸਮੋਸਾ ਲੇਸਿਸ ਦੀ ਫਿਨਿਸ਼ਿੰਗ ਹੈਗੀ ਹੈ ਪ੍ਰਿੰਟਿੰਗ ਬੜੀ ਸੋਹਣੀ ਆਏਗੀ ਇਸ ਤਰ੍ਹਾਂ ਲੁੱਕ ਹੈ ਜੀ ਸਾਰੇ ਪੀਸ ਦੀ ਸੋ ਇਹਦੇ ਵਿੱਚ ਵੀ ਤੁਹਾਨੂੰ 82 ਕਲਰ ਆਪਸ਼ਨਸ ਦੇ ਰਹੇ ਆ ਜੀ ਮਸਲਿਨ कॉटन ਦੀ ਸ਼ਰਟ ਹੈ ਮਸਲਿਨ ਦੀ ਬਾਟਮ ਆਏਗੀ ਨਾਲ ਦੁਪੱਟਾ ਵੀ ਸੇਮ ਫੈਬਰਿਕ ਦਾ ਟੂ ਕਲਰ ਆਪਸ਼ਨਸ ਆ ਰਿਹਾ अवेलेबल ਇੱਕ ਆਪਾਂ ਦੇਖ ਲਿਆ ਮੋਵ ਹੈਗਾ ਦੂਸਰਾ ਕਲਰ ਇਹਦੇ ਵਿੱਚ ਆਏਗਾ ਜੀ 골ਡ ਆਏਗਾ ਜੋ ਕਿ ਬਹੁਤ ਰਾਇਲ ਕਲਰ ਲੱਗ ਰਿਹਾ ਜੀ 골ਡ ਵੀ ਨਾਗਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ 골ਡ ਕਲਰ ਵੀ ਕਾਫੀ ਰਾਇਲ ਹੈ ਬਾਕੀ ਤੁਹਾਡੀ ਚੋਇਸ ਹੈ ਤੁਸੀਂ ਜਿਹੜਾ ਮਰਜ਼ੀ ਕਲਰ ਆਪਣੇ ਹਾਸਤੇ ਦੇਖ ਸਕਦੇ ਹੋ ਸੋ ਆਈਟਮ ਨੰਬਰ ਸਾਡੀ ਅੱਜ ਦੀ ਹੈ ਵੀ 16th ਆਏਗੀ ਜੀ ਰੇਂਜ ਬਹੁਤ ਹੀ ਅੱਛੀ ਹੈ ਕਾਫੀ ਵੈਲਿਊਏਬਲ ਰੇਂਜ ਹੈ ਸਪੀਸ ਦੀ वेयर कर सौ सो आइटम नंबर सिक्सटीन है है जी रेंजी आएगी ट्वेंटी टू फिफ्टी बाईस सौ तो पाँह प्राइस रहेगा जी आइटम नंबर साड़ी आई जी सिक्सटीन आएगी, नैक्सट चलो जी नैक्सट आर्टिकल थो दिखा रहा जी मस्टर्ड कलर प्रिंटिंग बहुत ब्यूटीफुल कॉन्सैप्ट आया भी अगेन वेरी नाइस एंड बुटीक स्टाइल आर्टिकल फैब्रिक भी बिल्कुल डिफरेंट आएगा एदी ਇਸ ਮੋਈ ਕਾਟਨ ਦੇ ਵਿੱਚ ਬ੍ਰਾਂਡ ਨਿਊ ਆਰਟੀਕਲ ਆਇਆ ਜੀ ਸਾਡੇ ਕੋਲ ਬਣ ਕੇ ਮਸਟਰਡ ਕਲਰ ਦਾ ਇਕੱਜ ਪ੍ਰਿੰਟਿੰਗ ਦਾ ਆਰਟੀਕਲ ਹੈ ਦੁਪੱਟਾ ਵੀ ਡਿਜ਼ਾਈਨਰ ਆਏਗਾ ਤੋਨੋਂ ਇੱਕ ਫਿਰ ਸਾਰੀ ਦੀ ਮੈਂ ਡਿਟੇਲਸ ਇਸ ਦਾ ਵਨ ਬਾਈ ਵਨ ਸ਼ੁਰੂ ਕਰਦੇ ਜੀ ਦੇ ਘੇਰੇ ਤੋਂ ਘੇਰੇ ਉੱਤੇ ਤੁਹਾਨੂੰ ਟ੍ਰਿਪਲ ਬਾਰਡਰਸ ਮਿਲਦੇ ਨੇ ਕੱਟਵਰਕ ਮਿਲੇਗਾ ਨੀਚੇ ਘੇਰੇ ਉਤੇ ਦੇਖ ਸਕਦੇ ਹੋ ਸਾਰਾ ਸਕੈਲਪਿੰਗ ਵਰਕ ਕਿੰਨਾ ਹੈ ਔਰਗੈਂਜ਼ਾ ਦੇ ਬਾਰਡਰਸ ਅਗੇ ਨੇ ਜੀ ਨਾਲ ਨਾਲ ਰੇਸ਼ਮ ਦਾ ਵਰਕ ਹੈ ਮਸਟਰਡ ਔਰ 올ਿਵ ਗ੍ਰੀਨ ਕਰਦਾ ਵਰਕ ਆਏਗਾ ਇਹ ਫਰਸਟ ਬਾਰਡਰ ਹੈ ਫਿਰ ਸੈਕੰਡ ਬਾਰਡਰ ਆਏਗਾ ਫਿਰ ਥਰਡ ਬਾਰ ਸ਼ਰਟ ਦੀ ਪ੍ਰਿੰਟਿੰਗ ਬਹੁਤ ਹੀ ਨਾਈਸ ਹੈ ਇਕੱਤ ਪ੍ਰਿੰਟਿੰਗ ਵੈਸੇ ਵੀ ਆਪਣੇ ਇੰਡੀਆ 'ਚ ਕਾਫੀ ਫੇਮਸ ਹੈਗੀ ਹੈ ਦੇਖ ਸਕਦੇ ਹੋ ਪੈਨਲਸ ਬੜੇ ਸਮਾਰਟ ਬਣੇ ਹੋਏ ਨੇ ਇਹਦੇ ਇਸ ਤਰ੍ਹਾਂ ਨਾਲ ਪੈਨਲਸ ਆਣਗੇ 슬ੀਵਜ਼ ਉਸ ਤੇ ਤੁਹਾਨੂੰ ਜਿਹੜਾ ਹੈ ਬਾਰਡਰ ਐਕਸਟਰਾ ਮਿਲੇਗਾ ਐਕਸਟਰਾ ਐਕਸਟਰਾ ਬਾਰਡਰ ਮਿਲਦਾ ਹੈ 슬ੀਵਜ਼ ਦੇ ਉੱਤੇ ਸੋ ਇਹ ਲੁਕ ਆਏਗੀ ਜੀ ਸਾਰੇ ਸ਼ਰਟ ਦੇ ਫਰੰਟ ਦੀ ਇਹਦੇ ਨਾਲ ਤੁਸੀਂ ਬੈਕ ਵੀ ਦੇਖ ਲਓ ਫਰੰਟ ਬੈਕ ਸੇਮ ਆਏਗਾ ਬਾਟਮ ਮਿਲੇਗਾ ਜੀ ਪਿਓਰ ਕਾਟਨ ਦਾ ਔਰ ਬਾਟਮ ਦੇ ਵੀ ਤੁਹਾਨੂੰ ਇਸ ਤਰ੍ਹਾਂ ਬਾਰਡਰ ਮਿਲਦਾ ਹੈ ਜੋ ਤੁਸੀਂ ਯੂਜ਼ ਕਰ ਸਕਦੇ ਹੋ ਸਟਿਚਿੰਗ ਦੇ ਟਾਈਮ ਤੇ ਉਹਨਾਂ ਨੂੰ ਇਹਦੇ ਨਾਲ ਬਿਊਟੀਫੁੱਲ ਦੁਪੱਟਾ ਵੀ ਦਿਖਾ ਦਿੰਨੇ ਆ ਜੀ। ਸ਼ਿਮੋਏ ਦੀ ਸ਼ੋਰਟ ਆਈ ਗਈ, ਸ਼ਿਮੋਏ ਕਾਟਨ ਦੀ ਨਾਲ ਦੁਪੱਟਾ ਵੀ ਸ਼ਿਮੋਏ ਕਾਟਨ ਦਾ ਹੀ ਆਏਗਾ। ਕਲਰ ਕੰਬੀਨੇਸ਼ਨ ਤੁਸੀਂ ਕੁਰੀ ਦੇਖ ਲਓ ਜੀ, ਕਲਰ ਕੰਬੀਨੇਸ਼ਨ ਬਹੁਤ ਪਿਆਰਾ। ਇਨਫੈਕਟ ਇਸ ਪੀਸ ਜਿਹੜਾ ਦੋਨੋਂ ਹੀ ਡਿਜ਼ਾਈਨਸ ਨੇ ਦੋਨੋਂ ਹੀ ਬੜੇ ਪਿਆਰੇ ਨੇ। ਮਸਟਰਡ ਵੀ ਬਹੁਤ ਸੋਹਣਾ ਹੈ, ਦੂਸਰਾ ਕਲਰ ਵੀ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ, ਦੂਜਾ ਵੀ ਬੜਾ ਪਿਆਰਾ ਆਏਗਾ। ਤੁਸੀਂ ਪਹਿਲਾਂ ਦੀ ਦੁਪੱਟੇ ਦੀ ਪ੍ਰਿੰਟਿੰਗ ਹੀ ਕੁਰੀ ਚੈੱਕ ਕਰ ਲਓ। ਦੁਪੱਟੇ ਦੀ ਪ੍ਰਿੰਟਿੰਗ ਬੜੀ ਪਿਆਰੀ ਬਣੀ ਹੋਈ ਪੱਲੇ ਵੀ ਬੜੇ ਪਿਆਰੇ ਬਣ ਆਣਗੇ ਦੁਪट्टे ਤੇ ਇਸਾ ਲੁੱਕ ਆਏਗੀ ਜੀ ਸਾਰੇ ਪੀਸ ਦੀ ਸੋਸ਼ਮੋਈ कॉटन ਦੀ ਸ਼ਰਟ ਆਏਗੀ ਸ਼ਮੋਈ कॉटन ਦਾ ਹੀ ਨਾਲ ਦੁਪੱਟਾ बॉटम ਆਇਆ ਗਿਆ ਇਹਦੇ ਵਿੱਚ ਪਿਓਰ कॉटन ਦਾ बॉटम ਉੱਤੇ ਵੀ ਤੁਹਾਨੂੰ embroidery ਐਕਸਟਰਾ ਮਿਲਦੀ ਹੈ ਔਰ ਇਹਦੇ ਵਿੱਚ ਵੀ ਤੁਹਾਨੂੰ ਅਵਰਸੀ 2 ਡਿਜ਼ਾਈਨਸ ਆਫਰ ਕਰ ਰਹੇ ਹਾਂ ਫਸਟ ਜਿਹੜਾ ਹੈਗਾ ਮਸਟਰਡ ਕਲਰ ਨਾਲ ਕੰਬੀਨੇਸ਼ਨ ਆਏਗਾ 올ਿਵ ਗ੍ਰੀਨ ਦਾ ਔਰ ਦੂਸਰਾ ਜਿਹੜਾ ਕਲਰ ਆਪਸ਼ਨ ਹੈਗਾ ਜੀ ਇਹ ਬਣਾਏਗਾ ਰਸਟ ਰਸਟ ਵਿੱਚ ਤੁਸੀਂ ਦੇਖ ਸਕਦੇ ਹੋ कंट्रास्ट नीचे बॉर्डर ਦਿੱਤੇ ਗਏ ਨੇ ਕੱਟਵਗ ਦੇ एपट्टे काम्बीनेशन है वह भी चेक कर लो जी एपट्टा है काफ़ी अच्छा बनया हुआ है खोली विकास लो जी सो so, ए कलर कॉम्बीनेशन आएगा जी एयरफोर्स ब्लू कलर का डस्टी ब्लू कलर का कॉम्बीनेशन आएगा ए टू कलर कॉम्बीनेशन अवेलेबल ने जी साढ़े को सो मस्टर्ड नएगा जी ऑलिव ग्रीन और रश केगा ब्लू कलर का आइटम नंबर साइड अवेली सैवनटीन हैगी है रेंजी आएगी थर्टी वन एटी 3180 ਇਹਦਾ ਪ੍ਰਾਈਸ ਰਹੇਗਾ ਜੀ ਆਰ ਨੰਬਰ ਸਾਡੀ ਆਈਡੀ 17 ਹੈਗੀ ਹੈ नेक्स्ट ਚਲੋ ਜੀ ਲੋ ਜੀ ਨੈਕਸਟ ਆਰਟੀਕਲ ਅਗੇਨ ਅਗਰ ਤੁਸੀਂ ਕਿਸੇ ਨੂੰ ਐਲਡਰਲੀ ਨੂੰ ਲੈਣਾ ਚਾਹੁੰਦੇ ਹੋ ਸੂਟ ਕੋਈ ਅੱਛਾ ਤੇ ਪਿਓਰ ਕਾਟਨ ਦੇ ਵਿੱਚ ਤੁਹਾਨੂੰ ਬੜਾ ਬਿਊਟੀਫੁਲ ਸੂਟ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਅਗੇਨ ਕਲਰ ਬਹੁਤ ਪਿਆਰਾ ਹੈ ਲਾਈਟ ਗ੍ਰੇ ਜਿਹਾ ਕਲਰ ਹੈ ਤੇ ਇਹਦੇ ਉੱਤੇ ਤੁਹਾਨੂੰ ਜਿਹੜੀ ਐਮਬਰਾਇਡਰੀ ਮਿਲ ਰਹੀ ਹੈ ਸਾਰੀ ਰੇਸ਼ਮ ਦੀ ਐਮਬਰਾਇਡਰੀ ਸਿਰਫ ਘੇਰੇ ਤੇ ਆਏਗੀ ਇਸ ਤਰ੍ਹਾਂ ਬਹੁਤ ਬਿਊਟੀਫੁਲ ਜਾਂ نیچے ਕੇਰਾ ਬਣਿਆ ਹੋਇਆ ਬੜੀ ਸੋਹਣੀ ਐਮਬਰਾਇਡਰੀ ਹੈ ਦੇ ਉੱਤੇ ਸੂਦੀng ਜਿਹਾ ਕਲਰ ਹੈ ਸਾਰੇ ਸੂਟ ਦਾ ਮਾਈਕਰੋ ਪ੍ਰਿੰਟਿੰਗ ਆ ਗਈ ਸਾਰੀ ਸ਼ਰਟ ਦੇ ਉੱਤੇ ਇਹਦਾ ਇੱਕ ਵਾਰੀ ਤੁਸੀਂ ਕਲੋਜ਼ ਅਪ ਦੇਖ ਲਓ ਜੀ ਕਿੰਨਾ ਪਿਆਰਾ ਸਾਰੇ ਸੂਟ ਦੇ ਉੱਤੇ ਪ੍ਰਿੰਟਿੰਗ ਹੈਗੀ ਹੈ ਇਸ ਤਰ੍ਹਾਂ ਸਾਰੀ ਸ਼ਰਟ ਦਾ ਫਰੰਟ ਆਏਗਾ ਜੀ ਇਹਨਾਂ ਤੁਸੀਂ ਬੈਕ ਵੀ ਚੈੱਕ ਕਰ ਲਓ ਫਰੰਟ ਐਂਡ ਬੈਕ ਸੇਮ ਹੈ ਪਿਓਰ ਕਾਟਨ ਦੀ ਸ਼ਰਟ ਹੈ ਪਿਓਰ ਕਾਟਨ ਦੀ ਬਾਟਮ ਆਏਗਾ ਬਾਟਮ ਵੀ ਸੇਮ ਪ੍ਰਿੰਟਿੰਗ ਵਿੱਚ ਆਇਆ ਸੋ 올ਓਵਰ ਸੂਟ ਆ ਗਿਆ ਜੀ ਇਹ ਵਾਲਾ ਇਹਦੇ ਨਾਲ ਤੁਹਾਨੂੰ ਮੈਂ ਦੁਪੱਟਾ ਵੀ ਦਿਖਾ ਦਿੰਨਾ ਜੀ ਦੁਪੱਟਾ ਵੀ ਆਏਗਾ ਪਿਓਰ ਦਾ ਜਿੱਦਾਂ ਆਪਾਂ ਕਹਿੰਨੇ ਆ ਵੀ ਸਿਆਣੇ ਲਾਈਕ ਕਰ ਦੇਣੇ ਕਿ ਦੁਪੱਟਾ ਹੋਵੇ ਪਿਓਰ ਸ਼ਿਫੋਨ ਦਾ ਸ਼ਰਟ ਤੇ ਬਾਟਮ ਹੋ ਜਾਵੇ 올ਓਵਰ ਤੇ ਉਹ ਚੀਜ਼ ਤੁਹਾਨੂੰ ਬਿਲਕੁਲ ਪਰਫੈਕਟ ਆਪਾਂ ਦੇ ਰਹੇ ਹਾਂ ਔਰ ਦੁਪੱਟੇ ਦੀ ਫਿਨਿਸ਼ਿੰਗ ਤੁਸੀਂ ਦੇਖ ਲਓ ਬੜੀ ਪਿਆਰੀ ਬੁਟੀਕ ਸਟਾਈਲ ਫਿਨਿਸ਼ਿੰਗ ਹੈ ਪਹਿਲਾਂ ਪ੍ਰਿੰਟਡ ਬਾਰਡਰ ਦੀ ਫਿਨਿਸ਼ਿੰਗ ਹੈ ਫਿਰ ਲੇਸਸ ਲੱਗੇ ਹੋਏ ਨੇ ਸੈਂਟਰ ਸਾਰਾ ਸ਼ਿਫੋਨ ਦੇ ਵਿੱਚ ਆਏਗਾ ਪਿਓਰ ਦੇ ਵਿੱਚ ਇਸਾ ਲੁੱਕ ਆਏਗੀ ਜੀ ਸਾਰੇ ਪੀਸ ਦੀ ਇਹਦੇ ਵੀ 2 ਕਲਰ ਕੰਬੀਨੇਸ਼ਨਸ ਅਵੇਲੇਬਲ ਨੇ ਫਰਸਟ ਤੁਸੀਂ ਦੇਖ ਲਿਆ ਲਾਈਟ ਗ੍ਰੇ ਆਏਗਾ ਦੂਸਰਾ ਕਲਰ ਆਏਗਾ ਜੀ ਇਹ ਵਾਲਾ ਸਕਾਈ ਡਸਟੀ ਬਲੂ ਦੋਨੋਂ ਹੀ ਕਲਰਸ ਕਾਫੀ ਅੱਛੇ ਨੇ ਡਸਟੀ ਬਲੂ ਵੀ ਪਿਆਰਾ ਕਲਰ ਹੈ ਔਰ ਇਹ ਵੀ ਕਲਰ ਬੜਾ ਸੋਹਣਾ ਹੈਗਾ ਲਾਈਟ ਗ੍ਰੇ ਸੋ ਆਈਟਮ ਨੰਬਰ ਸਾਡੀ ਅੱਜ ਦੀ ਇਹ ਵਾਲੀ 18th ਆਏਗੀ ਰੇਂਜ ਦੀ ਹੈਗੀ ਹੈ 2370 तेई सौ सत्तर प्राइस रहेगा जी आइटम नंबर है एटीन प्योर कॉटन की शर्ट है प्योर कॉटन का बॉटम आएगा सेम प्रिंट दा, नाल दा का नाल शिफ़ोन का दो बट्टा तो नैक्स चलो जी रश्मीत मैम थैंक यू सो मच कॉमेंट्स लिए जोगा जी सत श्रीकाल एक बार फिर तो जी मैं सारे कस्टमर रिक्वेस्ट कराँगा कि जरूर कमेंट करके दसते जाओ कि थोड़ा सा कलैक्शन कि लग रही है प्रेजेंटे कि लग रही है बिकॉज ਸਾਡੀ ਜਿਹੜਾ ਤੁਹਾਡਾ ਫੀਡਬੈਕ ਹੈ ਉਹ ਸਾਡੇ ਵਾਸਤੇ ਇੱਕ ਐਸਾ ਬੂਸਟ ਵਰਕ ਕਰਦਾ ਹੈਗਾ ਸਾਡੇ ਸਾਰੇ ਟੀਮ ਵਾਸਤੇ ਨੈਕਸਟਡ ਆਰਟੀਕਲ ਤੁਹਾਨੂੰ ਦਿਖਾ ਰਿਹਾ ਜੀ ਮੈਂ ਕਾਫੀ ਬ੍ਰਾਊਨ ਕਲਰ ਦਾ ਆਰਟੀਕਲ ਦਿਖਾ ਰਿਹਾ ਬਹੁਤ ਪਿਆਰਾ ਪੀਸ ਹੈਗਾ ਓਮਟੈਕਸ ਬ੍ਰਾਂਡ ਦਾ ਆਰਟੀਕਲ ਆਇਆ ਹੈਗਾ ਇਹ ਵਾਲਾ ਇਹਦੇ ਵਿੱਚ ਤੁਹਾਨੂੰ ਸਾਰੀ ਸ਼ਰਟ ਦੇ ਉੱਤੇ ਜਿਹੜੀ ਵੀਵਿੰਗ ਮਿਲਦੀ ਹੈ ਜੀ ਬੜੀ ਐਲੀਗੈਂਟ ਵੀਵਿੰਗ ਹੈ ਸ਼ੁਰੂ ਕਰ ਰਹੇ ਹਾਂ ਜੀ ਕਿਹਰੇ ਤੋਂ ਕਿਹਰੇ ਉੱਤੇ ਵੀਵਿੰਗ ਆਏਗੀ ਸਾਰੀ ਇਸ ਤਰ੍ਹਾਂ ਪੇਸਲੇ ਪੈਟਰਨ ਦੇ ਵਿੱਚ ਸੋ ਪੇਸਲੇ ਸਟਾਈਲ ਸਾਰੀ ਵੀਵਿੰਗ ਆ ਗਈ ਜੀ ਬੜੀ ਪਿਆਰੀ ਜ਼ਰੀ ਦੀ ਵੀਵਿੰਗ ਹੈਗੀ ਹੈ ਸਾਰੀ ਸ਼ਰਟ ਤੇ ਛੋਟੇ ਛੋਟੇ ਬੂਟੀ ਆਏਗੀ 셀ਫ ਪ੍ਰਿੰਟਿੰਗ ਹੈਗੀ ਹੈ نیچے ਨਾਲ ਤੁਸੀਂ ਨੈਕਲਾਈਨ ਚੈੱਕ ਕਰ ਲੋ ਜੀ ਬਹੁਤ ਕਲਾਸੀ ਨੈਕਲਾਈਨ ਹੈ ਸੋ ਜਿਹੜੇ ਕਸਟਮਰਸ ਜ਼ਿਆਦਾ ਐਮਬਰਾਇਡਰੀ ਨਹੀਂ ਲਾਈਕ ਕਰਦੇ ਸਿੰਪਲ ਸੋਬਰ ਜਿਨਾ ਲਾਈਕ ਕਰਦੇ ਉਹਨਾਂ ਨੂੰ ਉਸ ਤੇ ਬਹੁਤ ਸੋਹਣੀ ਚੀਜ਼ ਹੈਗੀ ਹੈ ਇਸ ਤਰ੍ਹਾਂ ਸਾਰੀ ਸ਼ਰਟ ਦਾ ਫਰੰਟ ਆਏਗਾ ਜੀ ਮਸਲੀਨ ਕਾਟਨ ਦੀ ਸ਼ਰਟ ਹੈ ਫਰੰਟ ਬੈਕ ਆਏਗਾ ਸੇਮ ਬਾਟਮ ਆਏਗਾ ਜੀ ਇਸ ਤਰ੍ਹਾਂ ਬ੍ਰਾਊਨ ਕਲਰ ਦਾ ਪਿਓਰ ਕਾਟਨ ਦਾ ਬਾਟਮ ਹੈ ਔਰ ਬਾਟਮ ਉੱਤੇ ਵੀ ਬਾਰਡ ਸੋ ਇਹਦੇ ਨਾਲ ਤੁਹਾਨੂੰ ਜਿਹੜਾ ਦੁਪੱਟਾ ਹੈ ਜੋ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਦੁਪੱਟਾ ਆਇਆਗਾ ਕੰਟਰਾਸਟ ਔਰ ਕੰਟਰਾਸਟ ਤੁਸੀਂ ਦੇਖ ਕੇ ਜਰੂਰ ਦੱਸੋ ਵੀ ਤੁਹਾਨੂੰ ਕਿਦਾਂ ਦਾ ਲੱਗਿਆ बिकॉज ਬਿਲਕੁਲ ਫਰੈਸ਼ ਕਲਰ ਕੰਬੀਨੇਸ਼ਨ ਆ ਗਿਆ ਜੀ ਸੋ ਬਰਾਊਨ ਦੇ ਨਾਲ ਕੰਬੀਨੇਸ਼ਨ ਆ ਗਿਆ ਜੀ ਫਿਰੋਜ਼ੀ ਦਾ ਬੜਾ ਪਿਆਰਾ ਕਲਰ ਕੰਬੀਨੇਸ਼ਨ ਹੈਗਾ ਕਲਰਸ ਵੀ ਤੁਸੀਂ ਦੇਖ ਸਕਦੇ ਹੋ ਬੜੇ ਪਿਆਰੇ ਨੇ ਦੁਪੱਟੇ ਦੇ ਵਿੱਚ ਫਿਰੋਜ਼ੀ ਦੇ ਨਾਲ ਬਰਾਊਨ ਕਲਰ ਦੀ ਮੈਚਿੰਗ ਹੈ ਏਸਾ ਲੁੱਕ ਆਏਗਾ ਜੀ ਸਾਰੇ ਪੀਸ ਦੀ ਸੋ ਬਰਾਊਨ ਕਲਰ ਦਾ ਸੂਟ ਹੈਗਾ ਜੀ ਨਾਲ ਫਿਰੋਜ਼ੀ ਕਲਰ ਦੀ ਮੈਚਿੰਗ ਹੈਗੀ ਹੈ ਮਸਲਿਨ ਦੀ ਸ਼ਰਟ ਹੈ ਮਸਲਿਨ ਦਾ ਦੁਪੱਟਾ ਆਏਗਾ ਬਾਟਮ ਹੈਗਾ ਪਿਓਰ ਕਾਟਨ ਦਾ ਸੋ ਦੂਜਾ ਕਲਰ ਵੀ ਦੇਖੋਗੇ ਨਾ ਜੀ ਦੂਜਾ ਕਲਰ ਵੀ ਬਹੁਤ ਕਲਾਸੀ ਹੈ ਇਹਨਾਂ ਦੇ ਵਿੱਚ ਜਿਹੜੀ ਸ਼ਰਟਸ ਦਾ ਕਲਰ ਹੈ ਉਹ ਡਸਟੀ ਆਏਗਾ ਜਿਹੜਾ ਦੂਸਰਾ ਕਲਰ ਹੈਗਾ ਦੁਪੱਟੇ ਦਾ ਉਹ ਥੋੜਾ ਕੰਟਰਾਸਟ ਹੈ ਸੈਕਿੰਡ ਕਲਰ ਤੁਹਾਨੂੰ ਦਿਖਾ ਦੇਣਾ 올ਿਵ ਗ੍ਰੀਨ ਦੇ ਨਾਲ ਕੰਬੀਨੇਸ਼ਨ ਆਏਗਾ ਜੀ ਪਿੰਕ ਕਲਰ ਦਾ ਦੇਖ ਸੰਦੋ ਸੀ 올ਿਵ ਗ੍ਰੀਨ ਨਾਲ ਕੰਬੀਨੇਸ਼ਨ ਆ ਗਿਆ ਪਿੰਕ ਕਲਰ ਦਾ ਔਰ ਫਰਸਟ ਕਲਰ ਕੰਬੀਨੇਸ਼ਨ ਹੈਗਾ ਆਈਟਮ ਨੰਬਰ ਸਾਡੀ ਅੱਜ ਦੀ ਵਾਲੀ ਆਏਗੀ ਜੀ 19th ਹੋਰੀ ਦੀ ਰੇਂਜ ਆਏਗੀ 2800 ਦੀ 2800 ਦਾ ਪ੍ਰਾਈਸ ਆਏਗਾ ਜੀ ਆਈਟਮ ਨੰਬਰ ਸਾਡੀ ਦੀ 19th ਹੈਗੀ ਹੈ ਨੈਕਸਟ ਚਲੋ ਜੀ ਅਰ ਇੰਪੂ ਮੈਮ ਸਸ਼ੀਕਾਲ ਜੀ ਥੈਂਕ ਯੂ ਸੋ ਮਚ ਤੁਹਾਡੇ ਕਮੈਂਟ ਲਈ ਡਾਲੀ ਜੀ ਸਸ਼ੀਕਾਲ ਥੈਂਕ ਯੂ ਸੋ ਮਚ ਮੈਮ ਨੇਹਾ ਮੈਮ ਸਸ਼ੀਕਾਲ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਤਾਂ ਐਡਰੈਸ ਕਰ ਰਹਾ ਬਿਕੋਜ਼ ਮੇਰੇ ਖਿਆਲ ਸਭ ਦੇ ਕਮੈਂਟਸ ਕਾਫੀ ਸਿਮਿਲਰ ਨੇ ਬਿਕੋਜ਼ 올 ਆਫ देम ਅਰ ਆਸਕਿੰਗ ਕਿ ਸਾਡੀ ਸਾਰਿਆਂ ਦੀ ਜਿਹੜੀ ਸਾਡੀ ਕਲੈਕਸ਼ਨ ਹੈ ਕਾਫੀ ਅੱਛੀ ਲੱਗ ਰਹੀ ਸਾਰਿਆਂ ਨੂੰ ਸੋ ਥੈਂਕ ਯੂ ਸੋ ਮੱਚ ਜੀ ਤੁਹਾਡੇ ਫੀਡਬੈਕ ਲਈ ਨੈਕਸਟ ਆਰਟੀਕਲ ਤੁਹਾਨੂੰ ਮੈਂ ਦਿਖਾ ਰਹੀ ਜੀ ਪਾਕਿਸਤਾਨੀ ਸਟਾਈਲ ਦਾ ਬਲੈਕ ਲੇਸਿਸ ਵਿੱਚ ਬਹੁਤ ਸੋਹਣਾ ਆਰਟੀਕਲ ਬਣ ਕੇ ਆਇਆ ਹੈ ਜਿਹਦਾ ਕਿ ਫਰਸਟ ਕਲਰ ਤੁਹਾਨੂੰ ਮੈਂ ਦਿਖਾ ਰਹੀ ਹਾਂ ਸੀ ਬਲੂ ਕਲਰ ਦਾ ਸੀ ਗ੍ਰੀਨ ਕਲਰ ਕਹ ਲਓ ਸੀ ਬਲੂ ਕਹ ਲਓ ਕਲਰ ਬਹੁਤ ਸੋਹਣਾ ਹੈ ਇਹ ਵਾਲਾ ਬਲੈਕ ਕਲਰ ਦੀ ਪ੍ਰਿੰਟਿੰਗ ਹੈ ਬਲੈਕ ਕਲਰ ਦਾ ਸਟੋਨ ਵਰਕ ਹੈ ਬਲੈਕ ਕਰਦੇ ਲੇਸਿਸ ਅਗਨੇ ਦੇ ਉੱਤੇ ਸੋ ਵਨ 바이 ਵਨ ਤੁਹਾਨੂੰ ਮੈਂ ਸਾਰੀ ਡਿਟੇਲਿੰਗ ਦਿਖਾਣਾ ਕਿਰਾ ਦੇਖੋ ਜੀ ਪ੍ਰੋਪਰ ਸਾਰਾ ਇਸ ਤਰ੍ਹਾਂ ਲੇਸਿਸ ਨਾਲ ਲੱਗਿਆ ਹੋਇਆ ਪ੍ਰੋਪਰ नीचे सारे प्रॉपर लेसिस है ब्लैक कलर के ब्लैक कलर का ही स्टोन वर्क आएगा प्रिंटिंग भी सारी ब्लैक कलर की और बड़ी इंटरीग्रेट प्रिंटिंग है इदा नहीं है कि बहुत बिग बिग या बहुत व्डे वे मोटिव नहीं है बड़े प्यारे इंटरीग्रेट जी प्रिंटिंग है इस तरह पैनल स्टाइल के लिए लेसिज आवे नैकलाइन ब्यूटीफुल बनिया जी नैकलाइन तुम चेक करो बहुत ही प्यार नैकलाइन बनिया हुआ है नैकलाइन के उत्ते भी शेप केसिस है स्टोनवर्क है इस तरह लुक आएगी जी पूरे फ्रंट की ये बैक भी देख लो बैक भी सारा सेम है ਨਾਲ ਬਾਟਮ ਆਏਗਾ ਜੀ ਸੀ ਗ੍ਰੀਨ ਕਲਰ ਦਾ ਮਸਲੀਨ कॉटन ਦੀ ਸ਼ੋਰਟ ਹੈਗੀ ਹੈ ਜੀ ਪਾਕਿਸਤਾਨੀ ਸਟਾਈਲ ਦੀ ਮਸਲੀਨ कॉटन ਨਹੀਂ ਨਾਲ ਬਾਟਮ ਆਏਗੀ ਨਾਲ ਹੁਣ ਤੁਸੀਂ ਦੁਪੱਟਾ ਦੇਖਣਾ ਜੀ ਦੁਪੱਟਾ ਦੇਖ ਕੇ ਸਾਰੇ ਕਸਟਮਰਸ ਵਾਹ ਹੀ ਬੁਲਣਗੇ ਮੇਰੇ ਖਿਆਲ ਨਾਲ ਲਓ ਜੀ ਦੁਪੱਟਾ ਚੈੱਕ ਕਰੋ ਜੀ ਕਿੰਨਾ ਪਿਆਰਾ ਬਣਿਆ ਹੋਇਆ ਹੈ organza ਦਾ panel style ਦਾ ਦੁਪੱਟਾ ਆਏਗਾ ਜਿਹਦੇ ਵਿੱਚ ਕੀ ਜਿਹੜਾ ਫਰਸਟ ਪੈਨਲ ਹੈਗਾ ਉਹਦੇ ਤੇ ਤੁਹਾਨੂੰ ਬਲੈਕ ਕਲਰ ਦੀ embroidery ਮਿਲ ਰਹੀ ਹੈ ਫਲਾਵਰਸ ਦੀ ਫਿਰ लेसਸ ਨਾਲ ਸੈਪਰੇਸ਼ਨ ਦੇ ਕੇ ਫਿਰ ਪ੍ਰਿੰਟਿੰਗ ਆਏਗੀ ਬੜੀ ਪਿਆਰੀ फिर लेसिस सेपरेशन दे के इस तरह ब्लैक कलर का सारा पैनल आएगा और चारों साइड से बॉर्डर भी चेक कर लो डबल बॉर्डर दिता गया प्रिंटिंग भी है और लेसिस भी सो वेरी नाइस बुटीक स्टाइल जोड़ा है गया। आर्टिकल हैगा गला भी बड़ा प्यारा बनिया हुआ है दुप्टा भी बड़ा सोहना है और गैजा का दुबट्टा है जी ये मसलीन कॉटन की शर्ट है मसलिन कॉटन दही बॉटम आएगी टू कलर ऑप्शन अवेलेबल ने जिन्हों फस्ट कलर आप देख ही लिया जी ये आएगा सी ग्रीन और दूसरा कलर आएगा जी स्टील ग्रीन सो स्टील भी ब्लैक कलर का कॉम्बिनेशन है और ब्लू नाल भी सेम कलर का कॉम्बिनेशन आएगा आइटम नंबर साइड की अवेली ट्वेंटीएथ हैगी जी आएगी थर्टी फोर फिफ्टी चौंती सौ पंजा प्राइस रहेगा जी आइटम नंबर साइड दी ट्वेंटी की है टू कलर कॉम्बीनेशन आर अवेलेबल सो इस आज की वीडियो खत्म होंगी है जिदों असी बहुत ही प्यारे कलैक्शन दिखाई थी समर कॉटन सूट से ਅਸੀਂ ਅੱਜ ਜਿਹੜੀ ਪ੍ਰਾਈਸ ਰੇਂਜ ਕਵਰ ਕੀਤੀ ਹੈ ਜੀ ਸੋ ਕਵਰ ਕੀਤੀ ਆਪਾਂ 2000 ਤੋਂ ਲੈ ਕੇ 3000 3500 ਤੱਕ ਦੀ ਕਾਫੀ ਅੱਛੀ ਪ੍ਰਾਈਸ ਰੇਂਜ ਸੀ ਕਿ ਕਾਫੀ ਅੱچھے ਆਰਟੀਕਲ ਸੀਗੇ ਸੋ ਇੱਕ ਵਾਰੀ ਮੈਂ ਫਿਰ ਤੋਂ ਸਾਰੇ ਕਸਟਮਰ ਨੂੰ ਨੋਟ ਵਿੱਚ ਲੈ ਕੇ ਆਨਾ ਚਾਹਾਂਗਾ ਕਿ ਜੋ ਵੀ ਤੁਹਾਨੂੰ ਆਰਡਰਸ ਲੱਗ ਰਹੇ ਹਨ ਜਿਹੜੇ ਵੀ ਆਰਟੀਕਲਸ ਅੱਛੇ ਲੱਗ ਰਹੇ ਨੇ ਉਹਨਾਂ ਦਾ ਸਕਰੀਨਸ਼ਾਟ ਤੁਸੀਂ ਨਾਲ-ਨਾਲ ਸਾਡੇ WhatsApp ਨੰਬਰ 'ਤੇ ਭੇਜਦੇ ਰਹੋ ਸਾਡੇ ਕੋਲ ਡਿਲੀਵਰੀਜ਼ ਵਰਲਡਵਾਈਡ ਅਵੇਲੇਬਲ ਨੇ ਇਸ ਟਾਈਮ ਤੇ ਤੁਹਾਨੂੰ ਅਸੀਂ ਕਾਟਨ ਇਸ ਲਈ ਦਿਖਾ ਰਹੇ ਹਾਂ ਬਿਕਾਜ਼ ਸਾਰੇ ਕਸਟਮਰਸ ਐਕਚੁਅਲੀ ਥੋੜਾ ਪਲੈਨਿੰਗ ਹਰ ਇੱਕ ਅਸਪਰ ਥੋੜਾ ਜਿਹਾ ਅੱਜਕੱਲ ਪਲੈਨਿੰਗ ਨਾਲ ਚੱਲਦੇ ਨੇ ਬਿਕੋਜ਼ ਸਭ ਨੂੰ ਪਤਾ ਹੈ ਕਿ ਹੁਣ ਥੋੜਾ ਜਿਹਾ ਸੀਜ਼ਨ ਆਪਣਾ ਸਮਰਸ ਵਾਲ ਆ ਰਿਹਾ ਤੇ ਕਾਟਨ ਦੀ ਰਿਕੁਆਇਰਮੈਂਟ ਵੀ ਹੈਗੀ ਹੈ ਟੇਲਰਸ ਜਾਂ ਕਿਸੇ ਵੀ ਤੁਹਾਡੇ ਜਿਹੜੀ ਬੁਟੀਕ ਹੁੰਦੀ ਹੈ ਹਰ ਇੱਕ ਟੇਲਰ ਹਰ ਇੱਕ ਬੁਟੀਕ 10 ਤੋਂ 15 ਦਿਨ ਲੈਂਦੇ ਨੇ ਸਟਿਚਿੰਗ ਵਾਸਤੇ ਸੋ ਜੇ ਤੁਸੀਂ ਅੱਜ ਪਰਚੇਸਿੰਗ ਕਰਦੇ ਹੋ ਸਟਿਚਿੰਗ ਤੇ ਭੇਜਦੇ ਹੋ ਸੂਟਸ ਤਾਂ 10-15 ਦਿਨਾਂ ਨੂੰ ਮਿਲਣਗੇ ਬਾਏ ਐਂਡ ਆਫ ਫੈਬਰੂਰੀ ਤੁਸੀਂ ਉਹਨਾਂ ਨੂੰ ਵੇਅਰ ਕਰ ਸਕੋਗੇ ਸੋ ਤੁਹਾਨੂੰ ਜਿਨ੍ਹਾਂ ਨੂੰ ਵੀ ਅੱਛੀ ਲੱਗ ਰਹੀ ਹੋਵੇ ਇਕ ਕਲੈਕਸ਼ਨ ਆਪਣੇ ਆਰਡਰਸ ਨਾਲ ਨਾਲ ਪਲੇ ਕਿਸੇ ਵੀ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸਾਡੇ ਤਿੰਨੋਂ ਨੰਬਰ ਤੁਹਾਡੇ ਸਰਵਿਸ ਅਵੇਲੇਬਲ ਨੇ ਡਿਲੀਵਰੀਜ਼ ਅਵੇਲੇਬਲ ਵਰਲਡਵਾਈਡ ਡਿਲੀਵਰੀ ਸੀ ਵਰਲਡਵਾਈਡ ਕਰਦੇ ਹਾਂ ਤੁਸੀਂ ਕਿਸੇ ਵੀ ਕੰਟਰੀ ਜਿ ਬੈਠ ਕੇ ਆਪਣੇ ਆਰਡਰ ਪਲੇਸ ਕਰ ਸਕਦੇ ਹੋ ਰਿਗਾਰਡਿੰਗ ਦਾ ਆਫਰਸ ਦੈਟ ਆਰ ਗੋਇੰਗ ਔਨ ਫਾਰ ਦਿਸ ਮੰਥ ਫੈਬਰੂਰੀ ਦੇ ਵਿੱਚ ਅਸੀਂ ਆਫਰ ਦੇ ਰਹੇ ਹਾਂ ਜਿਹਦੇ ਵਿੱਚ ਕੀ 10000 ਅਬੋਵ ਜਿਹੜੀ ਸ਼ਿਪਿੰਗ ਹੋ ਰਹੀ ਹੈ ਜਾਂ ਜਿਹੜੇ ਆਰਡਰਸ ਜਾ ਰਹੇ ਨੇ ਅਸੀਂ ਉਹਨਾਂ ਵਿੱਚ ਕੋਈ ਵੀ ਸ਼ਿਪਿੰਗ ਚਾਰਜ ਨਹੀਂ ਕਰ ਰਹੇ ਵਿਦਨ ਇੰਡੀਆ ਸਵਾਗਤ ਤੁਸੀਂ ਵਿਦਨ ਇੰਡੀਆ ਕਿਸੇ ਵੀ ਜਗ੍ਹਾ ਤੋਂ ਆਰਡਰ ਕਰਦੇ ਹੋ ਕਿਉਂਕਿ ਅਗਰ ਤੁਹਾਡੀ ਆਰਡਰ ਦੀ ਵੈਲਿਊ 10000 ਐਂਡ ਅਬੋਵ ਹੈ ਤਾਂ ਤੁਹਾਨੂੰ ਸ਼ਿਪਿੰਗ ਪੇ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਸੋ ਨਾਰਮਲੀ ਅਗਰ ਆਪਾਂ ਤਿੰਨ ਚਾਰ ਸੂਟ ਵੀ ਲੈ ਲੈਨੇ ਆ ਤਾਂ ਇੰਨਾ ਇੱਕ ਤਾਂ ਅਮਾਊਂਟ इजीली ਬਣੀ ਜਾਂਦਾ ਸੋ ਮੈਂ ਸਭ ਨੂੰ ਕਰਾਂਗਾ ਜੀ ਰეკਮੈਂਡ ਕਿ ਜ਼ਰੂਰ ਤੁਸੀਂ ਇਸ ਚੀਜ਼ ਦਾ ਬੈਨੀਫਿਟ ਲਓ ਸੈਕੰਡ ਆਫ 올 ਰਿਗਾਰਡਿੰਗ ਸਟਿਚਿੰਗ ਸੰਕਲ ਕਾਫੀ ਕਸਟਮਰਸ ਇਨਕੁਆਇਰੀ ਕਰਦੇ ਨੇ ਕਿ ਤੁਸੀਂ ਸਟਿਚਿੰਗ ਪ੍ਰੋਵਾਈਡ ਕਰਦੇ ਹੋ ਕਿ ਨਹੀਂ ਡੈਫੀਨਿਟਲੀ ਵੀ ਪ੍ਰੋਵਾਈਡ ਸਟਿਚਿੰਗ ਜੀ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਕੋਈ ਟੇਲਰ ਨਹੀਂ ਹੈ ਜਾਂ ਤੁਹਾਡੇ ਕੋਲ ਕੋਈ ਬੁਟੀਕ ਨਹੀਂ ਹੈ ਜੋ ਤੁਹਾਡੇ ਸੂਟ ਸਟਿਚ ਕਰੇ ਸੋ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਆਪਣੇ ਮੈਜ਼ਰਮੈਂਟਸ ਪ੍ਰੋਵਾਈਡ ਕਰੋ ਤੁਹਾਨੂੰ ਅਸੀਂ ਸਾਰੀ ਚੀਜ਼ਾਂ ਰੈਡੀ ਕਰਕੇ ਤੁਹਾਡੇ ਡੋਰ ਸਟੈਪ ਤੇ ਡਿਲੀਵਰ ਕਰਾਂਗੇ ਥਰਡ ਇਹ ਸਾਰੇ ਦੇ ਸੂਟਸ ਨੇ ਜੀ ਲਿਮਿਟਿਡ ਕੁਆਂਟੀਟੀ ਦੇ ਵਿੱਚ ਅਵੇਲੇਬਲ ਹੈ ਆਪਣੇ ਆਰਡਰ ਤੁਸੀਂ ਪਲੇਸ ਕਰੋ ਜਿਹੜੇ ਵੀ ਕਸਟਮਰ ਸਾਡੇ ਸੂਟ ਮੰਗਵਾਣਗੇ ਵੀ ਵੁੱਡ ਰეკਮੈਂਡ ਕਿ ਤੁਸੀਂ ਇਹਦੇ ਇਹਨਾਂ ਦੇ ਨੀਚੇ ਟਾਫਟਾ ਲਾਈਨਿੰਗ ਜ਼ਰੂਰ ਯੂਜ਼ ਕਰੋ ਟਾਫਟਾ ਲਾਈਨਿੰਗ ਦੇ ਤਿੰਨ ਚਾਰ ਬੈਨੀਫਿਟਸ ਹੈਗੇ ਨੇ ਔਰ ਇਹ ਚੀਜ਼ ਦੇ ਵਿੱਚ ਕੋਈ ਸਾਨੂੰ ਇਹ ਨਹੀਂ ਹੈ ਕਿ ਤੁਹਾਨੂੰ ਅਸੀਂ ਸਾਡਾ ਮੇਨ ਮੋਟਿਵ ਦੱਸਣ ਦਾ ਇਹ ਹੈ ਕਿ ਤੁਹਾਨੂੰ ਜਿਹੜੀ ਚੀਜ਼ ਮਿਲੇ ਤੁਸੀਂ ਉਹਨੂੰ ਪ੍ਰੋਪਰਲੀ ਯੂਜ਼ ਵੀ ਕਰੋ ਤੇ ਲਾਈਫ ਨਿਕਲੇ ਪੀਸ ਦੀ ਬਿਕੋਜ਼ ਕਾਟਨ ਦੇ ਸੂਟਸ ਇਦਾਂ ਦੇ ਸੂਟਸ ਨੇ ਜਿਉ ਜੋ ਤੁਸੀਂ 4 5 6 10 ਵਾਰੀ ਵੇਅਰ ਕਰਦੇ ਹੋ ਸਮਰ ਦੇ ਵਿੱਚ ਸੋ ਵੀ ਵੌਨ ਕਿ ਉਹਨਾਂ ਤੇ ਡਿਊਰੈਬਿਲਟੀ ਨਿਕਲੇ ਕਪੜੇ ਦੀ ਸੋ ਟਾਫਟਾ ਲਾਈਨਿੰਗ ਜ਼ਰੂਰ ਯੂਜ਼ ਕਰੋ ਸਮ ਟਾਈਮਸ ਕਸਟਮਰਸ ਅਨਨੋਨ ਹੁੰਦੇ ਨੇ ਦਾ ਕਾਟਨ ਯੂਜ਼ ਕਰ ਲੈਂਦੇ ਨੇ ਜੋ ਕਿ ਬਿਲਕੁਲ ਸਹੀ ਕਪੜਾ ਨਹੀਂ ਹੈਗਾ ਲਾਈਨਿੰਗ ਵਾਸਤੇ ਟਾਫਟਾ ਲਾਈਨਿੰਗ ਯੂਜ਼ ਕਰੋਗੇ ਥੋੜਾ ਉਹਦੇ ਵਿੱਚ ਸਟ ਸੋ ਥੈਂਕ ਯੂ ਸੋ ਮਾਚੀ ਸਾਡੀ ਅੱਜ ਦੀ ਵੀਡੀਓ ਦੇਖਣ ਦੇ ਵਾਸਤੇ ਕੱਲ ਤੁਹਾਨੂੰ ਹੋਰ ਵੀਡੀਓਜ਼ ਲੈ ਕੇ ਮਿਲਾਂਗੇ ਫਿਰ ਤੋਂ ਸਸ਼ਕੀ